ਬਸ ਜ਼ਿੰਦਗੀ ਤੁਹਾਡੀ ਹੈ। ਮਾਰੋ ਭਾਵੇਂ ਤਾਰੋ ਜੀ, ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਭਾਵੇਂ ਤਾਰੋ ਜੀ, ਬਣ ਕੇ ਅਸੀਂ ਤੇਰੇ ਹੀ ਰਹਿਣਾ। ਇਸ ਤਰ੍ਹਾਂ ਗੁਰਸਿੱਖਾਂ ਦੀ ਫੌਜ ਭਰਤੀ ਹੋਣ ਲੱਗ ਗਈ। ਸੌਆਂ ਤੋਂ ਹਜ਼ਾਰਾਂ ਵਿੱਚ ਗਿਣਤੀ ਚਲੀ ਗਈ। ਸਤਿਗੁਰੂ ਜੀ ਔਰ ਗੁਰੂ ਕੇ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ, ਪਰ ਦੂਜੇ ਪਾਸੇ ਚੰਦੂ ਵਰਗੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ, ਅਤੇ ਜਹਾਂਗੀਰ ਬਾਦਸ਼ਾਹ ਔਰ ਉਹਨਾਂ ਦੇ ਸੂਬੇਦਾਰ ਉਹਨਾਂ ਨੂੰ ਗੁਰਮੁਖੋਂ ਚਿੰਤਾ ਹੋ ਗਈ। ਲਾਹੌਰ ਤੋਂ ਕਾਸਮ ਬੇਗ ਸੂਬੇਦਾਰ ਸੀ ਲਾਹੌਰ ਦਾ, ਉਹਦੇ ਕੋਲੇ ਚੰਦੂ ਨੇ ਇੱਕ ਦਿਨ ਰਾਇ ਕੀਤੀ ਕਿ ਇੱਥੇ ਗੁਰੂ ਅਰਜਨ ਦੇਵ ਸਾਹਿਬ ਆਏ ਸੀ, ਉਹਨਾਂ ਦੀ ਸ਼ਹੀਦੀ ਹੋਈ, ਕਿਤੇ ਉਹਦਾ ਬਦਲਾ ਲੈਣ ਵਾਸਤੇ ਨਵਾਂ ਬਣਿਆ ਗੁਰੂ ਆਪਣੇ 'ਤੇ ਹਮਲਾ ਨਾ ਕਰਦੇ। ਵਧਾ ਚੜ੍ਹਾ ਕੇ ਗੱਲਾਂ ਪੇਸ਼ ਕੀਤੀਆਂ ਗਈਆਂ ਗੁਰਮੁਖ। ਫਿਰ ਕਾਸਮ ਬੇਗ ਨੇ ਅੰਮ੍ਰਿਤਸਰ ਤੋਂ CID ਮੰਗਵਾਈ। ਪਤਾ ਲੱਗਿਆ ਵੀ ਇਹਨਾਂ ਨੇ ਤਖ਼ਤ ਵੀ ਬਣਾਇਆ ਜਿਹਦਾ ਨਾਮ ਅਕਾਲ ਤਖ਼ਤ ਰੱਖਿਆ, ਅਤੇ ਇੰਨੇ ਕੁ ਸਮੇਂ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਲ੍ਹਾ ਵੀ ਇੱਕ ਤਿਆਰ ਕਰਵਾਇਆ, ਲੋਹਗੜ੍ਹ ਕਿਲ੍ਹਾ। ਬੜੇ ਹੈਰਾਨ ਹੋਏ
ਫਿਰ ਕਾਸਮ ਬੇਗ ਸੂਬੇਦਾਰ ਲਾਹੌਰ ਨੇ ਲਾਹੌਰ ਤੋਂ ਬਾਦਸ਼ਾਹ ਜਹਾਂਗੀਰ ਵੱਲ ਦਿੱਲੀ ਨੂੰ ਇੱਕ ਚਿੱਠੀ ਪਾਈ ਗੁਰਮੁਖ। ਉਸ ਚਿੱਠੀ ਵਿੱਚ ਲਿਖਿਆ ਸੀ ਕਿ ਬਾਦਸ਼ਾਹ ਜਹਾਂਗੀਰ ਜੀ ਗੁਰੂ ਅਰਜਨ ਦੇਵ ਦੇ ਸਪੁੱਤਰ ਹਰਗੋਬਿੰਦ ਸਾਹਿਬ ਉਹ ਹੁਣ ਨਵੇਂ ਗੁਰੂ ਬਣੇ ਨੇ, ਉਹਨਾਂ ਨੇ ਭਗਤੀ ਨੂੰ ਛੱਡ ਕੇ ਸ਼ਸਤਰ ਚੱਕ ਲਏ, ਫੌਜ ਇਕੱਠੀ ਕਰਨੀ ਸ਼ੁਰੂ ਹੋ ਗਈ ਅਤੇ ਉਹਨਾਂ ਦੇ ਕੋਲ ਜਿਹੜੇ ਨੌਜਵਾਨ ਗੱਭਰੂ ਨੇ ਉਹ ਜੈਕਾਰੇ ਲਾਉਂਦੇ ਨੇ, ਘੋੜ ਸਵਾਰੀ ਕਰਦੇ ਨੇ, ਤੀਰ ਚਲਾਉਂਦੇ ਨੇ, ਤੇਗਾਂ ਚਲਾਉਂਦੇ ਨੇ, ਨੇਜੇ ਬਰਛੇ ਚਲਾਉਂਦੇ ਨੇ। ਇਹਨੂੰ ਹੁਣੇ ਕਾਬੂ ਕਰ ਲਓ, ਇਹ ਨਾ ਹੋਵੇ ਕਿਤੇ ਮੁਗਲ ਸਲਤਨਤ ਨੂੰ ਕੋਈ ਮਗਰੋਂ ਬਖੇੜਾ ਖੜਾ ਹੋ ਜਾਵੇ। ਅਤੇ ਰਾਜੇ ਮਹਾਰਾਜੇ ਬਾਦਸ਼ਾਹ ਚਾਹੁੰਦੇ ਨਹੀਂ ਸੀ ਵੀ ਸਾਡੇ ਹੁੰਦਿਆਂ ਕੋਈ ਹੋਰ ਉੱਚਾ ਉੱਠੇ ਗੁਰਮੁਖ। ਅੱਜ ਕੱਲ੍ਹ ਕਿਹੜਾ ਕੋਈ ਚਾਹੁੰਦਾ ਹੈ, ਉਦੋਂ ਵੀ ਚੱਲਦਾ ਸੀ ਕੰਮ। ਅਤੇ ਫਿਰ ਜਹਾਂਗੀਰ ਨੇ ਬਿਉਂਤ ਬਣਾਈ, ਸੋਚ ਵਿਚਾਰ ਕੀਤੀ ਹੁਣ ਕੀ ਕੀਤਾ ਜਾਵੇ। ਉਹਨੇ ਗੁਰਮੁਖੋ ਵਜ਼ੀਰ ਖਾਂ ਉਹਨੂੰ ਬੁਲਾਇਆ। ਵਜ਼ੀਰ ਖਾਂ ਗੁਰੂ ਘਰ 'ਤੇ ਸ਼ਰਧਾ ਰੱਖਦਾ ਸੀ, ਹੈ ਤਾਂ ਸਰਕਾਰੀ ਬੰਦਾ ਸੀ। ਇਹ ਜਹਾਂਗੀਰ ਦੇ ਹੁਕਮ ਵਿੱਚ ਫੌਜਦਾਰ ਸੀ, ਨੌਕਰੀ ਕਰਦਾ ਹੁੰਦਾ। ਇਹਨੇ ਵਜ਼ੀਰ ਖਾਂ ਨੂੰ ਬੁਲਾਇਆ, ਕਹਿੰਦਾ ਤੈਨੂੰ ਹੈ ਗੁਰੂ ਘਰ 'ਤੇ ਭਰੋਸਾ, ਤੇਰੀ ਗੱਲ ਗੁਰੂ ਕੇ ਮੰਨਣਗੇ, ਤੂੰ ਜਾ, ਜਿਹੜਾ ਨਵਾਂ ਗੁਰੂ ਬਣਿਆ ਛੇਵਾਂ ਪਾਤਸ਼ਾਹ ਉਹਨੂੰ ਦਿੱਲੀ ਲੈ ਕੇ ਆ ਕਿਵੇਂ ਨਾ ਕਿਵੇਂ ਕਰਕੇ। ਅਤੇ ਇੱਥੇ ਹੀ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਇਹ ਜਿਹੜਾ ਵਜ਼ੀਰ ਖਾਨ ਆ ਇਹਨੂੰ ਹੁੰਦਾ ਸੀ ਜਲੌਧਰ ਦਾ ਰੋਗ, ਇਹਦੇ ਪੇਟ ਵਿੱਚ ਪਾਣੀ ਭਰਿਆ ਹੋਇਆ ਸੀ। ਇਹ ਪਹਿਲਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕੋਲ ਆਇਆ ਸੀ, ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਤਾ ਅਤੇ ਬਾਬਾ ਬੁੱਢਾ ਜੀ ਨਾਲੇ ਤਾਂ ਮਿੱਟੀ ਦੀ ਟੋਕਰੀ ਸਿਰ 'ਤੇ ਚੁੱਕੀ ਹੋਈ, ਨਾਲੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੇ ਸੀ। ਵਜ਼ੀਰ ਖਾਂ ਕਹਿੰਦਾ ਜੀ ਮੇਰਾ ਜਲੌਧਰ ਦਾ ਰੋਗ ਹੈ, ਇਹਨੂੰ ਠੀਕ ਕਰ ਦਿਓ। ਬਾਬਾ ਬੁੱਢਾ ਜੀ ਕਹਿੰਦੇ ਗੁਰੂ ਅਰਜਨ ਦੇਵ ਕੋਲ ਜਾ, ਮੈਂ ਤਾਂ ਸੇਵਕ ਹਾਂ ਗੁਰੂ ਘਰ ਦਾ। ਕਹਿੰਦਾ ਨਹੀਂ ਜੀ, ਮਹਾਰਾਜ ਨੇ ਤੁਹਾਡੇ ਵੱਲ ਇਸ਼ਾਰਾ ਕੀਤਾ ਹੈ। ਦੋ ਤਿੰਨ ਵਾਰੀ ਬਾਬਾ ਬੁੱਢਾ ਜੀ ਨੇ ਰੋਕਿਆ, ਇਹ ਰੋਕਿਆ ਨਾ। ਬਾਬਾ ਬੁੱਢਾ ਜੀ ਕਹਿੰਦੇ ਪੈ ਜਾ ਲੰਮਾ, ਲੰਮਾ ਪਾ ਕੇ ਇਹਦੇ ਢਿੱਡ ਦੇ ਉੱਤੇ ਮਿੱਟੀ ਦੀ ਭਰੀ ਭਰਾਈ ਟੋਕਰੀ ਧਰਤੀ ਗੁਰਮੁਖ। ਹੁਣ ਉਹ ਬਚਨ ਗੁਰੂ ਅਰਜਨ ਦੇਵ ਦਾ ਸੀ ਕਿ ਬਾਬਾ ਬੁੱਢਾ ਜੀ ਤੈਨੂੰ ਰਾਜ਼ੀ ਕਰਨਗੇ। ਜਿਉਂ ਹੀ ਬਾਬਾ ਬੁੱਢਾ ਜੀ ਨੇ ਟੋਕਰੀ ਧਰੀ, ਨਾਲ ਹੀ ਬਚਨ ਪੜ੍ਹਿਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ। ਅਤੇ ਨਾਲ ਦੀ ਨਾਲ ਕਹਿੰਦੇ ਪੇਟ ਦਾ ਸਾਰਾ ਹੀ ਪਾਣੀ ਨਿਕਲ ਗਿਆ। ਆਖੋ ਸਤਨਾਮ। ਉਹਦਾ ਜਲੌਧਰ ਦਾ ਰੋਗ ਠੀਕ ਹੋਇਆ ਸੀ, ਉਦੋਂ ਤੋਂ ਵਜ਼ੀਰ ਖਾਨ ਨੇ ਪ੍ਰਣ ਕੀਤਾ ਸੀ, ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ ਸੀ। ਆਪਣੇ ਵਾਲਾ ਕੰਮ ਨਹੀਂ ਸੀ, ਦੁੱਖਾਂ ਤਕਲੀਫਾਂ ਵਿੱਚ ਆਪਾਂ ਆਉਂਦੇ ਹਾਂ ਨਾ, ਆਪਾਂ ਵੀ ਕਿਤੇ ਵੀ ਕੋਈ ਸਾਧੂ ਸੰਤ ਮਹਾਤਮਾ ਗੁਰਸਿੱਖ ਬੈਠਾ ਉਹ ਕਹਿੰਦਾ ਭਾਈ ਚੌਪਈ ਸਾਹਿਬ ਪੜ੍ਹ, ਜਪਜੀ ਸਾਹਿਬ ਪੜ੍ਹ, ਸੁਖਮਨੀ ਸਾਹਿਬ ਪੜ੍ਹ। ਪਹਿਲੀ ਗੱਲ ਤਾਂ ਆਪਾਂ ਪੜ੍ਹਨਾ ਨਹੀਂ ਹੁੰਦਾ ਗੁਰਮੁਖੋ, ਜੇ ਦੁੱਖਾਂ ਰੋਗਾਂ ਦੇ ਸਤਾਏ ਹੋਏ ਪੜ੍ਹ ਵੀ ਲਈਏ ਤਾਂ ਜਦੋਂ ਹੋ ਜਾਂਦੇ ਹਾਂ ਠੀਕ ਮੁੜ ਕੇ ਭੁੱਲ ਜਾਂਦੇ ਹਾਂ ਵੀ ਇਹ ਦਵਾਈ ਕਿਹੜੀ ਕੰਮ ਕੀਤੀ ਹੈ ਸਾਨੂੰ। ਪਰ ਵਜ਼ੀਰ ਖਾਂ ਇੱਦਾਂ ਦਾ ਨਹੀਂ ਸੀ ਗੁਰਮੁਖ,
ਉਹਨੇ ਸ਼ਰਧਾ ਭਾਵਨਾ ਨਾਲ ਨੇਮ ਬਣਾਇਆ ਸੀ, ਸਰਕਾਰੀ ਨੌਕਰੀ ਕਰਦਾ ਹੋਇਆ ਵੀ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ। ਹੁਣ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਸੀ, ਇਹ ਗੁਰੂ ਘਰ ਆਉਂਦਾ ਜਾਂਦਾ ਸੀ, ਅਤੇ ਜਹਾਂਗੀਰ ਨੇ ਫਿਰ ਵਜ਼ੀਰ ਖਾਨ ਨੂੰ ਕਿਹਾ ਕਿ ਤੂੰ ਜਾ ਅੰਮ੍ਰਿਤਸਰ, ਛੇਵੇਂ ਗੁਰੂ ਜਿਹੜੇ ਨਵੇਂ ਬਣੇ ਨੇ ਉਹਨਾਂ ਨੂੰ ਲੈ ਕੇ ਆ ਕਿਵੇਂ ਨਾ ਕਿਵੇਂ ਕਰਕੇ। ਵਿਉਂਤਬੰਦੀ ਇਹ ਬਣਾਈ ਸੀ ਵੀ ਕੇਰਾਂ ਦਿੱਲੀ ਬੁਲਾ ਲਓ, ਉਦੋਂ ਬਾਅਦ ਇਹਨਾਂ ਨੂੰ ਆਪਾਂ ਹੁਣੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰਾਂਗੇ। ਆਖੋ ਸਤਨਾਮ। ਇਹ ਬਿਉਂਤ ਪਿਆਰੇ ਉਹ ਪਹਿਲਾਂ ਹੀ ਬਣੀ ਹੋਈ ਸੀ, ਅਤੇ ਵਜ਼ੀਰ ਖਾਨ ਨੂੰ ਵੀ ਇਸ ਗੱਲ ਦਾ ਪਤਾ ਸੀ, ਪਰ ਪਤਾ ਉਹ ਕਿਉਂ ਆਇਆ? ਉਹਨੇ ਮਨ ਹੀ ਮਨ ਸੋਚਿਆ ਕਿ ਸੱਚੇ ਪਾਤਸ਼ਾਹ ਬਹਾਨੇ ਨਾਲ ਨਾਲੇ ਤਾਂ ਮੈਨੂੰ ਦਰਸ਼ਨ ਕਰਨ ਦਾ ਸਮਾਂ ਮਿਲੂ, ਇਹ ਜਿੱਦਾਂ ਦੇ ਹੈਗੇ ਹੈਗੇ, ਪਰ ਮੈਨੂੰ ਤੁਹਾਡੇ 'ਤੇ ਭਰੋਸਾ, ਤੁਸੀਂ ਇਹਨਾਂ ਨੂੰ ਵੀ ਸੁਧਾਰ ਦਿਓਗੇ। ਆਖੋ ਸਤਨਾਮ। ਮਹਾਰਾਜ 'ਤੇ ਇਹ ਭਰੋਸਾ ਕਰਕੇ ਫਿਰ ਵਜ਼ੀਰ ਖਾਂ ਆਇਆ ਗੁਰਮੁਖੋ ਅੰਮ੍ਰਿਤਸਰ, ਆ ਕੇ ਬੇਨਤੀ ਕੀਤੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ, ਮੈਨੂੰ ਜਹਾਂਗੀਰ ਬਾਦਸ਼ਾਹ ਨੇ ਭੇਜਿਆ ਦਿੱਲੀ ਤੋਂ, ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਅਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਉਹਦੀ ਹਾਂ ਕਰਤੀ, ਕਹਿੰਦੇ ਠੀਕ ਹੈ ਵੀ ਜ਼ਰੂਰ ਮਿਲਾਂਗੇ, ਕਿਉਂਕਿ ਛੇਵੇਂ ਪਾਤਸ਼ਾਹ ਵੀ ਚਾਹੁੰਦੇ ਸੀ ਕਿ ਇਹਦੇ ਬਾਦਸ਼ਾਹ ਨਾਲ ਮੇਲ ਹੋਵੇ, ਉਹਦੇ ਨਾਲ ਖੁੱਲ੍ਹੀਆਂ ਵਿਚਾਰਾਂ ਗੱਲਾਂ ਬਾਤਾਂ ਹੋਣ, ਚਾਹੁੰਦੇ ਸੀ ਸਤਿਗੁਰੂ ਵੀ। ਇੱਥੋਂ ਫਿਰ ਮਾਤਾ ਗੰਗਾ ਜੀ ਨਾਲ ਸਲਾਹ ਕੀਤੀ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਰਗਿਆਂ ਨਾਲ ਸਲਾਹ ਕੀਤੀ, ਗੁਰਮੁਖੋਂ ਰਹਿ ਮਸਵਰਾ ਹੋ ਗਿਆ। ਕੁਛ ਕੁ ਸਿੱਖ ਚਾਹੁੰਦੇ ਵੀ ਸੀ ਵੀ ਗੁਰੂ ਸਾਹਿਬ ਉੱਧਰ ਨਾ ਜਾਣ, ਪਰ ਮਹਾਰਾਜ ਦਾ ਹੁਕਮ ਨਹੀਂ ਸੀ ਨਾ ਮੁੜ ਸਕਦੇ। ਸਲਾਹ ਜ਼ਰੂਰ ਦਿੱਤੀ, ਪਰ ਸਤਿਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਸੀਂ ਜ਼ਰੂਰ ਜਾਣਾ ਹੈ। ਅੰਮ੍ਰਿਤਸਰ ਦੀ ਜ਼ਿੰਮੇਵਾਰੀ ਮੁਖੀਏ ਸਿੱਖਾਂ ਨੂੰ ਦੇ ਕੇ ਮੇਰੇ ਸਤਿਗੁਰੂ ਅੰਮ੍ਰਿਤਸਰ ਤੋਂ ਚੱਲੇ ਗੁਰਮੁਖੋ। ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਮਾਝਾ, ਮਾਲਵਾ, ਦੁਆਬਾ ਹੁੰਦੇ ਹੋਏ ਕਈ ਥਾਵਾਂ ਨੂੰ ਤਾਰਦੇ ਤਾਰਦੇ ਛੇਵੇਂ ਪਾਤਸ਼ਾਹ ਫਿਰ ਦਿੱਲੀ ਪਹੁੰਚੇ, ਜਿੱਥੇ ਮਜਨੂ ਢਿੱਲਾ ਨਾ, ਉੱਥੇ ਜਾ ਕੇ ਛੇਵੇਂ ਪਾਤਸ਼ਾਹ ਨੇ ਟਿਕਾਣਾ ਕੀਤਾ। ਅਤੇ ਜਿਵੇਂ ਜਿਵੇਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਕਿ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ, ਸੰਗਤਾਂ ਨੂੰ ਚਾਅ ਚੜ੍ਹ ਗਿਆ। ਗੁਰਮੁਖੋ ਜਥਿਆਂ ਦੇ ਰੂਪ ਵਿੱਚ ਦਿੱਲੀ ਦੀ ਸੰਗਤ ਇਕੱਠੀ ਹੋ ਕੇ ਜਾਂਦੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ, ਬਹੁਤ ਭਾਰੀ ਇਕੱਠ ਹੋਇਆ ਸੰਗਤਾਂ ਦਾ। ਅਤੇ ਸੰਗਤਾਂ ਨੇ ਇਹੀ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ, ਸਿਮਰਨ ਮੈਨੂੰ ਬਖਸ਼ੀ।
ਸੰਗਤ ਜਾ ਜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀ। ਉੱਥੋਂ ਫਿਰ ਜਹਾਂਗੀਰ ਬਾਦਸ਼ਾਹ ਨੇ ਕੁਛ ਕਾਜੀ ਮਲਾਣਿਆਂ ਨੂੰ ਵੀ ਭੇਜਿਆ ਕਿ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਚੈੱਕ ਕਰੋ, ਪਤਾ ਕਰੋ ਕੋਈ ਰੱਬੀ ਰਹਿਮਤ ਹੈਗੀ ਆ ਜਾਂ ਐਵੇਂ ਹੀ ਪਖੰਡ ਹੈ। ਤਾਂ ਉਹ ਜਿਹੜੇ ਕਾਜੀ ਮਲਾਣੇ ਆਏ, ਮੇਰੇ ਸਤਿਗੁਰੂ ਜੀ ਨੇ ਉਹਨਾਂ ਨਾਲ ਬਚਨ ਬਿਲਾਸ ਕੀਤੇ, ਤਸੱਲੀ ਕਰਵਾਤੀ। ਉਹਨਾਂ ਮਲਾਣਿਆਂ ਨੇ ਫਿਰ ਜਾ ਕੇ ਦੱਸਿਆ ਸੀ ਕਿ ਇਹ ਨੇ ਰੱਬੀ ਫਕੀਰ, ਬਾਦਸ਼ਾਹ ਤੈਨੂੰ ਇਹਨਾਂ ਫਕੀਰਾਂ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਆਖੋ ਸਤਨਾਮ। ਜਿਹੜਾ ਬਾਦਸ਼ਾਹ ਜਹਾਂਗੀਰ ਸੀ ਹੈ ਤਾਂ ਇਹ ਮੁਗਲ ਬਾਦਸ਼ਾਹ, ਪਰ ਇਹ ਗੈਬੀ ਸ਼ਕਤੀਆਂ ਤੋਂ ਭੈ ਰੱਖਦਾ ਸੀ ਗੁਰਮੁਖ। ਹੁਣ ਉਦੋਂ ਬਾਅਦ ਫਿਰ ਬਾਦਸ਼ਾਹ ਜਹਾਂਗੀਰ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਮਹਿਲਾਂ 'ਚ ਬੁਲਾਉਂਦਾ ਹੈ, ਬੜਾ ਆਦਰ ਸਤਿਕਾਰ ਕੀਤਾ, ਗੱਲਾਂ ਬਾਤਾਂ ਬਚਨ ਬਿਲਾਸ ਹੁੰਦੇ ਰਹੇ। ਅਤੇ ਬਾਦਸ਼ਾਹ ਜਹਾਂਗੀਰ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੈਂ ਰਹਿੰਦਾ ਬਿਮਾਰ। ਉਹਨਾਂ ਦਿਨਾਂ 'ਚ ਜਹਾਂਗੀਰ ਬਿਮਾਰ ਸੀ ਗੁਰਮੁਖ, ਕਹਿੰਦਾ ਜੀ ਮੇਰੇ ਵਾਸਤੇ ਕੋਈ ਉਪਰਾਲਾ ਕਰੋ, ਕੋਈ ਉਪਾਅ ਦੱਸੋ। ਇੱਧਰ ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਸੀ। ਜਹਾਂਗੀਰ ਨੇ ਗੁਰਮੁਖੋ ਸਤਿਗੁਰੂ ਜੀ ਨੂੰ ਆਖਿਆ ਕਿ ਮੇਰਾ ਭਲਾ ਕਿਵੇਂ ਹੋਵੇ। ਮਹਾਰਾਜ ਕਹਿੰਦੇ ਕੋਈ ਸੋਚਦੇ ਹਾਂ, ਦੱਸਾਂਗੇ ਤੇਰਾ ਭਲਾ ਕਿੱਦਾਂ ਹੋਣਾ। ਜਹਾਂਗੀਰ ਨੇ ਤਰ੍ਹਾਂ ਤਰ੍ਹਾਂ ਦੇ ਨਜ਼ਰਾਨੇ ਭੇਟ ਕੀਤੇ ਅਤੇ 100 ਰੁਪਇਆ, ਉਸ ਵੇਲੇ ਦਾ ਬਹੁਤ ਵੱਡੀ ਰਕਮ ਸੀ ਗੁਰਮੁਖ, 100 ਰੁਪਇਆ ਸਰਕਾਰੀ ਖਜ਼ਾਨੇ ਵਿੱਚੋਂ ਗੁਰੂ ਕੇ ਲੰਗਰਾਂ ਵਾਸਤੇ ਰੋਜ਼ ਦਾ ਲਾਤਾ, ਵੀ ਰੋਜ਼ ਦਾ ਸਰਕਾਰੋਂ ਮਿਲੂ। ਜਦੋਂ ਬਾਦਸ਼ਾਹ ਜਹਾਂਗੀਰ ਦੀ ਨੇੜਤਾ 6ਵੇਂ ਪਾਤਸ਼ਾਹ ਨਾਲ ਹੋਣ ਲੱਗੀ ਨਾ, ਕੁਛ ਕੁ ਦਿਨ ਹੀ ਹੋਏ ਸੀ, ਉੱਧਰੋਂ ਚੰਦੂ ਨੂੰ ਭੈ ਹੋ ਗਿਆ, ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਜਿਹੜਾ ਪਾਪ ਕੀਤਾ ਹੈ ਇਹਦਾ ਫਲ ਮੈਨੂੰ ਭੁਗਤਣਾ ਪੈਣਾ ਹੈ। 6ਵੇਂ ਪਾਤਸ਼ਾਹ ਦੇ ਨਾਲ ਬਾਦਸ਼ਾਹ ਦੀ ਨੇੜਤਾ ਮੇਰੇ ਵਾਸਤੇ ਚੰਗੀ ਨਹੀਂ ਹੈ, ਕਹਿੰਦਾ। ਇਹਨੇ ਫਿਰ ਰਾਇ ਬਣਾਈ, ਇੱਕ ਜੋਤਸੀ ਨੂੰ ਗੁਰਮੁਖੋ ਮਾਇਆ ਦੇਤੀ ਬਹੁਤ ਸਾਰੀ, ਲਾਲਚ ਵਿੱਚ ਲਿਆਂਦਾ, ਕਹਿੰਦਾ ਵੀ ਐਂ ਕਰੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਜਾਣਾ। ਜਹਾਂਗੀਰ ਡਰਦਾ, ਇੱਕ ਬਿਮਾਰ ਹੈ, ਉਹਨੂੰ ਡਰਾ ਦੇ, ਸਾਰੀ ਗੱਲਬਾਤ ਸਮਝਾ ਕੇ ਜੋਤਸੀ ਭੇਜਤਾ। ਅਤੇ ਜੋਤਸੀ ਨੇ ਗੁਰਮੁਖੋ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਜਾ ਕੇ ਆਖਿਆ, ਕਹਿੰਦਾ ਬਾਦਸ਼ਾਹ ਜੀ ਮੈਂ ਆ ਜੋਤਸੀ ਨਜੂਮੀ ਹਾਂ, ਮੇਰੀ ਜੋਤਿਸ਼ ਵਿੱਦਿਆ ਦੱਸਦੀ ਆ ਵੀ ਤੁਹਾਡੇ 'ਤੇ ਬਹੁਤ ਵੱਡੀ ਸਾੜ ਸਤੀ ਚੜ੍ਹ ਕੇ ਆ ਰਹੀ। ਬਾਦਸ਼ਾਹ ਬੜਾ ਡਰਿਆ, ਕਹਿੰਦਾ ਮੈਂ ਪਹਿਲੀ ਬਿਮਾਰ ਹਾਂ, ਇਹ ਜਿਹੜੀ ਸਾੜ ਸਤੀ ਚੜ੍ਹ ਕੇ ਆ ਰਹੀ ਆ ਇਹਦਾ ਕੋਈ ਹੱਲ ਹੈਗਾ? ਅਤੇ ਉਹ ਨਜੂਮੀਆਂ ਜਿਹੜਾ ਜੋਤਿਸ਼ੀ ਭੇਜਿਆ ਸੀ ਉਹ ਕਹਿੰਦਾ ਜੀ ਕੋਈ ਨੌਜਵਾਨ ਫਕੀਰ ਹੋਵੇ ਸੱਚਾ ਸੁੱਚਾ, ਉਹ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਤਪ ਕਰੇ, ਭਗਤੀ ਕਰੇ, ਤੁਹਾਡੀ ਸਾੜ੍ਹ ਸਤੀ ਤਾਂ ਟਲ ਸਕਦੀ ਹੈ। ਬਾਦਸ਼ਾਹ ਜਹਾਂਗੀਰ ਆਪਣੇ ਵਜ਼ੀਰਾਂ ਨੂੰ ਕਹਿੰਦਾ ਕੋਈ ਲੱਭੋ ਨੌਜਵਾਨ ਫਕੀਰ ਜਿਹੜਾ ਕਰਮ ਧਰਮ ਵਿੱਚ ਪੂਰਾ ਹੋਵੇ। ਅਤੇ ਚੰਦੂ ਉਦੋਂ ਹੀ ਬੋਲ ਪਿਆ, ਕਹਿੰਦਾ ਜੀ ਦੇਖੋ ਤੁਹਾਡੇ ਕੋਲ 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਇਹਨਾਂ ਨਾਲੋਂ ਸੱਚਾ ਸੁੱਚਾ ਹੋਰ ਕੋਈ ਸੰਸਾਰ 'ਚ ਹੈ ਨਹੀਂ। ਗੱਲ ਕੁਦਰਤੋਂ ਹੈ ਸੱਚੀ ਸੀ, ਪਰ ਸੱਚ ਕਹਿੰਦੇ ਵੀ ਮਗਰ ਬੇਈਮਾਨੀ ਸੀ। ਆਖੋ ਸਤਨਾਮ। ਕਹਿੰਦਾ ਇਹਨਾਂ ਨਾਲੋਂ ਸੱਚਾ ਸੁੱਚਾ ਤੁਹਾਨੂੰ ਹੋਰ ਕੌਣ ਮਿਲਣਾ, ਇਹਨਾਂ ਨੂੰ ਹੀ ਆਖੋ ਇਹ ਤੁਹਾਡੀ ਬਾਬਤ ਗਵਾਲੀਅਰ ਦੇ ਕਿਲੇ ਵਿੱਚ ਤਪ ਕਰਨ। ਅਤੇ ਜਦੋਂ ਬਾਦਸ਼ਾਹ ਜਹਾਂਗੀਰ ਮਹਾਰਾਜ ਵੱਲ ਤੱਕਦਾ, ਸਤਿਗੁਰ ਹੱਸ ਪਏ,
ਸਤਿਗੁਰ ਕਹਿੰਦੇ ਬਾਦਸ਼ਾਹ ਜੀ ਜਿੱਥੇ ਜਪ ਤਪ ਦੀ ਗੱਲ ਹੈ ਉਹ ਤੋਂ ਅਸੀਂ ਕਾਹਤੋਂ ਜਵਾਬ ਦੇਵਾਂਗੇ, ਨਾਲੇ ਜੇ ਸਾਡੇ ਭਜਨ ਕਰਨ ਨਾਲ ਤੇਰਾ ਭਲਾ ਹੁੰਦਾ ਤਾਂ ਅਸੀਂ ਜ਼ਰੂਰ ਕਰਾਂਗੇ। ਬਾਦਸ਼ਾਹ ਜਹਾਂਗੀਰ ਜੋਤਸ਼ੀ ਨੂੰ ਕਹਿੰਦਾ ਜੀ ਜੇ ਇਹਨਾਂ ਨੇ ਤਪ ਕਰ ਲਿਆ, ਭਗਤੀ ਕੀਤੀ, ਫਿਰ ਮੇਰੀ ਸਾੜ ਸਤੀ ਟਲ ਜੂ। ਛੇਵੇਂ ਪਾਤਸ਼ਾਹ ਨਾਲ ਹੀ ਬਚਨ ਕਰਦੇ ਆ, ਕਹਿੰਦੇ ਬਾਦਸ਼ਾਹ ਜਹਾਂਗੀਰ ਜੀ ਚਿੰਤਾ ਨਾ ਕਰੋ, ਇਹ ਜਿਹੜੀ ਸਾੜ ਸਤੀ ਤੁਹਾਡੇ 'ਤੇ ਆ ਰਹੀ ਹੈ ਨਾ, ਅਸੀਂ ਤਪ ਕਰਾਂਗੇ, ਇਹ ਜਿੱਥੋਂ ਚੱਲੀ ਹੈ ਉੱਥੇ ਹੀ ਜਾਊ ਵਾਪਸ। ਆਖੋ ਸਤਨਾਮ। ਅਤੇ ਤੁਹਾਨੂੰ ਵੀ ਬੇਨਤੀ ਹੈ, ਗੁਰਬਾਣੀ ਵਿੱਚ ਦੱਸਿਆ ਹੈ, ਮਹਾਰਾਜ ਦਾ ਬਚਨ ਆਪਾਂ ਕੱਲ੍ਹ ਵੀ ਸਾਂਝਾ ਕੀਤਾ ਸੀ, ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਸੁੱਖ ਨਹੀਂ ਭਾਈ ਮੀਤ। ਕਹਿੰਦੇ ਕਿਸੇ ਦਾ ਬੁਰਾ ਨਾ ਤੱਕੀ, ਜੇ ਤੂੰ ਕਿਸੇ ਦਾ ਬੁਰਾ ਤੱਕੇਗਾ ਸੁੱਖ ਤੈਨੂੰ ਵੀ ਨਹੀਂ ਹੋ ਸਕਦਾ। ਅਤੇ ਜੇ ਤਾਂ ਮੂਹਰੇ ਹੋਵੇ ਕੋਈ ਕੱਚਾ ਪਿੱਲਾ, ਅੱਜ ਕੱਲ੍ਹ ਵੀ ਦੇਖਦੇ ਹੋ ਨਾ ਲੋਕ, ਖਿਮਾ ਕਰਿਓ ਕਈ ਇਸ ਗੱਲ ਦਾ ਬੁਰਾ ਮਨਾਉਣਗੇ, ਕਰਿਆ ਕਰਾਇਆ ਵੀ ਬਹੁਤ ਕੁਛ ਹੁੰਦਾ ਗੁਰਮੁਖੋ। ਜਿਹੜੇ ਤਾਂ ਹੁਣ ਕੱਚੇ ਪਿੱਲੇ ਉਹਨਾਂ ਨੂੰ ਹੁੰਦਾ ਹੈ, ਪਰ ਜਿਹੜੇ ਸਤਿਗੁਰ ਦੇ ਬਣੇ ਹੋਣ, ਆਪ ਸਮਰੱਥਾ ਰੱਖਦੇ ਹੋਣ, ਜਿਵੇਂ ਭਾਈ ਤਿਲਕੂ ਹੋਇਆ ਨਾ ਇਤਿਹਾਸ ਵਿੱਚ, ਉਹਨੂੰ ਵੀ ਡਲਾਉਣ ਵਾਸਤੇ ਗੁਰੂ ਅਰਜਨ ਦੇ ਵੇਲੇ ਬੜੇ ਮੰਤਰ ਪੜ੍ਹੇ ਸੀ ਯੋਗੀ ਨੇ, ਗੜ ਸ਼ੰਕਰ ਜਾ ਕੇ ਦੇਖ ਲਿਓ ਸਥਾਨ ਬਣਿਆ ਹੋਇਆ। ਪਰ ਉਹ ਹੈ ਤਾਂ ਕਿਰਤੀ ਸਿੱਖ ਸੀ, ਪਰ ਨਿਤਨੇਮੀ ਸੀ, ਮੂਲ ਮੰਤਰ ਹੀ ਪੜ੍ਹੀ ਗਿਆ ਉਹਦੇ 'ਤੇ ਕੋਈ ਮੰਤਰ ਦਾ ਅਸਰ ਨਹੀਂ ਹੋਇਆ ਗੁਰੂ। ਅੱਜ ਕੱਲ੍ਹ ਵੀ ਸੰਸਾਰ ਵਿੱਚ ਬੜੀਆਂ ਬਦਰੂਹਾਂ ਫਿਰਦੀਆਂ, ਉਹਨੇ ਜਿਉਂਦੇ ਨਹੀਂ ਫਿਰਦੇ ਜਿੰਨੇ ਮਰੇ ਭਟਕਦੇ ਫਿਰਦੇ ਆ ਗੁਰਮੁਖ। ਅਣਾਈ ਮੌਤ ਜਦੋਂ ਮਰਦੇ ਨੇ ਫਿਰ ਕਿੱਥੇ ਮੁਕਤੀਆਂ ਮਿਲਦੀਆਂ? ਅਤੇ ਉਹ ਕਰਿਆ ਕਰਾਇਆ ਵੀ ਬੜਾ ਕੁਛ ਹੁੰਦਾ ਹੈ, ਪਰ ਤੁਹਾਨੂੰ ਡਰਨ ਦੀ ਲੋੜ ਨਹੀਂ। ਜਿਹਦੇ ਕੋਲ ਸਤਿਗੁਰ ਦੀ ਬਾਣੀ ਹੈ, ਨਿਤਨੇਮ ਹੁੰਦਾ, ਸਿਮਰਨ ਹੁੰਦਾ ਜਿੱਥੇ, ਉੱਥੇ ਤੱਤੀ ਵਾਹ ਨਹੀਂ ਲੱਗਦੀ। ਆਖੋ ਸਤਨਾਮ। ਇਹ ਅਸੀਂ ਕੋਲੋਂ ਨਹੀਂ ਕਹਿੰਦੇ, ਸਤਿਗੁਰ ਦਾ ਬਚਨ ਹੈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਏ। ਜਿਨ੍ਹਾਂ ਦੇ ਆਲੇ ਦੁਆਲੇ ਬਾਣੀ ਦੀ ਕਾਰ ਹੋਵੇ, ਨਿਤਨੇਮ ਦੀ ਕਾਰ ਹੋਵੇ, ਉਹਨਾਂ ਨੂੰ ਫਿਰ ਤੱਤੀ ਵਾਹ ਨਹੀਂ ਲੱਗਦੀ ਪਾਈ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਬਾਦਸ਼ਾਹ ਜੀ ਚਿੰਤਾ ਨਾ ਕਰੋ, ਇਹ ਜਿਹੜੀ ਸਾੜ ਸਤੀ ਹੈ ਇਹ ਜਿੱਥੋਂ ਪੈਦਾ ਹੋਈ ਹੈ ਉੱਥੇ ਜਾ ਜ਼ਰੂਰ ਕਰਾਂਗੇ। ਜਪ ਤਪ ਕਰਨ ਦੇ ਬਹਾਨੇ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਲਿਜਾਇਆ ਗਿਆ ਗੁਰਮੁਖ। ਅਤੇ ਜਿਹੜਾ ਗਵਾਲੀਅਰ ਦਾ ਕਿਲਾ ਸੀ, ਅਸਲ ਵਿੱਚ ਇਹ ਇੱਕ ਐਸੀ ਜੇਲ੍ਹ ਸੀ, ਜਿਹੜਾ ਉੱਥੇ ਇੱਕ ਵਾਰੀ ਵਗ ਜਾਂਦਾ ਉਹ ਮੁੜ ਕੇ ਜਿਉਂਦਾ ਬਾਹਰ ਨਹੀਂ ਸੀ ਆਉਂਦਾ। ਆਖੋ ਸਤਨਾਮ। ਇਹ ਬਹੁਤ ਪੁਰਾਣਾ ਕਿਲ੍ਹਾ ਹੈ, ਬੜੇ ਉੱਚੇ ਪਰਬਤ 'ਤੇ ਬਣਾਇਆ ਸੀ, ਪੱਥਰਾਂ ਨੂੰ ਘੜ ਘੜ ਕੇ ਕੰਧਾਂ ਬਣਾਈਆਂ ਸੀ, ਮੂਰਤਾਂ ਤਿਆਰ ਕੀਤੀਆਂ ਸੀ, ਬਹੁਤ ਪੁਰਾਣਾ ਕਿਲ੍ਹਾ ਹੈ। ਅਤੇ ਗੁਰਮੁਖ ਪਿਆਰਿਓ, ਇਸ ਕਿਲ੍ਹੇ ਦੇ ਵਿੱਚ ਜਹਾਂਗੀਰ ਨੇ 52 ਰਾਜੇ ਹੋਰ ਵੀ ਕੈਦ ਕੀਤੇ ਹੋਏ ਸੀ, ਰਾਜਪੂਤ ਰਾਜੇ। ਉਹਨਾਂ ਰਾਜਿਆਂ ਨੂੰ ਕੈਦ ਕਰਕੇ ਰਾਜ ਭਾਗ ਉਹਨਾਂ ਦਾ ਆਪਣੇ ਵਿੱਚ ਮਿਲਾ ਲਿਆ, ਅਤੇ ਰਾਜਿਆਂ ਨੂੰ ਗਵਾਲੀਅਰ ਬੰਦ ਕੀਤਾ ਸੀ। ਉਮਰ ਭਰ ਦੀ ਸਜ਼ਾ ਸੀ ਵੀ ਜਿੰਨਾ ਚਿਰ ਇਹ ਮਰਦੇ ਨਹੀਂ ਇਹਨਾਂ ਨੂੰ ਛੱਡਣਾ ਨਹੀਂ। ਅਤੇ ਹਾਲ ਪਤਾ ਕੀ ਸੀ, ਵੱਡੇ ਵੱਡੇ ਥੰਮ ਉਹਨਾਂ ਨਾਲ ਸੰਗਲਾਂ ਨਾਲ ਨੂੜ ਕੇ ਬੰਨੇ ਹੋਏ ਰਾਜੇ। ਅਸੀਂ ਜਾ ਕੇ ਆਏ ਹਾਂ, ਮੈਨੂੰ ਮੌਕਾ ਮਿਲਿਆ ਉੱਥੇ ਜਾਣ ਦਾ। ਗੁਰੂ ਸਾਹਿਬ ਦਾ ਅਸਥਾਨ ਵੀ ਹੈ, ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ। 2 ਸਾਲ 3 ਮਹੀਨੇ ਰਹੇ ਨੇ, 2 ਸਾਲ 3 ਮਹੀਨੇ ਛੇਵੇਂ ਪਾਤਸ਼ਾਹ ਰਹੇ ਉੱਥੇ ਕਿਲ੍ਹੇ ਦੇ ਵਿੱਚ। ਅਸੀਂ ਦਰਸ਼ਨ ਕਰਨ ਗਏ, ਹੁਣ ਵੀ ਡਰ ਲੱਗਦਾ ਹੈ, ਵੱਡੇ ਵੱਡੇ ਥੰਮ
ਮੋਟੇ ਮੋਟੇ ਸੰਗਲ ਨਿਸ਼ਾਨੀ ਪਈ ਹੈ, ਉੱਥੇ ਇੱਕ ਖੂਹੀ ਹੈ, ਉਸ ਖੂਹੀ ਦੇ ਵਿੱਚ ਹੀ ਨਹਾਉਣਾ, ਉੱਥੇ ਮਲਮੂਤਰ ਕਰਨਾ ਅਤੇ ਉਹੀ ਪਾਣੀ ਪੀਣ ਨੂੰ ਮਿਲਦਾ ਸੀ। ਆਖੋ ਸਤਨਾਮ। ਭੁੱਖੇ ਤਿਹਾਏ ਸਖ਼ਤ ਸਜਾਵਾਂ ਭੁਗਤਦੇ ਸੀ ਰਾਜੇ ਗੁਰਮੁਖ, ਰੋਂਦੇ ਕਰ ਲਾਉਂਦੇ ਆਪਣੇ ਕਰਮਾਂ ਨੂੰ। ਪਰ ਜਿਸ ਦਿਨ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਗਏ, ਇਹਨਾਂ ਨੂੰ ਵੀ ਇੱਕ ਥਾਂ ਲਿਜਾ ਕੇ ਬਿਠਾਇਆ ਗਿਆ। ਪੰਜ ਸਿੱਖ ਇਹਨਾਂ ਦੇ ਨਾਲ ਗਏ ਸੀ ਗੁਰਮੁਖ, ਭਾਈ ਜੇਠਾ ਜੀ ਵਰਗੇ। ਜਦੋਂ ਹੀ ਗੁਰਮੁਖ ਪਿਆਰਿਓ ਸਤਿਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਪਹੁੰਚੇ ਅਤੇ ਉੱਥੇ ਕਿਲ੍ਹੇ ਦਾ ਜਿਹੜਾ ਦਰੋਗਾ ਸੀ ਨਾ, ਜੇਲਰ ਕਹਿ ਲਓ, ਜੇਲ੍ਹ ਦਾ ਮੁਖੀ, ਉਹਦਾ ਨਾਮ ਸੀ ਹਰਦਾਸ। ਉਹਨੇ ਕਮਰਾ ਦੇ ਤਾ, ਜਿਵੇਂ ਜਿਵੇਂ ਜਹਾਂਗੀਰ ਦਾ ਹੁਕਮ ਸੀ ਉਵੇਂ ਉਵੇਂ ਗੁਰੂ ਔਰ ਗੁਰੂ ਕੇ ਸਿੱਖਾਂ ਨੂੰ ਟਿਕਾਣੇ ਦੇ ਤੇ। ਅਤੇ ਜਿਹੜਾ ਚੰਦੂ ਸੀ ਗੁਰਮੁਖ ਪਿਆਰਿਓ, ਇਹਨੇ ਆਪਣੇ ਇੱਕ ਬੰਦੇ ਦੇ ਹੱਥ ਹਰੀਦਾਸ ਦਰੋਗੇ ਨੂੰ ਚਿੱਠੀ ਲਿਖਤੀ। ਆਖੋ ਸਤਨਾਮ। ਕਵੀ ਲਿਖਦੇ ਨੇ, ਕਿਲੇ ਦਾ ਦਰੋਗਾ ਹਰੀਦਾਸ ਨਾਮ ਖੱਤਰੀ ਸੀ, ਚੰਦੂ ਦਾ ਮਿੱਤਰ ਇਤਿਹਾਸ ਵਿੱਚ ਆਇਆ ਜੀ। ਉਹ ਕਹਿੰਦੇ ਚੰਦੂ ਦਾ ਮਿੱਤਰ ਸੀ, ਤਾਂ ਹੀ ਚੰਦੂ ਨੇ ਬਹਾਨੇ ਨਾਲ ਉੱਥੇ ਭੇਜਿਆ ਸੀ ਛੇਵੇਂ ਪਾਤਸ਼ਾਹ। ਆਪਣੇ ਮਿੱਤਰ ਨੂੰ ਇੱਕ ਚਿੱਠੀ ਲਿਖੀ, ਉਹਦੇ ਵਿੱਚ ਸਾਰਾ ਕੁਛ ਲਿਖਤਾ। ਕਹਿੰਦਾ ਵੀ ਇਹ ਨੇ ਗੁਰੂ ਘਰ ਦੇ ਸੇਵਕ, ਗੁਰੂ ਅਰਜਨ ਦੇਵ ਦੀ ਇਸ ਤਰ੍ਹਾਂ ਕਰਕੇ ਮੈਥੋਂ ਮੌਤ ਹੋ ਗਈ, ਮੈਂ ਚਾਹੁੰਦਾ ਵੀ ਇਹਨਾਂ ਨੂੰ ਵੀ ਮਾਰਿਆ ਜਾਵੇ, ਗੁਰੂ ਘਰ ਦਾ ਬੋਲਬਾਲਾ ਵਧਣਾ ਨਹੀਂ ਚਾਹੀਦਾ। ਹਰੀਦਾਸ ਨੂੰ ਕਹਿੰਦਾ ਤੂੰ ਹੈ ਮੇਰਾ ਮਿੱਤਰ, ਅਤੇ ਮਿੱਤਰਾਂ ਨੂੰ ਮਿੱਤਰਾਂ ਦਾ ਦੁੱਖ ਵੰਡਾਉਣਾ ਚਾਹੀਦਾ। ਚਿੱਠੀ ਵਿੱਚ ਲਿਖਦਾ ਹੈ, ਜ਼ਹਿਰ ਦੇ ਕੇ ਮਾਰੋ ਗੁਰੂ ਪੰਜਵੇਂ ਦੇ ਪੁੱਤਰ ਨੂੰ, ਸੱਜਣ ਹੋ ਕੇ ਚਾਹੀਏ ਦੁੱਖ ਦਾਸ ਦਾ ਵੰਡਾਇਆ ਜੀ। ਕਹਿੰਦਾ ਤੈਨੂੰ ਵੀ ਚਾਹੀਦਾ ਮੇਰਾ ਦੁੱਖ ਵੰਡਾ, ਇਹ ਜਿਹੜਾ ਨਵਾਂ ਬਣਾ ਗੁਰੂ ਫੌਜਾਂ ਭਰਤੀ ਕਰਦਾ ਹੈ, ਇਹ ਤੋਂ ਮੈਨੂੰ ਡਰ ਲੱਗਦਾ। ਡਰ ਆਖੋ ਸਤਨਾਮ। ਖੋਲਿਆ ਜਾ ਖੱਤ ਕਿਲੇਦਾਰ ਨੇ ਸੀ ਸੀਤਲ ਜੀ, ਖਾ ਕੇ ਉਬਾਲਾ ਖੂਨ ਅੱਖੀਆਂ ਚ ਆਇਆ ਜੀ। ਉਸ ਹਰਦਾਸ ਦਰੋਗੇ ਨੇ ਜਦੋਂ ਚਿੱਠੀ ਖੱਤ ਖੋਲ ਕੇ ਪੜ੍ਹਿਆ, ਕਹਿੰਦੇ ਖੂਨ ਉਬਾਲੇ ਖਾ ਕੇ ਅੱਖੀਆਂ 'ਚ ਆ ਗਿਆ, ਕਿਉਂਕਿ ਉਹ ਗੁਰੂ ਘਰ 'ਤੇ ਸ਼ਰਧਾ ਰੱਖਦਾ ਸੀ। ਉਹਨੇ ਬਿਆਉਂਤ ਬਣਾਈ ਅਤੇ ਚਿੱਠੀ ਗੁਰਮੁਖੋ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਪਹਿਲੇ ਦਿਨ ਹੀ ਦੇਤੀ। ਕਹਿੰਦਾ ਜੀ ਤੁਸੀਂ ਅੱਜ ਹੀ ਆਏ ਹੋ, ਇਹਨਾਂ ਨੇ ਬਹਾਨਾ ਬਣਾਇਆ ਭਜਨ ਪਾਠ ਦਾ, ਤਾਂ ਅਸਲ ਵਿੱਚ ਇਹ ਤੁਹਾਨੂੰ ਮਾਰਨਾ ਚਾਹੁੰਦੇ ਨੇ। ਆਹ ਦੇਖੋ ਚੰਦੂ ਦੀ ਚਿੱਠੀ ਆ ਗਈ, ਜਦੋਂ ਵੀ ਤੁਸੀਂ ਇੱਥੇ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਕੁਛ ਖਾਵੋ ਪੀਵੋ ਛਕੋ ਛਕਾਓ, ਹੁਣ ਆਪਣਾ ਖਿਆਲ ਰੱਖਣਾ। ਆਖੋ ਸਤਨਾਮ। ਮੇਰੇ ਵੱਲੋਂ ਬੇਫਿਕਰ ਹੋ ਜਾਓ, ਮੈਂ ਉਸ ਬੇਈਮਾਨ ਨਾਲ ਰਲ ਕੇ ਤੁਹਾਨੂੰ ਕੁਛ ਖਾਣੇ 'ਚ ਮਿਲਾ ਕੇ ਨਹੀਂ ਦਿੰਦਾ। ਛੇਵੇਂ ਪਾਤਸ਼ਾਹ ਨੇ ਉੱਥੇ ਫਿਰ ਫੈਸਲਾ ਕੀਤਾ, ਰਾਜਨੀਤੀ ਤੋਂ ਕੰਮ ਲਿਆ। ਕਹਿੰਦੇ ਜੇਲ੍ਹ ਦੇ ਵੱਲੋਂ, ਬਾਦਸ਼ਾਹ ਦੇ ਵੱਲੋਂ, ਸਰਕਾਰ ਵੱਲੋਂ ਜੋ ਕੁਛ ਵੀ ਮਿਲੇ ਉਹ ਆਪਾਂ ਖਾਣਾ ਨਹੀਂ ਹੈ। ਫਿਰ ਗੁਰੂ ਸਾਹਿਬ ਦੇ ਸਿੱਖ ਭਾਈ ਜੇਠੇ ਵਰਗੇ ਬਾਹਰ ਜਾਂਦੇ ਸੀ, ਕਿਰਤ ਕਰਦੇ, ਕੋਈ ਦਿਹਾੜੀ ਕਰਦਾ, ਕੋਈ ਕੁਛ ਕੋਈ ਕੁਛ, ਆਪਣੀ ਕਿਰਤ ਦੀ ਜੋ ਮਾਇਆ ਹੁੰਦੀ
ਉਹਦੀ ਰਸਤ ਵਾਸਤਾ ਆਪ ਲਿਆ ਕੇ ਗੁਰੂ ਸਾਹਿਬ ਵਾਸਤੇ ਆਪ ਲੰਗਰ ਤਿਆਰ ਕਰਕੇ ਛਕਾਉਂਦੇ ਆਖੋ ਸਤਨਾਮ। ਅਤੇ ਜਿਹੜਾ ਸਰਕਾਰ ਵੱਲੋਂ ਰਸਤ ਵਾਸਤੇ ਮਾਇਆ ਮਿਲਦੀ, ਛੇਵੇਂ ਪਾਤਸ਼ਾਹ ਕਹਿੰਦੇ ਜੋ ਵੀ ਰਸਤ ਆਵੇ ਇਹਦਾ ਲੰਗਰ ਤਾਂ ਬਣਾਓ ਜ਼ਰੂਰ, ਪਰ ਸਾਰੀ ਸੰਗਤ ਵਿੱਚੇ ਸਰਕਾਰੀ ਮੁਲਾਜ਼ਮਾਂ ਨੂੰ ਸਾਂਝਾ ਛਕਾਈ ਚੱਲੋ ਆਖੋ ਸਤਨਾਮ। ਜੇ ਕੋਈ ਮਿਲਾਵਟ ਕਰੂ ਉਹਨੂੰ ਪਤਾ ਲੱਗੇ ਨਾ ਵੀ ਫਿਰ ਅਸੀਂ ਵੀ ਵਿੱਚੇ ਹੀ ਖਾਣਾ। ਹੁਣ ਛੇਵੇਂ ਪਾਤਸ਼ਾਹ ਨੇ ਭਜਨ ਪਾਠ ਸ਼ੁਰੂ ਕੀਤਾ ਅਤੇ ਉੱਥੇ ਗੁਰਮੁਖ ਪਿਆਰਿਓ ਜਿਹੜੇ ਜੇਲ੍ਹ ਦੇ ਵਿੱਚ ਹੋਰ ਰਾਜੇ ਕੈਦ ਕੀਤੇ ਸੀ 52, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਖੁੱਲ੍ਹਾ ਲੰਗਰ ਰਸਤ ਪਾਣੀ ਮਿਲਣ ਲੱਗ ਗਿਆ। ਅਤੇ ਛੇਵੇਂ ਪਾਤਸ਼ਾਹ ਦੇ ਹੁਕਮ ਮੁਤਾਬਕ ਕੈਦੀ ਬਹਿੰਦੇ, ਭਜਨ ਪਾਠ ਹੁੰਦਾ, ਰੱਬ ਦਾ ਨਾਮ ਜਪਦੇ ਅਤੇ ਉਹਨਾਂ ਨੂੰ ਆਪਣਾ ਦੁੱਖ ਭੁੱਲ ਜਾਂਦਾ ਸੀ। ਆਪਣੇ ਵਾਲੀ ਗੱਲ ਹੀ ਹੈ, ਕੱਲ੍ਹ ਵੀ 2-2.5 ਘੰਟੇ ਪ੍ਰੋਗਰਾਮ ਹੋਇਆ, ਅੱਜ ਵੀ 3-4 ਘੰਟੇ ਚੱਲਣਾ। ਇੱਥੇ ਆਪਾਂ ਜੁੜ ਜਾਂਦੇ ਹਾਂ ਗੁਰਬਾਣੀ ਨਾਲ, ਨਾ ਲੱਤ ਗੋਡੇ ਦੁਖਦੇ ਦਾ ਪਤਾ ਲੱਗੇ, ਨਾ ਟਾਈਮ ਦਾ, ਨਾ ਘਰ ਦੀ ਯਾਦ ਆਉਂਦੀ ਹੈ। ਇੰਨਾ ਟਾਈਮ ਕਿਤੇ ਇਕੱਲੇ ਬਹਿ ਕੇ ਦੇਖਿਓ, ਮਨ ਨਹੀਂ ਟਿਕਦਾ ਗੁਰਮੁਖੋ, ਕਦੇ ਕਿੱਧਰ ਸੋਚਾਂ ਜਾਣਗੀਆਂ, ਕਦੇ ਕਿੱਧਰ। ਅਤੇ ਜੇ ਜੁੜ ਜਾਂਗੇ ਮਾਲਕ ਦੀ ਬਾਣੀ ਨਾਲ, ਫਿਰ ਮਨ ਟਿਕ ਜਾਂਦਾ ਆਖੋ ਸਤਨਾਮ। ਉਹ ਜਿਹੜੇ ਰਾਜੇ ਮਹਾਰਾਜੇ ਕੈਦ ਕੀਤੇ ਹੋਏ ਸੀ, ਉਹਨਾਂ ਨੇ ਵੀ ਗੁਰਮੁਖੋ ਸਤਿਗੁਰ ਦਾ ਭਜਨ ਪਾਠ ਸੁਣਨਾ, ਕਹਿੰਦੇ ਦਿਨ ਖੁਸ਼ੀਆਂ 'ਚ ਲੰਘਦੇ। 2 ਸਾਲ 3 ਮਹੀਨੇ ਸਤਿਗੁਰ ਉੱਥੇ ਰਹੇ। ਬਾਦਸ਼ਾਹ ਜਹਾਂਗੀਰ ਤਾਂ ਬਿਮਾਰ ਸੀ, ਹੋਰ ਕੰਮਾਂ 'ਚ ਉਲਝ ਗਿਆ, ਭੁੱਲ ਗਿਆ ਮਹਾਰਾਜ ਨੂੰ ਬੁਲਾਉਣਾ। ਗੁਰਮੁਖ ਬੁਲਾਇਆ ਤਾਂ ਕੁਛ ਮਹੀਨਿਆਂ ਵਾਸਤੇ ਸੀ, ਕੱਢਿਆ ਹੀ ਨਾ 2 ਸਾਲ ਜੇਲ੍ਹ ਦੇ ਵਿੱਚੋਂ। ਉੱਧਰੋਂ ਬਾਦਸ਼ਾਹ ਬਹੁਤ ਬਿਮਾਰ ਅਤੇ ਇੱਧਰੋਂ ਗੁਰੂ ਕੇ ਸਿੱਖ ਅੰਮ੍ਰਿਤਸਰ ਜਾਂਦੇ ਦਰਸ਼ਨਾਂ ਨੂੰ। ਜਦੋਂ ਪਤਾ ਲੱਗਦਾ ਵੀ ਛੇਵੇਂ ਪਾਤਸ਼ਾਹ ਤਾਂ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਨੇ, ਫਿਰ ਸਿੱਖ ਜਥਿਆਂ ਦੇ ਰੂਪ ਵਿੱਚ ਜਾਂਦੇ। ਆ ਜਿਹੜੀਆਂ ਪ੍ਰਭਾਤ ਫੇਰੀਆਂ ਹੁੰਦੀਆਂ ਨਾ ਗੁਰਮੁਖੋ, ਇਹ ਪ੍ਰਭਾਤ ਫੇਰੀਆਂ ਦੀ ਮਰਿਆਦਾ ਵੀ ਉਦੋਂ ਸ਼ੁਰੂ ਹੋਈ ਹੈ। ਉਦੋਂ ਫਿਰ ਜਥਿਆਂ ਦੇ ਰੂਪ ਵਿੱਚ ਸੰਗਤ ਅੰਮ੍ਰਿਤਸਰ ਤੋਂ ਚੱਲਦੀ, ਗਵਾਲੀਅਰ ਦੇ ਕਿਲ੍ਹੇ ਜਾਂਦੀ ਮਹਾਰਾਜ ਦੀ ਮੁਲਾਕਾਤ ਕਰਨ, ਪਰ ਮੁਲਾਕਾਤ ਉੱਥੇ ਕਰਨ ਨਾ ਦਿੱਤੀ ਜਾਂਦੀ। ਕਿਲ੍ਹਾ ਕਿਹੜਾ ਮਾੜਾ ਮੋਟਾ, ਜੇ ਗਏ ਹੋ ਤਾਂ ਤੁਹਾਨੂੰ ਪਤਾ ਹੋਣਾ, ਨਹੀਂ ਜਾ ਕੇ ਜ਼ਰੂਰ ਦੇਖਿਓ, ਬਹੁਤ ਵੱਡਾ ਲੰਬਾ ਚੌੜਾ ਫੈਲਿਆ। ਅਤੇ ਸਿੱਖ ਸੰਗਤਾਂ ਉਸ ਕਿਲ੍ਹੇ ਦੇ ਦੁਆਲੇ ਨਾਲੇ ਤਾਂ ਸ਼ਬਦ ਗਾਉਂਦੀਆਂ ਪਰ ਕਰਮਾਂ ਕਰਦੀਆਂ, ਕਿਲ੍ਹੇ ਨੂੰ ਹੀ ਮੱਥਾ ਟੇਕ ਕੇ ਫਿਰ ਵਾਪਸ ਆ ਜਾਂਦੀਆਂ ਸੀ ਆਖੋ ਸਤਨਾਮ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਹਾਵਾ ਰਾਮ ਰਾਜੇ, ਥਾਨ ਸੁਹਾਵਾ ਰਾਮ ਰਾਜੇ, ਜੀ ਧਰਤੀ ਧਨ ਧਨ ਕਰਦੀ ਹੈ, ਧਰਤੀ ਧਨ ਧਨ ਕਰਦੀ ਹੈ, ਚਰਨ ਗੁਰਾਂ ਨੇ ਪਾਏ ਉਹ ਧਰਤੀ ਵੀ ਧਨ ਧਨ ਕਰਦੀ ਹੈ, ਧਰਤੀ ਵੀ ਧਨ ਧਨ ਕਰਦੀ ਹੈ।
ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਆਇਆ ਕਰਨ, ਇੱਧਰੋਂ ਤਾਂ ਸਿੱਖਾਂ ਦਾ ਰੋਹਬ ਦਾ ਵਧਣ ਲੱਗ ਗਿਆ। ਗੁਰਮੁਖੋ ਜਥਿਆਂ ਦੇ ਰੂਪ ਵਿੱਚ ਸਿੱਖ ਜਾਂਦੇ ਅਤੇ ਉੱਧਰ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਬਹੁਤ ਹੀ ਬਿਮਾਰ ਪੈ ਗਿਆ ਅਤੇ ਜਿਹੜੀ ਜਹਾਂਗੀਰ ਦੀ ਰਾਣੀ ਸੀ ਨਾ ਮਹਾਰਾਣੀ ਨੂਰ ਜਹਾਂ, ਉਹ ਸਾਈਂ ਮੀਆਂ ਮੀਰ 'ਤੇ ਬਹੁਤ ਸ਼ਰਧਾ ਰੱਖਦੀ ਸੀ। ਉਹਨੇ ਸਾਈਂ ਮੀਆਂ ਮੀਰ ਜੀ ਨੂੰ ਬੁਲਾ ਕੇ ਪੁੱਛਿਆ, ਪੀਰ ਜੀ ਦੱਸੋ ਕੁਛ ਬਾਦਸ਼ਾਹ ਦਾ ਭਲਾ ਹੋਊਗਾ ਜਾਂ ਨਹੀਂ। ਅਤੇ ਉੱਥੇ ਮੀਆਂ ਮੀਰ ਜੀ ਨੇ ਫਿਰ ਉਹਨੂੰ ਸਮਝਾਇਆ ਸੀ, ਕਹਿੰਦੇ ਇੱਕ ਪਾਸੇ ਤਾਂ ਤੁਸੀਂ ਚਾਹੁੰਦੇ ਹੋ ਭਲਾ, ਦੂਜੇ ਪਾਸੇ ਰੱਬੀ ਬੰਦਿਆਂ ਨੂੰ ਦੁੱਖ ਦਿੰਦੇ ਹੋ। ਰੱਬੀ ਨੂਰ ਅੱਲਾ ਦੀ ਜੋਤ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਬੁਲਾਏ ਤਾਂ ਭਜਨ ਕਰਨ ਵਾਸਤੇ, ਕਰਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਮੁੜ ਕੇ ਤੁਸੀਂ ਸਾਰ ਲਈ ਹੈ, ਜਿੰਨਾ ਚਿਰ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਉਹਨਾਂ ਚਿਰ ਬਾਦਸ਼ਾਹ ਰਾਜੀ ਨਹੀਂ ਹੋਣਾ। ਇਹ ਮੀਆਂ ਮੀਰ ਜੀ ਨੇ ਗੁਰੂ ਘਰ ਦੇ ਵਾਧੇ ਵਾਸਤੇ ਗੁਰੂ ਘਰ ਦੀ ਸਿਫਤ ਵਿੱਚ ਦੇਖੋ ਯੋਗਦਾਨ ਬਹੁਤ ਪਾਇਆ। ਫਿਰ ਨੂਰ ਜਹਾਂ ਨੇ ਜਹਾਂਗੀਰ ਨਾਲ ਗੱਲ ਕੀਤੀ, ਜਹਾਂਗੀਰ ਨੂੰ ਫਿਰ ਚੇਤਾ ਆਇਆ, ਕਹਿੰਦਾ ਹਾਂ ਮੈਂ ਤਾਂ ਭੁੱਲ ਹੀ ਗਿਆ ਸੀ, ਹੁਕਮ ਭੇਜਤਾ ਕਿ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਲਿਆਂਦਾ ਜਾਵੇ, ਮੇਰੇ ਕੋਲ ਲੈ ਕੇ ਆਓ। ਅਤੇ ਜਦੋਂ ਇਹ ਸੰਦੇਸ਼ਾ ਪਹੁੰਚਿਆ ਗੁਰਮੁਖ ਪਿਆਰਿਓ ਗਵਾਲੀਅਰ ਦੇ ਕਿਲ੍ਹੇ ਕਿ ਮਹਾਰਾਜ ਕੱਲ੍ਹ ਨੂੰ ਤੁਹਾਨੂੰ ਰਿਹਾਅ ਕੀਤਾ ਜਾਣਾ, ਜਿਹੜੇ ਉੱਥੇ ਰਾਜੇ ਮਹਾਰਾਜੇ ਕੈਦ ਸੀ ਨਾ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਸਿੱਖਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜੀ। ਅਤੇ ਇੱਧਰ ਗੁਰਮੁਖ ਪਿਆਰਿਓ ਹੁਣ ਜਿਹੜੇ ਰਾਜੇ ਕੈਦ ਕੀਤੇ ਸੀ ਉਹ ਪਹਿਲਾਂ ਤਾਂ ਖੁਸ਼ ਹੋਏ ਬਹੁਤ, ਉਦੋਂ ਬਾਅਦ ਉਦਾਸ ਹੋ ਗਏ, ਸਤਿਗੁਰ ਦੇ ਚਰਨ ਫੜ ਕੇ ਨਾ ਸ਼ਾਮ ਨੂੰ ਰੋਣ ਲੱਗ ਪਏ। ਮਹਾਰਾਜ ਕਹਿੰਦੇ ਭਾਈ ਰੋਂਦੇ ਕਾਹਤੋਂ ਤੁਸੀਂ, ਕੀ ਗੱਲ? ਉਹ ਕਹਿੰਦੇ ਮਹਾਰਾਜ ਖੁਸ਼ ਤਾਂ ਅਸੀਂ ਤਾਂ ਹੋਏ ਕਿ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਤੁਸੀਂ ਪਹਿਲੇ ਇਨਸਾਨ ਹੋ ਜਿਹੜੇ ਜਿਉਂਦੇ ਬਾਹਰ ਜਾ ਰਹੇ, ਇਸ ਗੱਲ ਦੀ ਤਾਂ ਖੁਸ਼ੀ ਹੈ ਅਤੇ ਰੋਂਦੇ ਅਸੀਂ ਤਾਂ, ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਜਿੱਦਾਂ ਦੇ ਤੁਸੀਂ ਆਏ ਸੀ ਉਦੋਂ ਦਾ ਸਾਡਾ ਵੀ ਸਮਾਂ ਸੌਖਾ ਲੰਘਦਾ ਸੀ, ਪਰ ਜੇ ਤੁਸੀਂ ਚਲੇ ਗਏ ਫਿਰ ਸਾਡਾ ਫਿਰ ਉਹੀ ਬੁਰਾ ਹਾਲ ਹੋਣਾ। ਆਖੋ ਸਤਨਾਮ ਸੱਚੇ ਪਾਤਸ਼ਾਹ, ਆ ਮਾੜੇ ਕੰਨਾਂ ਨੂੰ ਫਿਰ ਸਿੱਖ ਬਾਣੀ ਪੜ੍ਹਦੇ ਕਿੱਥੋਂ ਸੁਣਨਗੇ? ਜਿਹੜੇ ਥਾਈਂ ਤੇਰੇ ਦਰਬਾਰ ਸੱਜਦੇ ਸੁਣਨੇ ਪਏ ਹੋਣਗੇ, ਸਾਡਿਆਂ ਕੀ ਨੇਤਰਾਂ 'ਚੋਂ ਨੀਰ ਵਗਦਾ ਪੰਛੀ ਵੀ ਰੋਣਗੇ। ਮਹਾਰਾਜ ਅਸੀਂ ਫਿਰ ਕਿੱਥੋਂ ਦਰਸ਼ਨ ਕਰਾਂਗੇ? ਤਾਂ ਉੱਥੇ ਗੁਰਮੁਖ ਪਿਆਰਿਓ ਉਹ ਰਾਜੇ ਰੋਏ, ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਸੀ, ਸੱਚੇ ਪਾਤਸ਼ਾਹ ਸਾਡਾ ਮਾਣ ਨਿਮਾਣਿਆਂ ਦਾ ਕੋਈ ਤੇਰੇ ਵਾਜੋਂ ਹੋਰ ਨਹੀਂ, ਸਾਡਾ ਮਾਣ ਨਿਮਾਣਿਆਂ ਦਾ ਤੇਰੇ ਵਾਜੋਂ ਹੋਰ ਨਹੀਂ, ਸਾਡਾ ਮਾਣ ਕੋਈ ਸੇਵਾ ਜੋ ਹੋਰ ਨਹੀਂ।
ਸਾਡਾ ਮਨ ਨਿਮਾਣ ਆਂਦਾ ਤੇਰੇ ਵਜੋਂ ਹੋਰ ਨਹੀਂ, ਸਾਡਾ ਮਨ ਨਿਮਾਣ ਆਂਦਾ ਕੋਈ ਤੇਰੇ ਵਜੋਂ ਹੋਰ ਨਹੀਂ। ਫਿਰ ਰਾਜੇ ਰੋਏ, ਛੇਵੇਂ ਪਾਤਸ਼ਾਹ ਨੇ ਐਸਾ ਤਰਸ ਕੀਤਾ, ਕਹਿੰਦੇ ਭਾਈ ਜਾਂ ਤਾਂ ਅਸੀਂ ਵੀ ਨਹੀਂ ਜਾਂਦੇ, ਨਹੀਂ ਫਿਰ ਤੁਹਾਨੂੰ ਵੀ ਨਾਲ ਹੀ ਲੈ ਕੇ ਚੱਲਾਂਗੇ। ਫਿਰ ਉੱਥੋਂ ਗੁਰਮੁਖ ਪਿਆਰਿਓ ਮਹਾਰਾਜ ਨੇ ਹੁਕਮ ਕਰਤਾ ਕਿ ਜੇ ਸਾਨੂੰ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਕੱਢਣਾ, ਆਹ ਜਿੰਨੇ ਕੈਦੀ ਕੈਦ ਕੀਤੇ ਆ ਇਹਨਾਂ ਨੂੰ ਵੀ ਛੱਡਣਾ ਪੈਣਾ। ਬਾਦਸ਼ਾਹ ਜਹਾਂਗੀਰ ਚਾਹੁੰਦਾ ਤਾਂ ਨਹੀਂ ਸੀ ਕਿ ਮੈਂ ਇਹਨਾਂ ਰਾਜਪੂਤ ਰਾਜਿਆਂ ਨੂੰ ਛੱਡਾਂ, ਉਹਨੇ ਆਪਣੀ ਨੀਤੀ ਵਰਤ ਲਈ। ਕਹਿੰਦਾ ਜੀ ਠੀਕ ਹੈ, ਜਿਹੜੇ ਜਿਹੜੇ ਤੁਹਾਡਾ ਪੱਲਾ ਫੜ ਕੇ ਜਾ ਸਕਦੇ ਹੈ ਉਹ ਚਲੇ ਜਾਣ, ਜਿਹੜੇ ਤੁਹਾਡਾ ਪੱਲਾ ਨਹੀਂ ਫੜਦੇ ਉਹਨਾਂ ਨੂੰ ਮੈਂ ਛੱਡਣਾ ਨਹੀਂ। ਰਾਜਪੂਤ ਰਾਜੇ ਐਸੇ ਸੀ, ਮਰਨੀ ਮਰ ਜਾਂਦੇ, ਕਿਸੇ ਦੇ ਪੱਲੇ ਨਹੀਂ ਸੀ ਲੱਗਦੇ, ਗੁਰਮੁਖ ਦੁੱਖ ਝੱਲ ਲੈਂਦੇ, ਉਹ ਪੱਲਾ ਨਹੀਂ ਸੀ ਫੜਦੇ ਕਿਸੇ ਦਾ। ਅਤੇ ਰਾਜਿਆਂ ਕੋਲ ਜਦੋਂ ਗੱਲ ਗਈ, ਕੁਛ ਕਹਿੰਦੇ ਆਪਾਂ ਨਹੀਂ ਪੱਲਾ ਫੜਨਾ, ਫਿਰ ਕਈਆਂ ਸਿਆਣਿਆਂ ਨੇ ਸਲਾਹ ਦਿੱਤੀ ਵੀ ਆਪਾਂ ਕਿਹੜਾ ਕਿਸੇ ਬੰਦੇ ਦੇ ਪੱਲੇ ਲੱਗਦੇ ਆ, ਇਹ ਤਾਂ ਆਪ ਭਗਵਾਨ ਦੁਨੀਆਂ ਨੂੰ ਤਾਰਨ ਵਾਸਤੇ ਰੱਬ ਮਨੁੱਖ ਦਾ ਰੂਪ ਧਾਰ ਕੇ ਵਿਚਰ ਰਿਹਾ, ਆਪਣੇ ਭਲੇ ਲਈ ਆਏ ਨੇ, ਇਹਨਾਂ ਦੇ ਪੱਲੇ ਆਪਾਂ ਨੂੰ ਲੱਗਣਾ ਚਾਹੀਦਾ। ਫਿਰ ਉਹ ਤਿਆਰ ਹੋ ਗਏ, ਫਿਰ 52 ਕਲੀਆਂ ਵਾਲਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰ ਕਰਵਾਇਆ ਗੁਰਮੁਖ। ਉਹ ਚੋਲਾ ਪਹਿਨ ਕੇ ਗਵਾਲੀਅਰ ਦੇ ਕਿਲੇ 'ਚੋਂ ਨਿਕਲੇ, ਇੱਕ ਇੱਕ ਕਲੀ ਚੋਲੇ ਦੀ ਫਿਰ ਫੜੀ ਉਹਨਾਂ ਰਾਜਿਆਂ ਨੇ। ਇਹ ਚੋਲਾ ਲੁਧਿਆਣੇ ਜ਼ਿਲ੍ਹੇ ਵਿੱਚ ਘੁੜਾਣੀ ਪਿੰਡ ਹੁਣ ਵੀ ਪਿਆ ਗੁਰਮੁਖ ਪਿਆਰੇ, ਸੰਗਤਾਂ ਦੇ ਦਰਸ਼ਨਾਂ ਵਾਸਤੇ। ਇਸ ਤਰ੍ਹਾਂ 52 ਰਾਜਿਆਂ ਨੂੰ ਰਿਹਾਅ ਕਰਾ ਕੇ ਸਤਿਗੁਰੂ ਬਾਹਰ ਆਏ। ਰਾਜਿਆਂ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ, ਖੁਸ਼ੀਆਂ ਨਾਲ ਆਪੋ ਆਪਣੇ ਘਰ ਚਲੇ ਗਏ। ਪਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਹਾਂਗੀਰ ਨੇ ਆਪਣੇ ਮਿਲਣ ਵਾਸਤੇ ਬੁਲਾਇਆ, ਕਹਿੰਦਾ ਮੈਂ ਸਤਿਕਾਰ ਕਰਨਾ ਚਾਹੁੰਦਾ। ਫਿਰ ਉੱਥੋਂ ਸਤਿਗੁਰੂ ਆਗਰੇ ਤੋਂ ਦਿੱਲੀ ਗਏ ਗੁਰਮੁਖ। ਬਾਦਸ਼ਾਹ ਜਹਾਂਗੀਰ ਨੂੰ ਮਿਲੇ, ਬਾਦਸ਼ਾਹ ਨੇ ਬੜਾ ਸਤਿਕਾਰ ਕੀਤਾ ਵੀ ਤੁਸੀਂ ਸਾਡੇ ਲਈ ਭਜਨ ਪਾਠ ਕੀਤਾ ਹੈ। 2 ਸਾਲ 3 ਮਹੀਨੇ ਗਵਾਲੀਅਰ ਦੇ ਕਿਲੇ 'ਚ ਲਾਏ, ਅਤੇ ਬਾਦਸ਼ਾਹ ਨੇ ਕਈ ਤਰ੍ਹਾਂ ਦੇ ਨਰਜਰਾਨੇ ਭੇਟ ਕੀਤੇ, ਭੋਜਨ ਪਦਾਰਥ ਛਕਾਏ। ਉੱਥੇ ਫਿਰ ਬਚਨ ਬਿਲਾਸ ਹੁੰਦੇ ਸੀ, ਗੱਲਾਂ ਬਾਤਾਂ ਚੱਲਦੀਆਂ ਸੀ। ਸਾਈਂ ਮੀਆਂ ਮੀਰ ਨੇ ਵੀ ਯੋਗਦਾਨ ਪਾਇਆ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਖੇਡ ਵਰਤਾਈ, ਸਤਿਗੁਰ ਦੇ ਹੱਥ ਵਿੱਚ ਇੱਕ ਗੁਰਮੁਖੋ ਸਿਮਰਨਾ ਸੀਗਾ ਕਪੂਰ ਦੇ ਮਣਕਿਆਂ ਦਾ। ਬਾਦਸ਼ਾਹ ਜਹਾਂਗੀਰ ਕਹਿੰਦਾ ਜੀ ਇਹ ਸਿਮਰਨਾ ਤੁਸੀਂ ਮੈਨੂੰ ਦੇ ਦਿਓ। ਮਹਾਰਾਜ ਕਹਿੰਦੇ ਕੀ ਕਰੇਗਾ? ਕਹਿੰਦੇ ਜੀ ਇਹਦੇ ਵਿੱਚ ਹੈ ਕਪੂਰ ਦੇ ਮਣਕੇ, ਇੱਕ ਮਣਕਾ ਦੇ ਦਿਓ, ਜਦੋਂ ਮੈਂ ਇਹਨੂੰ ਦੇਖਿਆ ਕਰੂੰ ਤੁਹਾਡੀ ਯਾਦ ਆ ਜਾ ਕਰੂੰ। ਛੇਵੇਂ ਪਾਤਸ਼ਾਹ ਕਹਿੰਦੇ ਇਹੋ ਜਿਹੇ ਮਣਕਿਆਂ ਦੀ ਤਾਂ ਪੂਰੀ ਮਾਲਾ ਹੈ ਤੁਹਾਡੇ ਕੋਲ, 108 ਮਣਕਿਆਂ ਦੀ ਮਾਲਾ। ਕਹਿੰਦਾ ਜੀ ਨਹੀਂ,
ਮਹਾਰਾਜ ਕਹਿੰਦੇ ਯਾਦ ਕਰੋ ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜਦੋਂ ਲਾਹੌਰ ਆਏ ਸੀ ਤੁਹਾਨੂੰ ਮਿਲਣੀ ਆਏ ਸੀ, ਤੁਸੀਂ ਬੜੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਜਦੋਂ ਵੀ ਕੋਈ ਸਰਕਾਰੋਂ ਸਜ਼ਾ ਮਿਲਦੀ ਹੈ ਕਿਸੇ ਨੂੰ ਕਿਸੇ ਵੀ ਤਰ੍ਹਾਂ, ਸੱਚਾ ਚਾਹੇ ਝੂਠਾ, ਜਿਹੜੇ ਬੰਦੇ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ, ਫਾਂਸੀ ਦਿੱਤੀ ਜਾਂਦੀ ਹੈ, ਉਹਦਾ ਜੋ ਵੀ ਸਾਜੋ ਸਮਾਨ ਹੁੰਦਾ ਹੈ ਉਹ ਜਾਂ ਤਾਂ ਸਰਕਾਰੀ ਖਜ਼ਾਨੇ ਜਮ੍ਹਾਂ ਹੁੰਦਾ ਜਾਂ ਘਰਦਿਆਂ ਨੂੰ ਮਿਲਦਾ। ਮਹਾਰਾਜ ਕਹਿੰਦੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਗਿਆ, ਸਮਾਨ ਸਾਡੇ ਕੋਲ ਤਾਂ ਪਹੁੰਚਿਆ ਨਹੀਂ, ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਅਤੇ ਜਹਾਂਗੀਰ ਕਹਿੰਦਾ ਨਹੀਂ ਜੀ, ਮੈਨੂੰ ਤਾਂ ਚੰਦੂ ਨੇ ਇਹ ਦੱਸਿਆ ਵੀ ਆਏ ਜ਼ਰੂਰ ਸੀ ਪਰ ਹੈਜੇ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਇੱਥੇ। ਸਤਿਗੁਰ ਕਹਿੰਦੇ ਨਹੀਂ, ਉਹ ਝੂਠ ਬੋਲਦਾ, ਸਾਈਂ ਮੀਆਂ ਮੀਰ ਜੀ ਕੋਲ ਹੀ ਸੀਗੇ ਉੱਥੇ। ਫਿਰ ਸਾਈਂ ਮੀਆਂ ਮੀਰ ਜੀ ਕਹਿੰਦੇ ਬਾਦਸ਼ਾਹ ਚੰਦੂ ਝੂਠ ਬੋਲਦਾ, ਕਿਉਂਕਿ ਅਸੀਂ ਖੁਦ ਗਏ ਸੀ ਜਦੋਂ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ 'ਤੇ ਬਿਠਾਇਆ ਹੋਇਆ ਸੀ ਨਾ, ਅਸੀਂ ਖੁਦ ਦੇਖਿਆ। ਅਤੇ ਜਿਹੜੇ ਸਿੱਖ ਸੀ ਛੇਵੇਂ ਪਾਤਸ਼ਾਹ ਦੇ ਨਾਲ, ਬਾਬਾ ਵਿਧੀ ਚੰਦ ਵਰਗੇ, ਭਾਈ ਪਰਾਗਾ ਜੀ ਵਰਗੇ, ਉਹ ਵੀ ਬੋਲ ਉੱਠੇ, ਕਹਿੰਦੇ ਅਸੀਂ ਵੀ ਪੰਜ ਸਿੱਖ ਨਾਲ ਸੀ, ਸਾਨੂੰ ਇਹਨਾਂ ਨੇ ਨੂੜ ਕੇ ਅੱਡ ਬੰਨਤਾ, ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਇਹਨਾਂ ਨੇ ਸ਼ਹੀਦ ਕੀਤਾ। ਉਦੋਂ ਫਿਰ ਬਾਦਸ਼ਾਹ ਜਹਾਂਗੀਰ ਨੇ ਮੌਕਾ ਵਿਚਾਰਿਆ, ਉਹ ਚਾਹੁੰਦਾ ਨਹੀਂ ਸੀ ਮੈਂ ਗੁਰੂ ਘਰ ਨਾਲ ਹੁਣ ਵਿਗਾੜਾਂ। ਉਹਨੇ ਕੀ ਕੀਤਾ, ਗੁਰਮੁਖ ਪਿਆਰਿਓ ਕਹਿੰਦਾ ਜੀ ਆਹ ਲਓ ਚੰਦੂ, ਚੰਦੂ ਦਾ ਪਰਿਵਾਰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਤਾ। ਆਖੋ ਸਤਨਾਮ। ਹੁਣ ਇੱਥੋਂ ਤੁਸੀਂ ਵੀ ਹਿਸਾਬ ਲਾ ਲਿਓ, ਕਈ ਵਾਰੀ ਸਰਕਾਰੀ ਥਾਪੜਾ ਮਿਲਦਾ ਨਾ, ਇਹ ਚੀਜ਼ ਹੀ ਇਹੋ ਜਿਹੀ ਆ, ਲੋਕ ਗੁਰੂ ਘਰ ਨੂੰ ਵੀ ਫਿਰ ਟਿੱਚ ਜਾਣਦੇ ਆ। ਗੁਰਮੁਖ ਹੁੰਦਾ ਹੈ ਕਈ ਵਾਰੀ, ਬੜੇ ਦੁੱਖ ਨਾਲ ਕਹਿਣਾ ਪੈਂਦਾ ਜਦੋਂ ਕਿਤੇ ਵੋਟਾਂ ਪੈਣ, ਨਾਲ ਗੁਰਦੁਆਰਿਆਂ ਦੇ ਬਹੁਤੇ ਗ੍ਰੰਥੀ ਵੀ ਬਦਲੇ ਜਾਂਦੇ ਆ, ਕਮੇਟੀਆਂ ਬਦਲੀਆਂ ਜਾਂਦੀਆਂ। ਕਾਰਨ ਕੀ, ਇਹ ਰਾਜਨੀਤੀ ਭਾਰੂ ਪੈਂਦੀ ਜਾ ਰਹੀ ਹੈ। ਪਰ ਯਾਦ ਰੱਖਿਓ, ਇਹ ਨੋਟਾਂ ਵੋਟਾਂ ਦੀ ਸੋਭਾ ਤਾਂ ਥੋੜ੍ਹੇ ਚਿਰ ਦੀ ਹੁੰਦੀ ਹੈ ਗੁਰਮੁਖ, ਥੋੜ੍ਹੇ ਚਿਰ ਦੀ, ਇਹ ਤਾਂ ਰਾਜੇ ਮਹਾਰਾਜੇ ਬਦਲਦੇ ਰਹਿੰਦੇ ਆ। ਗੁਰੂ ਘਰ ਤੋਂ ਤੁਸੀਂ ਆਪਣੀ ਸ਼ਰਧਾ ਨਹੀਂ ਤੋੜਨੀ, ਗੁਰੂ ਘਰ 'ਤੇ ਭਰੋਸਾ ਬਣਾ ਕੇ ਰੱਖਣਾ, ਕਿਉਂਕਿ ਆ ਚੰਦੂ ਦਾ ਦੇਖਦੇ ਹੋ ਨਾ, ਜਹਾਂਗੀਰ ਅਤੇ ਚੰਦੂ ਦੀ ਜਿੰਨੀ ਨੇੜਤਾ ਸੀ ਓਨੀ ਤਾਂ ਤੁਹਾਡੀ ਕਿਸੇ ਰਾਜੇ ਨਾਲ ਹੋਣੀ ਵੀ ਨਹੀਂ ਗੁਰਮੁਖੋ। ਉਦੋਂ ਨੂੰ ਇਹ ਬਣੇ, ਹੁਣ ਕਿਸੇ ਦੇ ਕਦੋਂ ਬਣਨਗੇ? ਜਦੋਂ ਮੌਕਾ ਮਿਲਿਆ ਜਹਾਂਗੀਰ ਗੁਰੂ ਸਾਹਿਬ ਨਾਲ ਰਲ ਗਿਆ ਅਤੇ ਚੰਦੂ ਦਾ ਸਾਰਾ ਪਰਿਵਾਰ ਫੜ ਕੇ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਤਾ। ਸਤਿਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਦਸ਼ਾਹ ਸਾਡੇ ਪਿਤਾ ਜੀ ਨੂੰ ਦੁੱਖ ਇਕੱਲੇ ਚੰਦੂ ਨੇ ਦਿੱਤਾ ਹੈ, ਅਸੀਂ ਨਿਬੇੜਾ ਵੀ ਇਹਦੇ ਨਾਲ ਕਰਾਂਗੇ, ਇਹਦੇ ਪਰਿਵਾਰ ਨੂੰ ਅਸੀਂ ਕੁਛ ਨਹੀਂ ਕਹਿਣਾ। ਆਖੋ ਸਤਨਾਮ। ਐਵੇਂ ਨਹੀਂ ਬਾਣੀ 'ਚ ਲਿਖਿਆ ਵੀ ਉੱਥੇ ਸੱਚੋ ਹੀ ਸੱਚ ਨਿਬੜਾ, ਇੱਥੇ ਸੱਚ ਦਾ ਨਿਬੇੜਾ ਹੁੰਦਾ। ਗੁਰਮੁਖੋ ਜੋ ਕਰੂਗਾ ਉਹੀ ਭਰੂਗਾ। ਅਤੇ ਮਹਾਰਾਜ ਕਹਿੰਦੇ ਇਹਦੇ ਪਰਿਵਾਰ ਨੂੰ, ਇਹਦੀ ਘਰ ਵਾਲੀ, ਇਹਦੀ ਨੂੰਹ ਨੂੰ ਜਾਂ ਇਹਦੇ ਬੱਚਿਆਂ ਨੂੰ ਨਹੀਂ ਕੁਛ ਕਹਿਣਾ, ਉਹਨਾਂ ਨੂੰ ਛੱਡ ਦਿਓ। ਚੰਦੂ ਮੰਨਦਾ ਨਹੀਂ ਸੀ, ਕਹਿੰਦਾ ਜੀ ਮੈਂ ਨਹੀਂ ਇਹੋ ਜਿਹਾ ਕੁਛ ਕੀਤਾ, ਗਲਤ ਕਰਮ। ਸਤਿਗੁਰੂ ਨੇ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ, ਜਦੋਂ ਘਰ ਦੀ ਤਲਾਸ਼ੀ ਕੀਤੀ ਤਾਂ ਸਾਰਾ ਸਮਾਨ ਇਹਦੇ ਘਰੋਂ ਮਿਲ ਗਿਆ ਸੀ ਗੁਰਮੁਖ। ਫਿਰ ਗ੍ਰਿਫਤਾਰ ਕਰਕੇ ਚੰਦੂ ਨੂੰ ਨੱਕ ਵਿੱਚ ਨੱਥ ਪਾ ਕੇ ਬਾਬਾ ਵਿਧੀ ਚੰਦ ਵਰਗਿਆ ਨੇ ਮੂਹਰੇ ਲਾ ਕੇ ਤੋਰ ਲਿਆ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਹੋਇਆ, ਦਿੱਲੀ ਤੋਂ ਗ੍ਰਿਫਤਾਰ ਕਰਕੇ ਚੰਦੂ ਨੂੰ ਫਿਰ ਲਿਆਂਦਾ ਸੀ ਗੁਰਮੁਖ। ਇੱਕ ਘਟਨਾ ਹੋਰ ਵੀ ਹੋਈ ਸੀ, ਸ਼ਿਕਾਰ ਖੇਡਣ ਗਏ ਅਤੇ ਉੱਥੇ ਇੱਕ ਬਹੁਤ ਭਾਰੀ ਬੱਬਰ ਸ਼ੇਰ ਰਹਿੰਦਾ ਸੀ।
ਜਿਹੜਾ ਕਿਸੇ ਤੋਂ ਕਾਬੂ ਨਹੀਂ ਸੀ ਆਉਂਦਾ, ਜਦੋਂ ਕਿਤੇ ਗੁੱਸੇ ਵਿੱਚ ਆ ਜਾਂਦਾ ਪਿੰਡਾਂ ਦੇ ਪਿੰਡਾਂ ਦਾ ਨੁਕਸਾਨ ਕਰਦਾ ਸੀ। ਗੁਰਮੁਖ ਬਾਦਸ਼ਾਹ ਜਹਾਂਗੀਰ ਕਹਿੰਦਾ ਜੀ ਸ਼ਿਕਾਰ ਖੇਡਣ ਚੱਲੀਏ। ਮਹਾਰਾਜ ਕਹਿੰਦੇ ਚੱਲੋ। ਹੁਣ ਸ਼ਿਕਾਰ ਖੇਡਣ ਗਏ ਨੇ ਅਤੇ ਸ਼ੇਰ ਸੀ ਜਿਹੜਾ ਜੰਗਲ ਵਿੱਚੋਂ ਖੜਕਾ ਸੁਣ ਕੇ ਉੱਡਿਆ, ਗਰਜਦਾ ਹੋਇਆ ਆਇਆ, ਉਹਨੇ ਜਹਾਂਗੀਰ 'ਤੇ ਵਾਰ ਕੀਤਾ ਸ਼ੇਰ ਨੇ। ਅਤੇ ਜਿਹੜੇ ਜਹਾਂਗੀਰ ਦੇ ਅੰਗ ਰਕਸ਼ਕ ਸੀ, ਸਿਪਾਹੀ ਗਨਮੈਨ ਕਹਿ ਲਓ, ਉਹ ਤਾਂ ਡਰਦੇ ਭੱਜ ਗਏ ਪਾਸੇ। ਇੱਧਰ ਸਤਿਗੁਰੂ ਜੀ ਨੇ ਵਰਸ਼ਾ ਮਾਰਿਆ, ਸ਼ੇਰ ਜ਼ਖਮੀ ਹੋ ਗਿਆ ਅਤੇ ਜਹਾਂਗੀਰ ਬਚ ਗਿਆ। ਗੁਰੂ ਉਦੋਂ ਬਾਅਦ ਸ਼ੇਰ ਗੁਰੂ ਸਾਹਿਬ ਵੱਲ ਨੂੰ ਹੋ ਤਰਿਆ, ਗੁੱਸੇ ਵਿੱਚ ਬੜਾ ਗਰਜ ਕੇ ਆਇਆ ਮਹਾਰਾਜ ਛੇਵੇਂ ਪਾਤਸ਼ਾਹ ਵੱਲ। ਅਤੇ ਸਤਿਗੁਰ ਹਰਗੋਬਿੰਦ ਸਾਹਿਬ ਨੇ ਮੂਹਰੇ ਢਾਲ 'ਤੇ ਸ਼ੇਰ ਦਾ ਵਾਰ ਰੋਕ ਕੇ ਇੱਕੋ ਵਾਰ ਤਲਵਾਰ ਦਾ ਕੀਤਾ ਅਤੇ ਸ਼ੇਰ ਨੂੰ ਦੋ ਟੋਟੇ ਕਰਤਾ। ਹੁਣ ਇਹ ਜਦੋਂ ਕੌਤਕ ਦੇਖਿਆ ਸ਼ੇਰ ਨੂੰ ਮਾਰਨ ਵਾਲਾ, ਉਦੋਂ ਵੀ ਜਹਾਂਗੀਰ ਦੇ ਮਨ 'ਤੇ ਬਹੁਤ ਅਸਰ ਹੋਇਆ। ਫਿਰ ਇਹਦੇ ਮਨ ਵਿੱਚ ਖੋਟੀ ਨੀਤ ਆ ਗਈ ਸੀ, ਪਹਿਲਾਂ ਤਾਂ ਹੋਰ ਗੱਲ ਸੀ, ਫਿਰ ਉਦੋਂ ਵੀ ਮਨ ਵਿੱਚ ਖੋਟ ਆ ਗਿਆ। ਕਹਿੰਦਾ ਵੀ ਜੇ ਹੁਣੇ ਇਹਨਾਂ ਨੂੰ ਕਾਬੂ ਨਾ ਕੀਤਾ ਇਹ ਮੁੜ ਕੇ ਆਪਾਂ ਤੋਂ ਠੀਕ ਨਹੀਂ ਆਉਣੇ, ਕੱਲ੍ਹ ਨੂੰ ਆਪਣੇ 'ਤੇ ਹਮਲਾ ਨਾ ਕਰ ਦੇਣ। ਜਹਾਂਗੀਰ ਤਾਂ ਹੋਰ ਬਿਉਂਤਾਂ ਬਣਾਉਣ ਲੱਗ ਗਿਆ। ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁਝ ਸਿੱਖ ਨਾਲ ਬਾਬਾ ਵਿਧੀ ਚੰਦ ਵਰਗੇ ਚੰਦੂ ਦੇ ਨੱਕ ਵਿੱਚ ਪਾ ਕੇ ਨੱਥ ਨਾ, ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ, ਮੂੰਹ ਕਾਲਾ ਕਰਕੇ ਦਿੱਲੀ ਤੋਂ ਫਿਰ ਅੰਮ੍ਰਿਤਸਰ ਤੱਕ ਤੋਰ ਕੇ ਲਿਆਏ। ਜਿਸ ਪਿੰਡ ਵਿੱਚ ਵੀ ਜਾਂਦਾ ਸੀ ਗੁਰੂ ਘਰ 'ਤੇ ਸ਼ਰਧਾ ਰੱਖਣ ਵਾਲੇ ਵੀ ਅਤੇ ਆਮ ਗੈਰ ਸਿੱਖ ਵੀ ਚੰਦੂ ਦੇ ਫਿਰ ਛਿੱਤਰ ਮਾਰਦੇ ਸੀ। ਗੁਰਮੁਖ ਭੁੱਖਾ ਤਿਹਾਇਆ ਰੱਖਿਆ, ਕੁੱਟਿਆ ਮਾਰਿਆ ਬਹੁਤ, ਅੰਮ੍ਰਿਤਸਰ ਵੀ ਲਿਆਂਦਾ, ਤਰਨ ਤਾਰਨ ਸਾਹਿਬ ਵੀ ਜਗ੍ਹਾ ਬਣੀ ਹੋਈ ਹੈ ਸਰੋਵਰ ਦੇ ਲਾਗੇ, ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਉੱਥੇ ਜਗ੍ਹਾ ਬਣੀ ਹੈ, ਲਿਖਿਆ ਵੀ ਇੱਥੇ ਚੰਦੂ ਨੂੰ ਲਿਆਂਦਾ ਸੀ, ਬੰਨ੍ਹ ਕੇ ਰੱਖਿਆ ਸੀ। ਕੁਰਸ਼ੇਤਰ ਵੀ ਅਸੀਂ ਦਰਸ਼ਨ ਕਰਕੇ ਆਏ ਹਾਂ, ਉੱਥੇ ਵੀ ਜਗ੍ਹਾ ਬਣੀ ਹੋਈ ਹੈ। ਹੋਰ ਵੀ ਕਈ ਥਾਵਾਂ 'ਤੇ ਚੰਦੂ ਨੂੰ ਲਿਆਂਦਾ ਗਿਆ। ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਦੀ ਖੁਸ਼ੀ ਵਿੱਚ ਜਦੋਂ ਮੇਰੇ ਸਤਿਗੁਰੂ ਆਏ, ਉਦੋਂ ਦੀਵਾਲੀ ਦੇ ਦਿਨ ਸੀ ਗੁਰਮੁਖ। ਹਾਲਾਂਕਿ ਦੀਵਾਲੀ ਪਹਿਲਾਂ ਵੀ ਮਨਾਈ ਜਾਂਦੀ ਸੀ ਪਰ ਗੁਰਸਿੱਖਾਂ ਵਿੱਚ ਉਦੋਂ ਮਸ਼ਹੂਰ ਹੋ ਗਈ। ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਬੰਦੀ ਛੋੜ ਦਿਵਸ ਮਨਾਇਆ ਅਤੇ ਅੰਮ੍ਰਿਤਸਰ ਵਿੱਚ ਦੇਸੀ ਘਿਓ ਦੇ ਦੀਵੇ ਬਾਲ ਕੇ ਗੁਰੂ ਜੀ ਦਾ ਸਵਾਗਤ ਕੀਤਾ। ਆਖੋ ਸਤਨਾਮ। ਤਾਂ ਕਰਕੇ ਗੁਰਸਿੱਖਾਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਬੰਦੀ ਛੋਟ ਦਿਵਸ। ਅਤੇ ਲਓ ਅਰਦਾਸ ਕਰਿਓ ਸੱਚੇ ਪਾਤਸ਼ਾਹ, ਉਦੋਂ ਤਾਂ 52 ਰਾਜੇ ਤੁਸੀਂ ਰਿਹਾ ਕਰਾ ਤੇ, ਉਹ ਤਾਂ ਜਹਾਂਗੀਰ ਨੇ ਕੈਦ ਕੀਤੇ ਸੀ, ਅੱਜ ਵੀ ਅਸੀਂ ਵਹਿਮਾਂ ਭਰਮਾਂ ਬੰਧਨਾਂ 'ਚ ਫਸੇ ਹੀ ਪਏ ਹਾਂ, ਕਿਰਪਾ ਕਰਿਓ। ਬੰਧਨ ਕੱਟ ਦੇ ਪ੍ਰੀਤਮਾ ਮੇਰੇ, ਬੰਦੀ ਛੋਟ ਤੈਨੂੰ ਆਖ ਦੇ, ਬੰਧਨ ਕੱਟ ਦੇ ਪ੍ਰੀਤਮਾ ਮੇਰੇ, ਬੰਦੀ ਛੋਟ ਤੈਨੂੰ ਆਖ ਦੇ, ਬੰਦਨ ਕੱਟ ਦੇ ਪ੍ਰੀਤਮਾ ਮੇਰੇ।
ਕਰਦੇ ਪ੍ਰੀਤਮਾ ਮੇਰੇ, ਬੰਧਨ ਕੱਟਦੇ ਪ੍ਰੀਤਮਾ ਮੇਰੇ। ਕੱਟ ਦੇ ਪ੍ਰੀਤਮਾ ਮੇਰੇ, ਬੰਦੀ ਬੰਧਨ ਕੱਟ ਦੇ ਪ੍ਰੀਤਮਾ ਮੇਰੇ, ਸਤਿਗੁਰ ਬੰਧਨਾਂ ਵਿੱਚੋਂ ਰਾਜੇ ਛਡਾਏ, ਸਾਨੂੰ ਵੀ ਵਹਿਮਾਂ ਭਰਮਾਂ ਮੋਹ ਮਾਇਆ 'ਚੋਂ ਰਿਹਾ ਕਰੋ। ਇਸ ਤਰ੍ਹਾਂ ਸਤਿਗੁਰੂ ਅੰਮ੍ਰਿਤਸਰ ਆਏ, ਕਈ ਥਾਵਾਂ 'ਤੇ ਹੁੰਦੇ ਹੋਏ ਫਿਰ ਲਾਹੌਰ ਗਏ। ਗੁਰਮੁਖ ਲਾਹੌਰ ਪਹੁੰਚੇ, ਲਾਹੌਰ ਦੀ ਗਲੀ ਗਲੀ ਵਿੱਚ ਚੰਦੂ ਨੂੰ ਘੁਮਾਇਆ ਸੀ। ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਗੁਰੂ ਅਰਜਨ ਦੇਵ ਬਾਰੇ ਤਾਂ ਆਪ ਜੀ ਨੇ ਸੁਣਿਆ ਹੀ ਹੋਣਾ, ਹੁਣ ਚੰਦੂ ਦਾ ਵੀ ਸੁਣ ਲਿਓ ਖਿਆਲ ਨਾਲ। ਲਾਹੌਰ ਦੀ ਗਲੀ ਗਲੀ ਵਿੱਚ ਚੰਦੂ ਨੂੰ ਘੁਮਾਇਆ, ਜਿਹੜਾ ਵੀ ਮਿਲਦਾ ਸੀ ਉਹਦੇ ਛਿੱਤਰ ਮਾਰਦਾ ਸੀ, ਮੂੰਹ ਕਾਲਾ ਕੀਤਾ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਅਤੇ ਦਰ ਦਰ ਦੇ ਉੱਤੋਂ ਚੰਦੂ ਨੇ ਕੌਡੀ ਕੌਡੀ ਮੰਗੀ ਉੱਥੇ, ਪਰ ਇਹਨੂੰ ਮੰਗੀ ਭਿੱਖਿਆ ਵੀ ਨਹੀਂ ਮਿਲੀ। ਆਖੋ ਸਤਨਾਮ। ਪਤਾ ਸੀ ਵੀ ਇਸ ਇਕੱਲੇ ਪਾਪੀ ਦੀ ਗਲਤੀ ਨਾਲ ਲਾਹੌਰ ਨੂੰ ਹੀ ਕਲੰਕ ਲੱਗ ਗਿਆ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਹਰ ਵੇਲੇ ਕਹਿਰ ਹੀ ਵਰਤਦਾ ਸੀ ਗੁਰਮੁਖ, ਅਤੇ ਜ਼ਿਆਦਾਤਰ ਜ਼ੁਲਮ ਲਾਹੌਰ 'ਚ ਹੀ ਹੋਏ ਨੇ। ਅਤੇ ਹੁਣ ਉੱਥੇ ਕੌਡੀ ਕੌਡੀ ਮੰਗੀ ਨਹੀਂ ਮਿਲੀ, ਜਿਹਦੇ ਵੀ ਵਾਰ 'ਚ ਜਾਂਦਾ ਗਲੀ ਵਿੱਚ ਜਾਂਦਾ ਲੋਕ ਛਿੱਤਰ ਮਾਰਦੇ, ਅਤੇ ਚੱਲਦਾ ਚੱਲਦਾ ਗੁਰਮੁਖ ਪਿਆਰੇ ਮੂਹਰੇ ਇੱਕ ਗੁਰਦਿੱਤਾ ਭੜਭੂੰਜਾ, ਗੁਰਦਿੱਤਾ ਉਹਦਾ ਨਾਂ ਸੀ। ਭੜਭੂੰਜਾ ਤਾਂ ਕਹਿੰਦੇ ਸੀ ਕਿਉਂਕਿ ਉਹ ਭੱਠੀ 'ਤੇ ਦਾਣੇ ਭੁੰਦਾ ਹੁੰਦਾ ਸੀ। ਜਦੋਂ ਉਹਦੀ ਭੱਠੀ ਕੋਲ ਦੀ ਲੰਘਣ ਲੱਗੇ, ਉਹ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਸਮਾਂ ਰੁਕ ਜਾਓ, ਮੇਰਾ ਵੀ ਇਹਦੇ ਨਾਲ ਕੋਈ ਹਿਸਾਬ ਕਿਤਾਬ ਰਹਿੰਦਾ। ਮਹਾਰਾਜ ਕਹਿੰਦੇ ਕੀ? ਕਹਿੰਦਾ ਜੀ ਫੇਰ ਦੱਸਦਾ, ਰੁਕ ਜਾਓ। ਗਰਮ ਗਰਮ ਰੇਤਾ ਪਿਆ ਸੀ, ਮੱਕੀ ਭੁੰਨੀ ਜਾਂਦਾ ਸੀ, ਮੱਕੀ ਦੇ ਦਾਣੇ, ਉਹ ਗਰਮ ਗਰਮ ਰੇਤਾ ਫਿਰ ਚੰਦੂ ਦੇ ਸਿਰ ਵਿੱਚ ਕੜਛਾ ਭੜ ਕੇ ਪਾਇਆ ਗੁਰਮੁਖ ਉਸ ਭੜਭੂੰਜੇ ਗੁਰਦਿੱਤੇ ਨੇ। ਜਦੋਂ ਚੰਦੂ ਦੇ ਸਿਰ ਵਿੱਚ ਤੱਤਾ ਰੇਤਾ ਪਿਆ, ਇਹ ਬਾਂਦਰ ਵਾਂਗੂ ਟਪੂਸੀਆਂ ਮਾਰੇ ਨਾਲੇ ਚੀਕਾਂ ਮਾਰੇ, ਉਦੋਂ ਫਿਰ ਉਹਨੇ ਦੱਸਿਆ, ਕਹਿੰਦਾ ਜਦੋਂ ਮੈਨੂੰ ਧੱਕੇ ਦੇ ਨਾਲ ਮੇਰੇ ਕੋਲੋਂ ਗੁਰੂ ਅਰਜਨ ਦੇਵ ਦੇ ਸੀਸ ਵਿੱਚ ਰੇਤ ਪਵਾਈ ਸੀ, ਉਦੋਂ ਤਾਂ ਹੁੰਦਾ ਸੀ ਖੁਸ਼, ਹੁਣ ਦੁਖੀ ਹੁੰਦਾ, ਭੋਗ ਕਰਮ ਦਾ ਫਲ। ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਤੈਂ ਰੇਤਾ ਪਾਇਆ ਸੀ? ਕਹਿੰਦਾ ਹਾਂ ਮਹਾਰਾਜ, ਮਾਫ਼ ਕਰਿਓ, ਮੇਰਾ ਕੋਈ ਕਸੂਰ ਨਹੀਂ, ਏਸੀ ਸਰਕਾਰੀ ਇੱਥੇ ਨਵਾਬ ਅਤੇ ਸਾਨੂੰ ਇਹਦਾ ਹੁਕਮ ਮੰਨਣਾ ਪੈਂਦਾ ਸੀ, ਇਹ ਮੈਨੂੰ ਕਹਿੰਦਾ ਸੀ ਰੇਤਾ ਪਾ ਦੇ ਗੁਰੂ ਦੇ ਸਿਰ 'ਚ, ਨਹੀਂ ਪਰਿਵਾਰ ਖਤਮ ਕਰ ਦੂੰ, ਮੈਂ ਸੀਸ ਵਿੱਚ ਰੇਤਾ ਇਹਦੇ ਕਹਿਣ 'ਤੇ ਪਾਇਆ, ਹੁਣ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰਨਾ ਚਾਹੁੰਦਾ। ਨਾਲੇ ਤਾਂ ਉਹ ਤੱਤਾ ਤੱਤਾ ਰੇਤਾ ਸਿਰ ਵਿੱਚ ਪਾਈ ਜਾਂਦਾ ਹੈ, ਨਾਲੇ ਉੱਚੀ ਉੱਚੀ ਕਹਿੰਦਾ ਹੈ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਿਆ,
ਉਹ ਰੋਂਦਾ ਹੋਇਆ ਕਹਿੰਦਾ ਸੀ ਨਾ ਮੈਨੂੰ ਨਾ ਮਾਰੋ ਛੱਡ ਦਿਓ। ਇਹ ਫਿਰ ਗੁਰਦਿੱਤਾ ਕਹਿੰਦਾ ਪੜਭੂੰਜਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਿਆ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਿਆ, ਕਿਸੇ ਨੇ ਤੈਨੂੰ ਕੀ ਮਾਰਨਾ। ਤੈਨੂੰ ਤੇਰੇ ਮਾੜੇ ਕਰ ਮਾਨੇ ਮਾਰਿਆ, ਤੈਨੂੰ ਤੇਰੇ ਮਾੜੇ ਕਰ ਮਾਨੇ ਮਾਰਿਆ, ਕਿਸੇ ਨੇ ਤੈਨੂੰ ਕੀ ਮਾਰਨਾ। ਇਸ ਤਰ੍ਹਾਂ ਭਰ ਭਰ ਕੇ ਕੜਛੇ ਫਿਰ ਉਹ ਚੰਦੂ ਦੇ ਸਿਰ ਵਿੱਚ ਪਾਈ ਜਾਂਦਾ ਹੈ। ਬਸ ਗੁੱਸੇ ਵਿੱਚ ਆ ਗਿਆ, ਜ਼ੋਰ ਨਾਲ ਮਾਰਿਆ ਕੜਛਾ ਗੁਰਮੁਖੋ, ਚੰਦੂ ਨੂੰ ਥਾਏ ਮਾਰਤਾ। ਇਸ ਤਰ੍ਹਾਂ ਕਰਕੇ ਚੰਦੂ ਦੀ ਮੌਤ ਹੋਈ ਤੇ ਮੇਰੇ ਸਤਿਗੁਰ ਨੇ ਫਿਰ ਕੀ ਕੀਤਾ ਹੈ, ਚੱਕਿਆ ਇਹਨੂੰ, ਗੁਰਸਿੱਖਾਂ ਨੂੰ ਕਹਿ ਕੇ ਚੱਕਵਾਇਆ ਅਤੇ ਬਾਹਰ ਰੜੇ ਮੈਦਾਨ ਵਿੱਚ ਗੁਰਮੁਖ ਪਿਆਰਿਓ ਕੁੱਤਿਆਂ ਮੂਹਰੇ ਸਿੱਟਤਾ। ਫਿਰ ਕੁੱਤਿਆਂ ਨੇ ਇਹਨੂੰ ਨੋਚ ਨੋਚ ਕੇ ਖਾਧਾ। ਆਖੋ ਸਤਨਾਮ, ਕਿਸੇ ਨੇ ਇਹਦਾ ਸਰੀਰ ਨਹੀਂ ਸੰਭਾਲਿਆ। ਫਿਰ ਪਾਪੀ ਦੀ ਦੇਹ ਗਲ ਗਈ, ਗੁਰਮੁਖੋ ਕੀੜੇ ਪੈ ਕੇ ਸੜ ਗਿਆ। ਇਸ ਤਰ੍ਹਾਂ ਚੰਦੂ ਦਾ ਅੰਤ ਹੋਇਆ। ਉੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਸਥਾਨ ਸੀ ਉੱਥੇ ਧਰਮਸ਼ਾਲਾ ਬਣਵਾਈ। ਗੁਰਮੁਖ ਧਰਮਸ਼ਾਲਾ ਬਣਵਾਈ ਅਤੇ ਨਾਲ ਗੁਰਮੁਖ ਪਿਆਰਿਓ ਸੇਵਾਦਾਰਾਂ ਦੀ ਡਿਊਟੀ ਲਾਤੀ ਕਿ ਇਹਦੀ ਸੇਵਾ ਸੰਭਾਲ ਕਰਨੀ ਹੈ। ਭਾਈ ਪ੍ਰਾਣਾ ਜੀ, ਭਾਈ ਪਰਾਗਾ ਜੀ, ਇਹਨਾਂ ਨੂੰ ਹੁਕਮ ਕਰਤਾ ਕਿ ਤੁਸੀਂ ਇੱਥੇ ਰਹਿ ਕੇ ਸੇਵਾ ਸੰਭਾਲ ਕਰਨੀ। ਉੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਅਤੇ ਲਾਹੌਰ ਵਿੱਚ ਸੰਗਤ ਦੇ ਭਲੇ ਵਾਸਤੇ ਸਤਿਗੁਰ ਨੇ ਬੌਲੀ ਸਾਹਿਬ ਵੀ ਬਣਵਾਈ, ਨਨਕਾਣਾ ਸਾਹਿਬ ਦੀ ਵੀ ਉੱਥੇ ਸੇਵਾ ਸੰਭਾਲ ਕਰਵਾਈ। ਕਾਫੀ ਥਾਵਾਂ 'ਤੇ ਉਦੋਂ ਬਾਅਦ ਚਰਨ ਪਾਏ, ਸਿਆਲਕੋਟ ਵੀ ਗਏ, ਉੱਥੇ ਵਰਸ਼ਾ ਮਾਰ ਕੇ ਪਾਣੀ ਕੱਢਿਆ। ਗੁਰਮੁਖ ਪਿਆਰਿਓ ਗੁਰਦੁਆਰਾ ਗੁਰੂਸਰ ਸਾਹਿਬ ਬਣਿਆ ਹੋਇਆ। ਉਦੋਂ ਬਾਅਦ ਕਸ਼ਮੀਰ ਵੀ ਗਏ, ਕੱਟੂ ਵਰਗੇ ਫਕੀਰ ਜਿਹੜੇ ਗੁਰੂ ਘਰ ਦੇ ਦਰਸ਼ਨਾਂ ਨੂੰ ਤਰਸਦੇ ਸੀ ਛੇਵੇਂ ਪਾਤਸ਼ਾਹ ਦਰਸ਼ਨਾਂ ਨੂੰ, ਉਹਨਾਂ ਨੂੰ ਵੀ ਦਰਸ਼ਨ ਦਿੱਤੇ। ਮਾਤਾ ਭਾਗ ਪਰੀ ਵਰਗਿਆਂ ਦਾ ਵੀ ਉਧਾਰ ਛੇਵੇਂ ਪਾਤਸ਼ਾਹ ਨੇ ਕੀਤਾ, ਗਰੀਬਾਂ ਨੂੰ ਮਾਣ ਬਖਸ਼ਿਆ। ਇਹ ਪਰਦੇ ਤਾਰ ਦੇ ਸਤਿਗੁਰੂ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਆਏ। ਆਖੋ ਸਤਨਾਮ, ਅੰਮ੍ਰਿਤਸਰ ਕੁਛ ਸਮਾਂ ਰਹੇ ਗੁਰਮੁਖ ਪਿਆਰਿਓ, ਅੰਮ੍ਰਿਤਸਰ ਰਹਿ ਕੇ ਗੁਰਮੁਖ ਪਿਆਰਿਓ ਸੰਗਤਾਂ ਨੂੰ ਤਾਰਦੇ ਨੇ। ਕਦੇ ਚੱਬੇ ਪਿੰਡ ਜਾਣਾ, ਉੱਥੇ ਮਾਤਾ ਸੁਲੱਖਣੀ ਜੀ ਦੇ ਘਰ ਵਿੱਚ ਔਲਾਦ ਹੈ ਨਹੀਂ ਸੀ, ਉਹਨੇ ਵੀ ਬੇਨਤੀ ਕੀਤੀ, ਮਹਾਰਾਜ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਹੈ। ਤਾਂ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਤੇਰੇ ਭਾਗਾਂ 'ਚ ਨਹੀਂ ਲਿਖਿਆ
ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਭਾਗਾਂ ਬਾਰੇ ਮੈਨੂੰ ਤਾਂ ਨਹੀਂ ਪਤਾ, ਇਹ ਤਾਂ ਤੁਸੀਂ ਜਾਣੋ, ਮੈਂ ਤਾਂ ਸੁਣਿਆ ਵੀ ਜਿਹੜਾ ਸਤਿਗੁਰ ਦੇ ਘਰ ਵਿੱਚ ਆਉਂਦਾ ਹੈ ਉਹ ਖਾਲੀ ਨਹੀਂ ਜਾਂਦਾ। ਮਹਾਰਾਜ ਜੇ ਭਾਗਾਂ 'ਚ ਨਹੀਂ ਲਿਖਿਆ, ਤੁਸੀਂ ਉਹੀ ਲਿਖਣਾ ਸੀ, ਉਦੋਂ ਰਹਿ ਗਿਆ ਤਾਂ ਹੁਣ ਕਿਰਪਾ ਕਰ ਦਿਓ, ਫਿਰ ਆਪ ਇਤਿਹਾਸ ਸੁਣਦੇ ਰਹਿੰਦੇ ਹੋ। ਉਹਦੇ ਭਾਗਾਂ 'ਚ ਇੱਕ ਵੀ ਨਹੀਂ ਸੀ। ਮਹਾਰਾਜ ਕਹਿੰਦੇ ਲਿਆ ਕਾਗਜ਼ ਕਲਮ ਦਵਾਤ, ਉਹ ਕਾਗਜ਼ ਕਲਮ ਦਵਾਤ ਲੈ ਆਈ, ਫਿਰ ਉਹਨੂੰ ਸੱਤ ਪੁੱਤਰਾਂ ਦੀਆਂ ਦਾਤਾਂ ਬਖਸ਼ੀਆਂ। ਆਖੋ ਸਤਨਾਮ। ਏਕਾ ਪਾਉਂਦਿਆਂ ਪਾਉਂਦਿਆਂ ਨੇ ਸੱਤ ਹੀ ਪਾਤਾ ਗੁਰਮੁਖੋ। ਇਹ ਵੀ ਖੇਡਾਂ ਫਿਰ ਮਹਾਰਾਜ ਨੇ ਵਰਤਾਈਆਂ। ਉੱਥੇ ਫਿਰ ਗੁਰਮੁਖ ਪਿਆਰਿਓ ਭਾਈ ਕਟਾਰੂ ਵਰਗੇ, ਭਾਈ ਤਰਲੋਕੇ ਵਰਗੇ, ਭਾਈ ਭਗਤੂ ਜੀ ਵਰਗੇ ਬੜੇ ਸੇਵਕ ਸੀ। ਕਈ ਤਰ੍ਹਾਂ ਦੀਆਂ ਖੇਡਾਂ ਮਹਾਰਾਜ ਵਰਤਾਉਂਦੇ ਵਰਤਾਉਂਦੇ ਫਿਰ ਇੱਧਰ ਆਪਣੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਨੇ। ਤਾਰਿਆ ਤਾਂ ਬਹੁਤਿਆਂ ਨੂੰ, ਪਰ ਇੰਨੇ ਕੁ ਸਮੇਂ 'ਚ ਸਾਰਾ ਜੀਵਨ ਆਪਾਂ ਵਿਚਾਰ ਨਹੀਂ ਸਕਦੇ ਗੁਰਮੁਖ। ਇਹ ਤਾਂ ਕਈ ਉਮਰਾਂ ਲੰਘ ਜਾਂਦੀਆਂ, ਤਾਂ ਵੀ ਸਤਿਗੁਰ ਦੇ ਪੂਰੇ ਜੀਵਨ ਬਾਰੇ ਵਿਚਾਰ ਨਹੀਂ ਹੋ ਸਕਦੀ। ਕਥਨਾ ਕਥੀ ਕੋਟੀ ਕੋਟ ਕੋਟ ਗੁਰਮੁਖ, ਜਪਜੀ ਸਾਹਿਬ ਵਿੱਚ ਲਿਖਿਆ ਨਾ, ਇੰਨੇ ਗੁਣ ਨੇ ਮਹਾਰਾਜ ਦੇ। ਕਰੋੜਾਂ ਵਾਰ ਕਰੋੜਾਂ ਕਥਾਕਾਰਾਂ ਨੇ ਕਰੋੜਾਂ ਢੰਗ ਤਰੀਕਿਆਂ ਨਾਲ ਕਥਾ ਕਰਤੀ, ਪਰ ਮਾਲਕ ਦੇ ਗੁਣ ਨਹੀਂ ਮੁੱਕੇ। ਆਖੋ ਸਤਨਾਮ। ਇੱਧਰ ਮਾਲਵੇ ਦਾ ਇਤਿਹਾਸ ਆਪਣਾ, ਹੁਣ ਸਮਾਂ ਆਪਣੇ ਕੋਲ ਥੋੜ੍ਹਾ ਹੈ, ਇਸ ਸਥਾਨ ਵੱਲ ਆਪਾਂ ਸੁਰਤ ਜੋੜੀਏ। ਡੌਲੀ ਭਾਈ ਕੀ, ਸਤਿਗੁਰੂ ਜੀ ਦਾ ਸਾਧੂ ਰਹਿੰਦਾ ਸੀ ਸਾਈਂ ਦਾਸ ਗੁਰਮੁਖ, ਇਹਨਾਂ ਦੇ ਕੋਲ ਵੀ ਸਤਿਗੁਰੂ ਆਏ। ਕਈ ਤਰ੍ਹਾਂ ਦੀਆਂ ਖੇਡਾਂ ਵਰਤਾਈਆਂ, ਭਾਈ ਰੂਪੇ ਦੀ ਮੋਢੀ ਗੱਡੀ, ਭਾਈ ਸਾਧੂ ਦੀ ਸ਼ਰਧਾ, ਇਹਦੀ ਕਿਰਪਾ ਮਹਾਰਾਜ ਨੇ ਕੀਤੀ ਹੈ। ਗੁਰਮੁਖ ਪਿਆਰਿਓ ਭਾਈ ਸਾਧੂ ਭਾਈ ਰੂਪੇ ਵਰਗਿਆਂ ਨੂੰ ਮਾਣ ਬਖਸ਼ੇ ਹੈ। ਕਈ ਤਰ੍ਹਾਂ ਦੀਆਂ ਖੇਡਾਂ ਵਰਤਾਉਂਦੇ ਹੋਏ ਸਤਿਗੁਰੂ ਮਹਾਰਾਜ ਇੱਥੇ ਭੁੱਲਰਾਂ ਦੀ ਮਾਡੀ 'ਤੇ ਆਏ। ਆਖੋ ਸਤਨਾਮ। ਜਦੋਂ ਰਾਮਪੁਰੇ ਤੋਂ ਗੁਰਮੁਖ ਪਿਆਰਿਓ ਮਹਾਰਾਜ ਵੱਲ ਨੂੰ ਆਈਏ ਨਾ, ਰਸਤੇ ਦੇ ਵਿੱਚ ਜੋ ਝਿੜੀ ਬਣੀ ਹੋਈ ਹੈ ਭੁੱਲਰਾਂ ਦੀ ਮਾਡੀ, ਆਪ ਜਾਣਦੇ ਹੋ ਇੱਥੇ ਮੇਲਾ ਭਰਦਾ ਹੁੰਦਾ ਸੀ ਗੁਰਮੁਖ। 1627 ਈਸਵੀ ਦੇ ਵਿੱਚ ਆਏ ਸੀ ਸਤਿਗੁਰੂ। ਜਿਹੜਾ ਮਹਾਰਾਜ ਵਾਲਾ ਜੰਗ ਹੋਇਆ, ਮਹਾਰਾਜ ਵਾਲਾ ਯੁੱਧ ਹੋਇਆ, ਇਹ 1634 ਵਿੱਚ ਹੋਇਆ ਗੁਰਮੁਖ। 6-7 ਸਾਲ ਸਤਿਗੁਰੂ ਜੀ ਨੇ ਆਪਣੇ ਇਸ ਇਲਾਕੇ ਨੂੰ ਉਤਾਰਿਆ। ਆਖੋ ਸਤਨਾਮ। ਇਹਨਾਂ ਸਮਿਆਂ ਵਿੱਚ ਕੈਸੀਆਂ ਖੇਡਾਂ ਵਰਤਾਈਆਂ ਗੁਰਮੁਖ ਪਿਆਰਿਓ, ਭੁੱਲਰਾਂ ਦੀ ਮਾਡੀ 'ਤੇ ਮੇਲਾ ਭਰਦਾ ਹੁੰਦਾ ਸੀ। ਜਿਹੜਾ ਕੋਟੜਾ ਕੌੜਿਆਂ ਵਾਲਾ ਪਿੰਡ ਹੈ ਨਾ, ਇਹ ਕਾਫੀ ਪੁਰਾਣਾ ਗੁਰਮੁਖ। ਇੱਥੋਂ ਦਾ ਲਾਲਾ ਕੌੜਾ ਅਤੇ ਬਘੇਲਾ ਦੋ ਸੀ ਗੁਰਮੁਖ। ਹੁਣ ਇੱਥੇ ਜਦੋਂ ਮੇਲਾ ਭਰਿਆ ਹੋਇਆ, ਭੁੱਲਰ ਅਤੇ ਮਾਨ ਮੇਲੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਏ ਹੋਏ, ਭੁੱਲਰ ਇੱਥੇ ਪੂਜਦੇ ਸੀ ਗੁਰਮੁਖ, ਤਾਂ ਹੀ ਇਹਨੂੰ ਭੁੱਲਰਾਂ ਦੀ ਮਾੜੀ ਕਿਹਾ ਜਾਂਦਾ। ਅਤੇ ਮੇਲੇ 'ਤੇ ਇਕੱਠ ਬੜਾ, ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਵੀ ਆ ਗਏ ਗੁਰਮੁਖ। ਆ ਕੇ ਮੇਰੇ ਸਤਿਗੁਰ ਨੇ ਜਦੋਂ ਟਿਕਾਣਾ ਕੀਤਾ, ਲਾਲੇ ਕੌੜੇ ਨੂੰ ਪੁੱਛਿਆ, ਕਹਿੰਦੇ ਭਾਈ ਤੁਸੀਂ ਇੱਥਾ ਅੰਨ ਪਾਣੀ ਇੰਨਾ ਲਿਆਉਂਦੇ ਹੋ, ਮਿੱਟੀ ਕੱਢ ਕੱਢ ਕੇ, ਕੋਈ ਖੀਰ ਕੋਈ ਪੂੜੇ ਕੋਈ ਰੋਟ ਕੋਈ ਹੋਰ ਇੱਥੇ ਮੱਥਾ ਟੇਕਦੇ ਹੋ, ਇਹ ਅੰਨ ਪਾਣੀ ਇੰਨਾ ਸੜਦਾ ਗਲਦਾ ਕਾਹਦੇ ਵਾਸਤੇ? ਇਹ ਭੁੱਲਰ ਕਹਿੰਦੇ ਜੀ ਸਾਡੇ ਵੱਡੇ ਵਡੇਰਿਆਂ ਦੀ ਯਾਦ 'ਚ ਅਸੀਂ ਮੇਲਾ ਲਾਉਂਦੇ ਹਾਂ, ਉਹਨਾਂ ਦੀ ਪੂਜਾ ਕਰਦੇ ਹਾਂ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਵੀ ਜਿਹਦੀ ਯਾਦ 'ਚ ਮੇਲਾ ਲੱਗਦਾ ਉਹ ਕਿੱਥੇ ਹੈ? ਕਹਿੰਦੇ ਜੀ ਸਾਨੂੰ ਤਾਂ ਨਹੀਂ ਪਤਾ। ਫਿਰ ਲਾਲੇ ਕੌੜੇ ਦਾ ਮਹਾਰਾਜ ਨੇ ਸਿਰ ਫੜਿਆ, ਆਪਣੀ ਛਾਤੀ ਨਾਲ ਲਾ ਲਿਆ।
ਜਦੋਂ ਛਾਤੀ ਨਾਲ ਲਾਇਆ ਉਹਦੇ ਤੱਕ ਪਾਟ ਖੁੱਲ੍ਹ ਗਏ ਗੁਰਮੁਖ, ਉਹਨੂੰ ਦਿਸ ਗਿਆ ਕਿ ਜਿਹਦਾ ਜਿਹੜਾ ਸਾਡਾ ਵੱਡਾ ਵਡੇਰਾ ਸੀ ਜਿਹਨੂੰ ਅਸੀਂ ਪੂਜਦੇ ਹਾਂ ਇਹ ਤਾਂ ਕਾਂ ਬਣਿਆ, ਉਹ ਸਾਹਮਣੇ ਦਰਖਤ ਦੀ ਟਾਹਣੀ 'ਤੇ ਬੈਠਾ, ਅਤੇ ਜਦੋਂ ਕੋਈ ਕਾਂ ਕੂਕਰ ਖਾਣ ਆਉਂਦਾ ਉਦੋਂ ਅਸੀਂ ਮਾਰ ਕੇ ਭਜਾਉਂਦੇ ਹਾਂ। ਇਹਨੂੰ ਪਤਾ ਲੱਗ ਗਿਆ ਇਸ ਗੱਲ ਦਾ। ਛੇਵੇਂ ਪਾਤਸ਼ਾਹ ਕਹਿੰਦੇ ਜਿਹਦੀ ਪੂਜਾ ਕਰਦੇ ਹੋ ਉਹ ਆਪਣੇ ਕਰਮ ਦੇ ਹਿਸਾਬ ਨਾਲ ਬਣ ਗਿਆ ਕਾਂ, ਇੱਥੇ ਜਿਹੜਾ ਅੰਨ ਪਾਣੀ ਤੁਸੀਂ ਢੇਰ ਲਾਈ ਜਾਂਦੇ ਹੋ ਮਿੱਟੀ ਕੱਢਣ ਦੇ ਬਹਾਨੇ, ਇਹੀ ਕਿਸੇ ਲੋੜਵੰਦ ਨੂੰ ਛਕਾਇਆ ਹੁੰਦਾ, ਤੁਹਾਨੂੰ ਅਸੀਸਾਂ ਲੱਗਦੀਆਂ। ਆਖੋ ਸਤਨਾਮ। ਇੱਥੇ ਹੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹਾਂ, ਤਾਂ ਮੈਂ ਵੀ ਵਿੱਚੋਂ ਹੀ ਜਿਹੜਾ ਭੋਜਨ ਪ੍ਰਸ਼ਾਦ ਹੈ ਨਾ ਗੁਰਮੁਖੋਂ, ਇਹ ਓਨਾ ਕੀ ਥਾਲੇ ਵਿੱਚ ਪਾਉਣਾ ਚਾਹੀਦਾ ਜਿੰਨਾ ਭੁੱਖ ਅਨੁਸਾਰ ਖਾ ਸਕੀਏ ਗੁਰਮੁਖ, ਕਿਉਂਕਿ ਸਾਡਾ ਜੂਠਾ ਛੱਡਿਆ ਹੋਇਆ ਕਿਸ ਕੰਮ ਹੈ, ਡੋਲਾਂਗੇ ਛਿੱਟਾਂਗੇ। ਅਤੇ ਅੰਨ ਇੱਕ ਐਸੀ ਚੀਜ਼ ਹੈ ਜਦੋਂ ਇਹ ਸੜਦਾ ਨਾ, ਇੱਕ ਕਿਲੋ ਅੰਨ ਸੜਦਾ ਤਾਂ ਇਹਦੇ ਵਿੱਚੋਂ 4 ਕਿਲੋ ਮਿਥੇਨ ਗੈਸ ਪੈਦਾ ਹੁੰਦੀ ਹੈ ਸਾਇੰਸਦਾਨਾਂ ਦੇ ਹਿਸਾਬ ਨਾਲ। ਉਹ ਮਿਥੇਨ ਗੈਸ ਹੈ ਜਿਹੜੀ ਉਹ ਸਾਡੇ ਸਰੀਰ ਵਾਸਤੇ ਬਹੁਤ ਹਾਨੀਕਾਰਕ ਹੈ। ਦੂਰ ਨਾ ਜਾਓ, ਦਾਲਾਂ ਸਬਜ਼ੀਆਂ ਪ੍ਰਸ਼ਾਦੇ ਦੇਗ 10 ਦਿਨ ਰੱਖ ਦਿਓ ਗੁਰਮੁਖ, ਖੋਲਿਓ ਨਾ, 10 ਦਿਨਾਂ ਬਾਅਦ ਐਸੀ ਸੜਾਂਦ ਪੈਦਾ ਹੋਊ ਤੁਸੀਂ ਕੋਲੇ ਨਹੀਂ ਖੜ ਸਕੋਗੇ, ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ। ਅਤੇ ਤਾਂ ਹੀ ਗੁਰੂ ਸਾਹਿਬ ਦੀ ਮਰਿਆਦਾ ਭਾਈ ਅੰਨ ਹੈ ਜਿਹੜਾ ਇਹ ਓਨਾ ਹੀ ਪਾਓ ਜਿੰਨਾ ਤੁਸੀਂ ਖਾ ਸਕੋ। ਇਹੀ ਗੱਲ ਇੱਥੇ ਮਹਾਰਾਜ ਨੇ ਸਮਝਾਈ ਭੁੱਲਰਾਂ ਦੀ ਮਾੜੀ 'ਤੇ। ਹੁਣ ਲਾਲਾ ਕੌੜਾ ਤਾਂ ਸਮਝ ਗਿਆ ਕਿ ਕੋਈ ਰੱਬੀ ਪੁਰਸ਼ ਆ ਗਏ, ਸ਼ਰਧਾ ਨਾਲ ਮਹਾਰਾਜ ਦੀ ਸੇਵਾ ਕਰਨ ਲੱਗ ਗਏ। ਅਤੇ ਇੱਥੇ ਹੀ ਗੁਰਮੁਖ ਪਿਆਰਿਓ ਜਿਹੜੇ ਸਿੱਧੂ ਗੋਤ ਵਾਲੇ ਹੈ ਨਾ, ਇਹ ਵੀ ਇੱਥੇ ਟੱਪਰੀ ਵਾਸਾਂ ਵਾਂਗੂ ਗੁਜ਼ਾਰਾ ਕਰਦੇ ਫਿਰਦੇ ਸੀ। ਆਖੋ ਸਤਨਾਮ। ਸਿੱਧੂਆਂ ਦਾ ਜੈਸਲਮੇਰ ਦੇ ਕਿਲੇ 'ਤੇ ਕਿਸੇ ਸਮੇਂ ਰਾਜ ਹੁੰਦਾ ਸੀ ਗੁਰਮੁਖ। ਰਾਜਾ ਜੈਸਲਮੇਰ ਵਾਲਾ ਇਹ ਸਿੱਧੂਆਂ ਵਿੱਚੋਂ ਹੋਇਆ ਹੈ। ਆ ਜਿਹੜਾ ਮਹਾਰਾਜ ਨਗਰ ਵਸਿਆ ਨਾ, ਮਹਾਰਾਜ ਚੌਧਰੀ ਸੀ ਬੀਦੋਵਾਲ ਪਿੰਡ ਦਾ ਗੁਰਮੁਖ। ਇਹਨਾਂ ਕੋਲ ਚੌਧਰ ਹੁੰਦੀ ਸੀ, ਭੀਟੀ ਆਲ ਬੀਦੋਵਾਲ ਇਹ ਮਾਲਕ ਸੀ, ਚੌਧਰੀ ਸੀ ਇਸ ਇਲਾਕੇ ਦੇ। ਅਤੇ ਮੁਗਲ ਬਾਦਸ਼ਾਹ ਨੇ ਮਹਾਰਾਜ ਚੌਧਰੀ ਤੋਂ ਇਹਦੀ ਧੀ ਸੋਹਣੀ ਬੜੀ ਸੀ ਮਹਾਰਾਜ ਚੌਧਰੀ ਦੀ, ਉਹਦਾ ਡੋਲਾ ਮੰਗ ਲਿਆ। ਕਹਿੰਦਾ ਵੀ ਤੇਰੀ ਧੀ ਬੜੀ ਸੋਹਣੀ ਹੈ, ਸਿਆਣੀ ਹੈ। ਮੁਗਲ ਬਾਦਸ਼ਾਹ ਕਹਿੰਦਾ ਇਹ ਮੈਨੂੰ ਦੇ ਦੇ, ਇਹਦੇ ਬਦਲੇ ਤੂੰ ਜਿੰਨੀ ਜ਼ਮੀਨ ਜਾਇਦਾਦ ਕਹੇ ਲੈ ਲੈ। ਅਤੇ ਗੁਰਮੁਖ ਪਿਆਰਿਓ ਜਿਹੜਾ ਮਹਾਰਾਜ ਚੌਧਰੀ ਸੀ ਇਹ ਕਹਿੰਦਾ ਵੀ ਤੂੰ ਹੈ ਮੁਗਲ, ਅਸੀਂ ਤੈਨੂੰ ਕਿਵੇਂ ਧੀ ਦਾ ਡੋਲਾ ਦੇ ਦਈਏ। ਇੱਥੋਂ ਰੌਲਾ ਪਿਆ ਸੀ ਅਸਲ ਸ਼ੁਰੂ ਤੋਂ ਗੁਰਮੁਖ। ਉਹਨੇ ਡੋਲਾ ਦੇਣ ਤੋਂ ਇਨਕਾਰ ਕਰਤਾ, ਬਾਗੀ ਹੋ ਗਿਆ। ਅਤੇ ਉਹ ਫਿਰ ਜਿਹੜੇ ਮੁਗਲ ਬਾਦਸ਼ਾਹ ਸੀ ਉਹਨਾਂ ਨੇ ਬਠਿੰਡੇ ਦੇ ਉੱਤੇ ਰਾਜਾ ਭੱਟੀਆਂ ਦਾ ਰਾਜ ਹੁੰਦਾ ਸੀ, ਇਹਨੂੰ ਤਾਂ ਹੀ ਭੱਟੀ ਵਿੰਡ ਵੀ ਕਿਹਾ ਜਾਂਦਾ, ਭੱਟੀਆਂ ਦੀ ਮਦਦ ਲੈ ਕੇ ਬੀਦੋਵਾਲ ਤੋਂ ਮਹਾਰਾਜ ਚੌਧਰੀ ਨੂੰ ਕੱਢਤਾ ਕੁੱਟਮਾਰ ਕਰਕੇ। ਇਹ ਫਿਰ ਬਾਗੀ ਹੋ ਗਏ, ਉਹਨਾਂ ਦੀ ਜ਼ਮੀਨ ਜਾਇਦਾਦ ਸਾਰੀ ਜ਼ਬਤ ਕਰ ਲਈ। ਉਦੋਂ ਫਿਰ ਜਿਹੜੇ ਸਿੱਧੂ ਗੋਤ ਵਾਲੇ ਸੀ ਨਾ, ਇਹ ਬਾਬੇ ਮੋਹਨ ਵਰਗੇ, ਬਾਬੇ ਕਾਲੇ ਵਰਗੇ, ਇਹ 4 ਦਿਨ ਕਿਤੇ 4 ਦਿਨ ਕਿਤੇ ਲੁੱਕ ਕੇ ਗੁਜ਼ਾਰਾ ਕਰਦੇ ਸੀ। ਆਖੋ ਸਤਨਾਮ। ਕੋਲੋਂ ਨਹੀਂ ਕਹਿੰਦੇ, ਇਤਿਹਾਸ ਪੜ੍ਹ ਕੇ ਦੇਖੋ ਗੁਰਮੁਖੋ। ਇੱਧਰ ਨਥਾਣੇ ਵਾਲੇ ਬਾਬਾ ਕਾਲੂ ਨਾਥ ਜੀ, ਆਹ ਦੇਖੋ ਆਪਾਂ ਗੁੰਮੜਸਰ ਦੇ ਸਥਾਨ 'ਤੇ ਬੈਠੇ ਹਾਂ, ਨਹਿਰ ਦੇ ਨਾਲ ਇੱਥੇ ਵੀ ਇੱਕ ਜਗ੍ਹਾ ਬਣੀ ਹੋਈ ਹੈ ਨਾ, ਇੱਥੇ ਵੀ ਆਉਂਦੇ ਜਾਂਦੇ ਸੀ, ਕਿਉਂ ਸਾਧੂ ਮਹਾਤਮਾ ਤੁਰਦੇ ਫਿਰਦੇ ਰਹਿੰਦੇ। ਅਤੇ ਸਿੱਧੂਆਂ ਨੇ ਕਈ ਦਿਨ ਫਿਰ ਬਾਬੇ ਕਾਲੂ ਨਾਥ ਕੋਲ ਵੀ ਕੱਟੇ। ਅਤੇ ਜਦੋਂ ਮਹਾਰਾਜ ਦਾ ਆਉਣਾ ਸੁਣਿਆ, ਇਹ ਫਿਰ ਸਾਰੇ ਸਿੱਧੂ ਇਕੱਠੇ ਹੋ ਕੇ 6ਵੇਂ ਪਾਤਸ਼ਾਹ ਦੇ ਚਰਨੀ ਪਏ ਜਾ ਕੇ।
ਸੇਵਾ ਕੀਤੀ ਗੁਰੂ ਸਾਹਿਬ ਦੇ ਘੋੜਿਆਂ ਵਾਸਤੇ ਘਾਹ ਖੋਤ ਕੇ ਲਿਆਉਣਾ ਚੰਗਾ ਚੰਗਾ, ਗੁਰਸਿੱਖਾਂ ਵਾਸਤੇ ਸੇਵਾ ਕਰਨੀ ਜਿੰਨੀ ਹੋ ਸਕਦੀ। ਅਤੇ ਇੱਕ ਦਿਨ ਮਹਾਰਾਜ ਖੁਸ਼ ਹੋ ਕੇ ਕਹਿੰਦੇ, ਭਾਈ ਤੁਸੀਂ ਸੇਵਾ ਬਹੁਤ ਕਰਦੇ ਹੋ, ਕੁਛ ਮੰਗੋ ਇੱਛਾ ਕੋਈ ਤੁਹਾਡੀ। ਇਹ ਕਹਿੰਦੇ, ਜੀ ਸਭ ਮਹਾਰਾਜ ਦੀ ਕਿਰਪਾ ਸੀਗੀ, ਪਰ ਐਂ ਕਰਕੇ ਸਾਡੇ 'ਤੇ ਵਿਪਤਾ ਦਾ ਸਮਾਂ ਆ ਗਿਆ। ਮੁਗਲਾਂ ਨਾਲ ਸਾਡਾ ਹੋ ਗਿਆ ਝਗੜਾ, ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਜ਼ਬਤ ਕਰਕੇ ਸਾਨੂੰ ਕੁੱਟ ਮਾਰ ਕੇ ਭਜਾਤਾ। ਅਸੀਂ ਭੱਟੀਆਂ ਦੇ ਉਜਾੜੇ ਹੋਏ ਜੈਸਲਮੇਰ ਬੰਨੀਓਂ ਆਏ ਹਾਂ, ਇੱਧਰ ਅਸੀਂ ਆਪਣਾ ਗੁਜ਼ਾਰਾ ਕਰਦੇ ਫਿਰਦੇ ਹਾਂ, ਅਤੇ ਜੇ ਤੁਸੀਂ ਸਾਡੀ ਥੋੜ੍ਹੀ ਜਿਹੀ ਮਦਦ ਕਰ ਦਿਓ। ਜਿਹੜੇ ਭੁੱਲਰ ਅਤੇ ਮਾਨ ਨੇ, ਇਹਨਾਂ ਦਾ ਕਬਜ਼ਾ ਹੁੰਦਾ ਸੀ ਉਦੋਂ ਜ਼ਿਆਦੇ ਇੱਥੇ, ਇਹਨਾਂ ਨੂੰ ਕਹਿ ਕੇ ਸਾਨੂੰ ਪਿੰਡ ਵਸਾਉਣ ਜੋਗੀ ਜਗ੍ਹਾ ਦਵਾ ਦਿਓ, ਸਾਡਾ ਵੀ ਗੁਜ਼ਾਰਾ ਹੋਜੂ, ਇਹ ਵੀ ਰਹਿ ਲੈਣਗੇ। ਅਤੇ ਮਹਾਰਾਜ ਨਾਲੇ ਇਹਨਾਂ ਨੂੰ ਸਮਝਾਓ, ਜਦੋਂ ਸਾਡੀਆਂ ਧੀਆਂ ਨੂੰਹਾਂ ਖੂਹਾਂ 'ਤੇ ਪਾਣੀ ਲੈਣ ਜਾਂਦੀਆਂ, ਇਹ ਫਿਰ ਉਹਨਾਂ ਨਾਲ ਜ਼ੋਰ ਜ਼ਰਬੀ 'ਤੇ ਧੱਕਾ ਕਰਦੇ ਆ, ਮਸ਼ਕਰੀਆਂ ਕਰਦੇ ਆ। ਸਤਿਗੁਰੂ ਮਹਾਰਾਜ ਨੇ ਲਾਲੇ ਕੌੜੇ ਅਤੇ ਬਘੇਲੇ ਨੂੰ ਬੁਲਾਇਆ, ਇਹ ਮੁਖੀ ਹੁੰਦੇ ਸੀ, ਇਹਨਾਂ ਨੂੰ ਬੁਲਾ ਕੇ ਗੱਲ ਕੀਤੀ ਵੀ ਭਾਈ ਇਸ ਤਰ੍ਹਾਂ ਕਰਕੇ ਭਾਈਚਾਰਾ ਵੱਸਦਾ ਹੀ ਚੰਗਾ ਹੁੰਦਾ ਹੈ। ਚਲੋ ਸਿੱਧੂਆਂ 'ਤੇ ਬਿਪਤਾ ਦਾ ਸਮਾਂ, ਤੁਸੀਂ ਇਹਨਾਂ ਨੂੰ ਪਿੰਡ ਵਸਾਉਣ ਜੋਗੀ ਥਾਂ ਦੇ ਦਿਓ, ਇਹ ਵੀ ਗੁਜ਼ਾਰਾ ਕਰ ਲੈਣਗੇ, ਵਾਧੂ ਪਿਆ ਸੀ ਇਲਾਕਾ ਮਾਰੂਥਲ ਦਾ। ਅਤੇ ਉਹ ਕਹਿੰਦੇ, ਮਹਾਰਾਜ ਅਸੀਂ ਹੋਰ ਜੋ ਮਰਜ਼ੀ ਸੇਵਾ ਲੈ ਲਓ ਸਾਡੇ ਤੋਂ, ਹਾ ਗੱਲ ਤੁਹਾਡੀ ਨਹੀਂ ਮੰਨ ਸਕਦੇ, ਕਿਉਂਕਿ ਇਹਨਾਂ ਸ਼ਰੀਕਾਂ ਨੂੰ ਸਾਡੇ ਸਿਰ 'ਤੇ ਬੈਠਿਆਂ ਨੂੰ ਅਸੀਂ ਜਰ ਨਹੀਂ ਸਕਾਂਗੇ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹੁਤ ਸਮਝਾਇਆ, ਪਰ ਉਹ ਮੰਨੇ ਨਾ। ਉੱਥੋਂ ਫਿਰ ਮਹਾਰਾਜ ਕਹਿੰਦੇ ਨੇ ਸਿੱਧੂਆਂ ਨੂੰ, ਬਾਬਾ ਮੋਹਨ ਜੀ ਵਰਗੇ, ਬਾਬੇ ਮੋਹਨ ਦੇ ਚਾਰ ਪੁੱਤਰ ਸੀ ਗੁਰਮੁਖੋ, ਉਹਨਾਂ ਨੂੰ ਕਹਿੰਦੇ, ਭਾਈ ਤੁਸੀਂ ਜਾਓ, ਸੰਦੇਹ ਹੀ ਤੁਰ ਪਿਓ ਤੜਕੇ ਤੜਕੇ, ਜਿੱਥੇ ਜਾ ਕੇ ਤੁਹਾਨੂੰ ਰਾਤ ਪੈ ਜੇ ਉੱਥੇ ਮੋੜੀ ਕੱਢ ਕੇ ਪਿੰਡ ਵਸਾ ਲਓ, ਅਸੀਂ ਤੁਹਾਡੇ ਨਾਲ ਖੜਾਂਗੇ ਜੇ ਵਿਪਤਾ ਆਊਗੀ। ਇਹ ਬਚਨ ਵੀ ਦੇਤਾ। ਹੁਣ ਉੱਥੋਂ ਮਾੜੀ ਤੋਂ ਚੱਲ ਕੇ ਸਤਿਗੁਰੂ ਜਿੱਥੇ ਮਹਾਰਾਜ ਨਗਰ ਹੈ ਗੁਰਮੁਖੋ, ਵਾਹਿਗੁਰੂ, ਉਹ ਬਾਬਾ ਮੋਹਨ ਆਪਣੇ ਸੰਗੀਆਂ ਅਤੇ ਆਪਣੇ ਚਾਰੇ ਪੁੱਤਰਾਂ ਨੂੰ ਲੈ ਕੇ ਇੱਥੇ ਆ ਗਏ। ਇੱਥੇ ਆ ਕੇ ਗੁਰਮੁਖ ਪਿਆਰਿਓ ਖੂਹ ਦੇ ਲਾਗੇ ਮੋਢੀ ਗੱਡ ਕੇ ਤੰਬੂ ਲਾ ਲਏ ਵੀ ਇੱਥੇ ਚਲੋ ਆਪਣਾ ਹੁਣ ਵਸੇਬਾ ਹੋਏਗਾ। ਅਤੇ ਉੱਧਰ ਲਾਲੇ ਕੌੜੇ ਨੂੰ ਪਤਾ ਲੱਗ ਗਿਆ, ਉਹ ਗੁੱਸੇ ਵਿੱਚ ਆਇਆ। ਦੂਜੇ ਦਿਨ ਆ ਕੇ ਜਿਹੜੀ ਇਹਨਾਂ ਸਿੱਧੂਆਂ ਨੇ ਮੋਢੀ ਗੱਡੀ ਸੀ, ਪੱਟ ਕੇ ਖੂਹ 'ਚ ਸਿੱਟਤੀ। ਇਹ ਫਿਰ ਜ਼ੋਰ ਤਾਂ ਕੋਈ ਨਹੀਂ ਸੀ, ਕਿਉਂਕਿ ਜਦੋਂ ਬੰਦਾ ਦੂਜੇ ਥਾਂ ਤੋਂ ਆ ਕੇ ਵੱਸਦਾ, ਉਹ ਵੀ ਬਗਾਨੇ ਟਿਕਾਣੇ, ਜ਼ੋਰ ਕਾਹਦਾ। ਇਹ ਫਿਰ ਬਾਬਾ ਮੋਹਨ ਹੋਣੀ, ਬਾਬੇ ਕਾਲੇ ਹੋਣੀ ਗਏ ਛੇਵੇਂ ਪਾਤਸ਼ਾਹ ਕੋਲ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਬਚਨ ਨਾਲ ਅਸੀਂ ਜਾ ਕੇ ਟਿਕਾਣਾ ਕਰ ਲਿਆ ਸੀ, ਪਰ ਲਾਲਾ ਕੌੜਾ ਅਤੇ ਬਘੇਲਾ ਇਹਨਾਂ ਨੇ ਜਿਹੜੀ ਅਸੀਂ ਮੋੜੀ ਗੱਡੀ ਸੀ ਉਹ ਪੱਟ ਕੇ ਖੂਹ ਸਿੱਟਤੀ। ਸਤਿਗੁਰ ਹੱਸ ਕੇ ਕਹਿੰਦੇ, ਫਿਰ ਚਿੰਤਾ ਨਾ ਕਰੋ, ਤੁਹਾਡੀਆਂ ਤਾਂ ਜੜਾਂ ਪਤਾਲ 'ਚ ਜਾ ਲੱਗੀਆਂ। ਬਚਨ ਹੋ ਗਿਆ ਖੁਸ਼ੀਆਂ ਦਾ। ਉਦੋਂ ਫਿਰ ਜੰਗ ਦਾ ਮਾਹੌਲ ਬਣ ਗਿਆ। ਹੁਣ ਮੈਂ ਇੱਕ ਬੇਨਤੀ ਇੱਥੇ ਕਰਨੀ ਚਾਹੁੰਦਾ, ਸਿੱਧੂ ਵੀ ਬੈਠੇ ਹੋਣਗੇ, ਹੋ ਸਕਦਾ ਕੋਈ ਮਾਨ ਭੁੱਲਰ ਵੀ ਹੋਵੇ, ਹੁਣ ਨਾ ਕਿਤੇ ਵਿਵਾਦ ਖੜਾ ਕਰ ਲਿਓ, ਕਿਉਂਕਿ ਹੁਣ ਤਾਂ ਆਪਾਂ ਇੱਥੇ ਮਹਾਰਾਜ ਦੀ ਗੋਦ 'ਚ ਬੈਠੇ ਹਾਂ, ਐਵੇਂ ਸਾਡੀਆਂ ਗੱਲਾਂ ਸੁਣ ਕੇ ਤੁਸੀਂ ਲੜਾਈ ਪਾ ਲਓ, ਹੈ ਤਾਂ ਇਹ ਸੱਚਾਈ, ਪਰ ਇਹ ਉਸ ਵੇਲੇ ਹੋਇਆ ਸਭ ਕੁਛ ਐਵੇਂ। ਉਦੋਂ ਬਾਅਦ ਸਤਿਗੁਰ ਨੇ ਫਿਰ ਬਚਨ ਕਰਤਾ ਸੀ ਵੀ ਰਲ ਕੇ ਰਹਿਣਾ। ਹੁਣ ਤਾਂ ਦੇਖੋ ਸਿੱਖੀ ਦਾ ਬੋਲਬਾਲਾ ਹੋ ਗਿਆ, ਨਾ ਜਾਤਾਂ ਪਾਤਾਂ ਰਹਿ ਗਈਆਂ, ਗੋਤ ਕੌਣ ਮੰਨਦਾ ਹੁਣ ਗੁਰਮੁਖ ਪਿਆਰਿਓ, ਉਦੋਂ ਬਹੁਤਾ ਹੁੰਦਾ ਸੀ। ਸੋ ਹੁਣ ਆਪਾਂ ਵਾਦ ਵਿਵਾਦ 'ਚ ਨਹੀਂ ਪੈਣਾ। ਉਦੋਂ ਫਿਰ ਜਦੋਂ ਲਾਲੇ ਕੌੜੇ ਨੇ ਮੋਢੀ ਪੱਟ ਕੇ ਸਿੱਟਤੀ ਖੂਹ 'ਚ, ਇਹ ਫਿਰ ਗੁਰਮੁਖੋ ਬਾਬਾ ਮੋਹਨ ਹੋਣੀ,
ਬਾਬਾ ਕਾਲਾ ਹੋਣੀ ਡਰ ਗਏ ਗੁਰਮੁਖ। ਇਹ ਕਹਿੰਦੇ ਸਤਿਗੁਰ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਛੇਵੇਂ ਪਾਤਸ਼ਾਹ ਨੇ ਫਿਰ ਬਾਬੇ ਕਾਲੇ ਨੂੰ ਸਮਝਾਇਆ ਸੀ, ਕਹਿੰਦੇ ਕਾਲਾ ਜੀ ਆਪਣਾ ਘਰ ਵਸਾਉਣ ਵਾਸਤੇ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ, ਅਸੀਂ ਤੁਹਾਡੇ ਨਾਲ ਨਾ ਡਰਦੇ ਕਿਉਂ, ਤੁਸੀਂ ਆਪਣਾ ਨਗਰ ਵਸਾਓ, ਘਰ ਵਸਾਓ, ਰਹੋ ਇੱਥੇ ਆਨੰਦ ਨਾਲ। ਫਿਰ ਜੰਗ ਦਾ ਮਾਹੌਲ ਬਣ ਗਿਆ। ਹੁਣ ਛੇਵੇਂ ਪਾਤਸ਼ਾਹ ਸਿੱਧੂਆਂ ਦੇ ਪੱਖ 'ਚ ਖੜ੍ਹ ਗਏ, ਉੱਧਰ ਮਾਨ ਅਤੇ ਭੁੱਲਰ ਇਹ ਇਕੱਠੇ ਹੋ ਗਏ, ਇੱਧਰੋਂ ਫਿਰ ਜੈਦ ਪੁਰਾਣਾ ਸੀ ਨਾ ਜਿਹੜਾ ਗੁਰਮੁਖੋ, ਇਹ ਅਸਲ ਵਿੱਚ ਹੈ ਤਾਂ ਸਿੱਧੂ ਹੀ ਸੀਗਾ ਅਤੇ ਗੁਰਮੁਖ ਪਿਆਰਿਓ ਇਹ ਭੁੱਲਰਾਂ ਦੇ ਵਿਆਹਿਆ ਹੋਇਆ ਸੀ। ਉਹਨਾਂ ਨੇ ਫਿਰ ਇਹਨੂੰ ਵੰਗਾਰਿਆ, ਬੇਨਤੀ ਕੀਤੀ, ਅਰਜ਼ ਕੀਤੀ ਵੀ ਸਾਡੀ ਹੁਣ ਮਦਦ ਕਰ, ਇਹਨੂੰ ਸੂਰਜ ਅੱਗ ਅਤੇ ਪਾਣੀ ਦਾ ਵਰਸੀ, ਇਹ ਛੇਤੀ ਛੇਤੀ ਕਿਸੇ ਤੋਂ ਜਿੱਤਿਆ ਨਹੀਂ ਸੀ ਜਾਂਦਾ। ਗੁਰਮੁਖ ਬੜਾ ਤਕੜਾ ਯੋਧਾ ਸੀ, ਉਹ ਵੀ ਫਿਰ ਭੁੱਲਰਾਂ ਦੀ ਮਦਦ ਲਈ ਨਾਲ ਖੜ੍ਹ ਗਿਆ। ਅਤੇ ਜਦੋਂ ਗੁਰਮੁਖ ਪਿਆਰਿਓ ਜੰਗ ਦਾ ਮਾਹੌਲ ਬਣ ਗਿਆ, ਉਦੋਂ ਫਿਰ ਕਈ ਮਹਾਤਮਾ ਸੀ ਜਿਵੇਂ ਬਾਬਾ ਕਾਲੂ ਨਾਥ ਜੀ ਨਥਾਣੇ ਵਾਲੇ, ਇੱਧਰੋਂ ਬਾਬਾ ਬੁੱਲਾ ਜੀ ਚੌ ਵਾਲੇ, ਬਾਬਾ ਕਲਿਆਣ ਦਾਸ ਜੀ, ਉੱਧਰੋਂ ਬਠਿੰਡੇ ਵਾਲੇ ਬਾਬਾ ਹਾਜੀ ਰਤਨ ਜੀ, ਇਹ 5-7 ਮਹੰਤ ਇਕੱਠੇ ਹੋਏ ਸਾਧੂ। ਕਹਿੰਦੇ ਕੋਈ ਹੱਕ ਸੱਚ ਦੀ ਲੜਾਈ ਲੜਦਾ, ਆਪਣਾ ਫਰਜ਼ ਬਣਦਾ ਉਹਦੀ ਮਦਦ ਕਰੀਏ। ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਕੋਲ ਆਏ ਮਹਾਰਾਜ ਨਗਰ ਗੁਰਮੁਖ, ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਸਤਿਗੁਰ ਕਹਿੰਦੇ ਸਾਡੀ ਮਦਦ ਕੀ ਕਰੋਗੇ, ਇੱਥੇ ਤਾਂ ਹੁਣ ਜੰਗ ਯੁੱਧ ਹੋਣਾ, ਗੋਲੀਆਂ ਗੰਡਾਸੇ ਤਲਵਾਰਾਂ ਚੱਲਣਗੀਆਂ, ਬੰਦੇ ਮਾਰਨੇ ਤੁਹਾਡਾ ਕੰਮ ਨਹੀਂ ਹੈ, ਤੁਸੀਂ ਭਜਨ ਕਰੋ, ਰੱਬ ਦਾ ਨਾਮ ਜਪੋ, ਅਸੀਂ ਥੋਥੋਂ ਬੰਦੇ ਨਹੀਂ ਮਰਵਾਉਣੇ। ਕਹਿੰਦੇ ਉਹ ਕਹਿੰਦੇ ਜੀ ਸੇਵਾ ਜ਼ਰੂਰ ਕਰਨੀ ਹੈ। ਫਿਰ ਮਹਾਰਾਜ ਕਹਿੰਦੇ ਤੁਸੀਂ ਜੇ ਸੇਵਾ ਹੀ ਕਰਨੀ ਹੈ ਫਿਰ ਐਂ ਕਰੋ, ਸਾਡੇ ਸੂਰਮਿਆਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰ ਦਿਉ। ਫਿਰ ਉਦੋਂ ਇਹ ਜਿਹੜੇ 5-7 ਸਾਧੂ ਸੀ ਨਾ ਮਹਾਤਮਾ, ਇਹ ਇਕੱਠੇ ਹੋ ਕੇ ਆਲੇ ਦੁਆਲੇ ਜਿੱਥੇ ਜਿੱਥੇ ਪਿੰਡ ਵਸੇ ਸੀ ਨਾ, ਉੱਥੋਂ ਦੁੱਧ ਦਾਲਾਂ ਸਬਜ਼ੀਆਂ ਪ੍ਰਸ਼ਾਦਾ ਇਕੱਠਾ ਕਰਕੇ ਲਿਆਉਂਦੇ ਹੁੰਦੇ, ਅਤੇ ਇੱਧਰੋਂ ਕਿਤੇ ਬਾਬਾ ਕਾਲੂ ਨਾਥ ਜੀ ਲੰਗਰ ਪ੍ਰਸ਼ਾਦਾ ਲੈ ਕੇ ਆ ਰਹੇ ਸੀ। ਆ ਨਹਿਰ ਦੇ ਨਾਲ ਹੀ ਜਗ੍ਹਾ ਬਣੀ ਹੋਈ ਹੈ, ਮੈਨੂੰ ਬਾਬਾ ਜੀ ਨੇ ਦੱਸਿਆ, ਜੈਦ ਪੁਰਾਣਾ ਗੁਰਮੁਖ ਪਿਆਰਿਓ ਇੱਧਰੋਂ ਭੋਖੜੀ ਵੱਲੋਂ ਹਰ ਰਾਏਪੁਰ ਵੱਲੋਂ ਚੱਲਿਆ, ਜਦੋਂ ਇੱਥੇ ਆਇਆ ਬਾਬੇ ਕਾਲੂ ਨਾਥ ਨੂੰ ਮਿਲ ਪਿਆ ਕਿਤੇ। ਬਾਬਾ ਕਾਲੂ ਨਾਥ ਜੀ ਜਾਣਦੇ ਸੀ, ਕਹਿੰਦੇ ਜੈਦਾ ਕਿੱਥੇ ਚੱਲਿਆ, ਬੜਾ ਲਾਓ ਲਸ਼ਕਰ ਲੈ ਕੇ, ਫੌਜਾਂ ਲੈ ਕੇ, ਢੋਲ ਨਗਾਰੇ ਵੱਜਦੇ ਆ, ਕਿੱਧਰ ਚੜ੍ਹਾਈ ਕੀਤੀ ਹੈ? ਫਿਰ ਉਹ ਜੈਦ ਪੁਰਾਣਾ ਕਹਿੰਦਾ ਬਾਬਾ ਜੀ ਨਾਥ ਜੀ ਮੇਰੇ ਸਹੁਰਿਆਂ ਦੀ ਜ਼ਮੀਨ 'ਤੇ ਕੋਈ ਕਬਜ਼ਾ ਕਰਦਾ, ਕਹਿੰਦਾ ਮੈਂ ਉਹਨਾਂ ਦੀ ਮਦਦ ਕਰਨ ਚੱਲਿਆ। ਬਾਬਾ ਕਾਲੂ ਨਾਥ ਜੀ ਨੇ ਉੱਥੇ ਸਮਝਾਇਆ, ਕਹਿੰਦੇ ਜੈਦ ਪੁਰਾਣੇ ਤੂੰ ਹੈ ਤਕੜਾ ਯੋਧਾ, ਅਸੀਂ ਨਹੀਂ ਚਾਹੁੰਦੇ ਵੀ ਤੇਰੇ ਵਰਗਾ ਯੋਧਾ ਅਣਾਈ ਮੌਤ ਮਰੇ। ਕਹਿੰਦਾ ਜੀ ਇਹ ਕੀ ਗੱਲ? ਬਾਬਾ ਕਾਲੂ ਨਾਥ ਜੀ ਕਹਿੰਦੇ ਜਿਹਦੇ ਨਾਲ ਤੂੰ ਲੜਨ ਚੱਲਿਆ ਨਾ ਸਿੱਧੂਆਂ ਦੇ ਨਾਲ, ਉਹਨਾਂ ਦੀ ਮਦਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਰਦੇ ਨੇ, ਦੀਨ ਦੁਨੀਆ ਦੇ ਮਾਲਕ, ਉਹਨਾਂ ਦਾ ਮੁਕਾਬਲਾ ਤੂੰ ਨਹੀਂ ਕਰ ਸਕਦਾ, ਮੇਰੀ ਰਾਏ ਹੈ ਤੂੰ ਵਾਪਸ ਮੁੜ ਜਾ। ਅਤੇ ਹੋਮੇ ਦਾ ਭਰਿਆ ਹੋਇਆ ਬਾਬੇ ਕਾਲੂ ਨਾਥ ਨਾਲ ਹੀ ਲੜ ਪਿਆ। ਕਹਿੰਦਾ ਸਾਧੂ ਹੋ ਕੇ ਨਾਥ ਹੋ ਕੇ ਤੂੰ ਮੈਨੂੰ ਡਰਾਉਣਾ, ਸਾਡੇ ਪਿੰਡਾਂ 'ਚੋਂ ਮੰਗ ਖਾਂਦੇ ਹੋ, ਸਾਡਾ ਹੌਂਸਲਾ ਵਧਾਉਣਾ ਚਾਹੀਦਾ ਸੀ, ਮੈਂ ਜਾਣਾ ਕੋਈ ਨਹੀਂ ਕੁਛ ਵਿਗਾੜ ਸਕਦਾ। ਬਾਬਾ ਕਾਲੂ ਨਾਥ ਜੀ ਕਹਿੰਦੇ ਨਾ ਜਾ, ਮੂਹਰੇ ਛੇਵੇਂ ਪਾਤਸ਼ਾਹ ਖੜ੍ਹੇ ਨੇ ਸਿੱਧੂਆਂ ਦੇ ਨਾਲ। ਕਹਿੰਦਾ ਲੈ ਨਾਥਾ ਯਾਦ ਰੱਖੀ, ਪਹਿਲਾਂ ਤਾਂ ਮਾਰੂੰ ਤੇਰੇ ਗੁਰੂ ਨੂੰ, ਫਿਰ ਮਾਰੂੰ ਤੈਨੂੰ, ਕਹਿੰਦਾ ਆ ਕੇ। ਬਾਬਾ ਕਾਲੂ ਨਾਥ ਜੀ ਹੱਸ ਪਏ, ਕਹਿੰਦੇ ਮੈਨੂੰ ਤਾਂ ਮਾਰੇਗਾ ਨਾ ਜੇ ਜਿਉਂਦਾ ਮੁੜ ਕੇ ਆਏਗਾ, ਜਾ ਤਾਂ ਸਹੀ। ਇਹ ਬਚਨ ਸੀ ਬਾਬੇ ਕਾਲੂ ਨਾਥ ਦਾ।
ਤੇ ਸਾਧੂ ਬੋਲੇ ਸਹਿ ਸੁਭਾਏ ਸਾਧਕਾ ਕਹਿਆ ਬਿਰਥਾ ਨਾ ਜਾਏ। ਉਦੋਂ ਫਿਰ ਗੁਰਮੁਖ ਪਿਆਰਿਓ ਜੰਗ ਹੋਇਆ ਇੱਥੇ ਬਹੁਤ ਭਾਰੀ। ਇਸ ਜੰਗ ਦੇ ਵਿੱਚ ਜਿਹੜੇ ਇੱਕ ਪਾਸੇ ਮਾਨ ਅਤੇ ਭੁੱਲਰ, ਦੂਜੇ ਪਾਸੇ ਸਿੱਧੂ, ਆਹ ਫਿਰ ਜਿਹੜਾ ਆਪਣਾ ਇਲਾਕਾ ਹੈ ਨਾ ਸਾਰਾ, ਉਦੋਂ ਜੰਗਲ ਹੁੰਦੇ ਸੀ, ਉੱਚੇ ਉੱਚੇ ਟਿੱਬੇ ਹੁੰਦੇ ਸੀ, ਲੜਾਈ ਹੋਈ ਬਹੁਤ ਜ਼ਿਆਦਾ ਗੁਰਮੁਖੋਂ। ਭੁੱਲਰਾਂ ਦੇ ਵੀ ਬਹੁਤ ਬੰਦੇ ਮਾਰੇ ਗਏ, ਮਾਨਾਂ ਦੇ ਵੀ ਮਾਰੇ ਗਏ, ਅਤੇ ਨੁਕਸਾਨ ਵਿੱਚ ਕੁਛ ਸਿੱਧੂਆਂ ਦਾ ਵੀ ਹੋਇਆ। ਅਤੇ ਆਹ ਸਥਾਨ ਦਾ ਆਪਾਂ ਜ਼ਿਕਰ ਕਰਨਾ, ਚਲੋ ਇਤਿਹਾਸ ਤਾਂ ਲੰਬਾ, ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਇਸ ਸਥਾਨ 'ਤੇ ਗੁਰਮੁਖ ਪਿਆਰਿਓ ਜੈਦ ਪੁਰਾਣੇ ਦਾ ਅਤੇ ਬਾਬੇ ਕਾਲੇ ਦਾ ਯੁੱਧ ਹੋਇਆ ਸੀ। ਇਹ ਲੜਦੇ ਲੜਦੇ ਇੱਧਰ ਨੂੰ ਆ ਗਏ ਅਤੇ ਬਾਬਾ ਕਾਲਾ ਕਮਜ਼ੋਰ ਦਿਲ ਸੀ, ਇਹ ਡਰ ਗਿਆ। ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੈਂ ਜੈਦ ਪੁਰਾਣੇ ਦਾ ਮੁਕਾਬਲਾ ਨਹੀਂ ਕਰ ਸਕਦਾ, ਮੈਂ ਨਹੀਂ ਇਹਨਾਂ ਨਾਲ ਲੜਨਾ। ਮਹਾਰਾਜ ਕਹਿੰਦੇ ਡਰਦਾ ਕਿਉਂ ਹੈ, ਅਸੀਂ ਤੇਰੇ ਨਾਲ ਹਾਂ, ਭਰੋਸਾ ਰੱਖ, ਸਾਡਾ ਬਚਨ ਹੈ, ਤੇਰੇ ਹੱਥੋਂ ਹੀ ਇਹਨੂੰ ਮਰਵਾਉਣਾ। ਆਖੋ ਸਤਨਾਮ। ਫਿਰ ਉਹਦਾ ਹੌਂਸਲਾ ਵੱਧ ਗਿਆ ਗੁਰਮੁਖੋਂ, ਸਤਿਗੁਰ ਦੇ ਬਚਨ 'ਤੇ ਭਰੋਸਾ ਕਰਕੇ ਬਾਬਾ ਕਾਲਾ ਫਿਰ ਯੁੱਧ ਲੜ ਰਿਹਾ ਸੀ। ਕਹਿੰਦੇ ਜੈਦ ਪੁਰਾਣੇ ਨੇ ਬਰਸ਼ੀ ਦਾ ਵਾਰ ਕੀਤਾ। ਉਦੋਂ ਵਾਰ ਨਾ ਧੋਖੇ ਨਾਲ ਨਹੀਂ ਸੀ ਹੁੰਦੇ, ਵਾਰੀ ਹੁੰਦੀ ਸੀ ਵੀ ਪਹਿਲਾਂ ਤੂੰ ਕਰ ਫਿਰ ਮੈਂ ਕਰੂੰ, ਫਿਰ ਤੂੰ ਕਰੀ ਫਿਰ ਮੈਂ। ਜਿਹੜਾ ਗੁਰਮੁਖ ਪਿਆਰਿਓ ਜੈਦ ਪੁਰਾਣਾ ਸੀ, ਇਹਨੇ ਬਰਸ਼ੀ ਦਾ ਵਾਰ ਕੀਤਾ ਅਤੇ ਬਾਬੇ ਕਾਲੇ ਨੇ ਮੂਹਰੇ ਢਾਲ ਕਰ ਲਈ। ਇੰਨੇ ਜ਼ੋਰ ਦੀ ਵਾਰ ਕੀਤਾ ਸੀ, ਕਹਿੰਦੇ ਢਾਲ ਦੇ ਵਿੱਚ ਜਦੋਂ ਬਰਸ਼ੀ ਵੱਜੀ ਨਾ, ਉਹ ਢਾਲ ਬਾਬੇ ਕਾਲੇ ਦੇ ਦੰਦਾਂ 'ਤੇ ਵੱਜੀ, ਦੋ ਤਿੰਨ ਦੰਦ ਵੀ ਤੋੜਤੇ। ਉਦੋਂ ਬਾਅਦ ਵਾਰੀ ਆ ਗਈ ਬਾਬੇ ਕਾਲੇ ਦੀ। ਜਦੋਂ ਬਾਬੇ ਕਾਲੇ ਨੇ ਵਾਰ ਕੀਤਾ, ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਵੀ ਸੀ ਭਾਈ ਜੈਤਾ, ਉਹਦਾ ਵੀ ਕਿਤੇ ਤੀਰ ਬਰਾਬਰ ਆ ਗਿਆ ਗੁਰਮੁਖ ਪਿਆਰਿਓ। ਇਹ ਸਾਂਝੇ ਵਾਰ ਦੇ ਵਿੱਚ ਫਿਰ ਜੈਦ ਪੁਰਾਣੇ ਦੀ ਮੌਤ ਹੋ ਗਈ। ਜੈਦ ਪੁਰਾਣਾ ਫਿਰ ਇੱਥੇ ਮਾਰਿਆ ਗਿਆ ਇਸ ਇਲਾਕੇ ਵਿੱਚ। ਉਦੋਂ ਬਾਅਦ ਬਾਬਾ ਕਾਲਾ ਛੇਵੇਂ ਪਾਤਸ਼ਾਹ ਕੋਲ ਜਾਂਦਾ, ਕਹਿੰਦਾ ਦੇਖਿਆ ਮਹਾਰਾਜ ਕਰਤੇ ਨਾ ਡੱਕਰੇ ਵੱਡੇ ਜੈਦ ਦੇ, ਹੱਸੇ ਬੜਾ ਖੁਸ਼ ਹੋਵੇ। ਮਹਾਰਾਜ ਕਹਿੰਦੇ ਮਾਣ ਨਾ ਕਰ ਬਾਬੇ ਕਾਲੇ, ਤੂੰ ਉਹਨੂੰ ਮਾਰ ਨਹੀਂ ਸੀ ਸਕਦਾ, ਇਹ ਤਾਂ ਸਾਨੂੰ ਵਿੱਚ ਵਿਚੋਲੇ ਬਣਨਾ ਪਿਆ, ਕਿਉਂਕਿ ਤੇਰੇ ਨਾਲ ਵਾਅਦਾ ਹੋਇਆ ਸੀ ਤੇਰੀ ਰਾਖੀ ਕਰਾਂਗੇ। ਕਹਿੰਦਾ ਜੀ ਕਿਵੇਂ? ਮਹਾਰਾਜ ਕਹਿੰਦੇ ਜਦੋਂ ਜੈਦ ਨੇ ਵਰਸ਼ੇ ਦਾ ਵਾਰ ਤੇਰੇ 'ਤੇ ਕੀਤਾ, ਉਹ ਬੜਾ ਬਲਵਾਨ ਸੀ, ਤੈਨੂੰ ਬਚਾਉਣ ਵਾਸਤੇ ਸਾਨੂੰ ਆਹ ਲੋਹੇ ਦੀ ਐਰਨ ਮੂਹਰੇ ਕਰਨੀ ਪਈ, ਇਹਦੇ ਵੀ ਉਹਦੀ ਚੱਲੀ ਹੋਈ ਵਰਸ਼ੀ ਨੇ ਕਈ ਟੁਕੜੇ ਕਰਤੇ, ਫਿਰ ਵੀ ਇਹਦੇ ਵਿੱਚ ਵੱਜ ਕੇ ਤੇਰੀ ਢਾਲ 'ਚ ਵੱਜੀ ਤਾਂ ਵੀ ਤੇਰੇ ਦੋ ਤਿੰਨ ਦੰਦ ਤੋੜ ਗਈ। ਆਹ ਜਿਹੜਾ ਸਥਾਨ ਹੈ ਨਾ ਗੁਰਦੁਆਰਾ ਗੁੰਮਟਸਰ ਸਾਹਿਬ, ਇਹ ਉਹੀ ਨਿਸ਼ਾਨੀ ਇੱਥੇ ਪ੍ਰਗਟ ਹੋਈ ਗੁਰਮੁਖ। ਆਹ ਦਰਬਾਰ ਸਾਹਿਬ ਆਪ ਜੀ ਜਾਂਦੇ ਹੋ, ਦਰਸ਼ਨ ਕਰਦੇ ਹੋ, ਅੰਦਰ ਜਿਹੜੇ ਟੁਕੜੇ ਪਏ ਨੇ ਲੋਹੇ ਦੇ, ਬਾਬਾ ਜੀ ਨੇ ਦੱਸਿਆ ਕਿ ਥੱਲੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਥੱਲੇ ਭੋਰਾ ਸਾਹਿਬ ਹੈ, ਕੱਚੀ ਜਗ੍ਹਾ ਹੈ। ਇਹ ਜਦੋਂ ਇਹ ਸਥਾਨ ਫਿਰ ਪ੍ਰਗਟ ਹੋਇਆ, ਮਹਾਰਾਜ ਨੇ ਸੇਵਾ ਲਈ, ਸੇਵਾ ਸ਼ੁਰੂ ਹੋਈ, ਉਦੋਂ ਫਿਰ ਇਹ ਨਿਸ਼ਾਨੀ ਇੱਥੋਂ ਨਿਕਲੀ। ਆਖੋ ਸਤਨਾਮ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਥੇ ਚਰਨ ਪਏ ਹੋਏ ਨੇ। ਜਿਹੜਾ ਮਹਾਰਾਜ ਵਾਲਾ ਜੰਗ ਸੀ ਮੁਗਲਾਂ ਨਾਲ ਹੋਇਆ, ਇਹ ਗੁਰਮੁਖ ਪਿਆਰਿਓ ਬਾਅਦ ਵਿੱਚ ਹੋਇਆ। ਫਿਰ ਉਦੋਂ ਇਸ ਯੁੱਧ ਦੇ ਵਿੱਚ 1273 ਤਾਂ ਗੁਰਸਿੱਖ ਅਤੇ 16,200 ਮੁਗਲ ਮਾਰਿਆ ਗਿਆ ਸੀ ਇੱਥੇ, ਜਦੋਂ ਮਹਾਰਾਜ ਵਾਲਾ ਜੰਗ ਹੋਇਆ।
ਵੱਡਾ ਛੋਟਾ ਗੁਰੂ ਸਰ ਆਪਾਂ ਕਹਿੰਦੇ ਹਾਂ ਨਾ, ਛੋਟਾ ਗੁਰੂ ਸਰ ਬਾਅਦ ਵਿੱਚ ਬਣਿਆ। ਇੱਥੇ ਲੰਗਰ ਪਾਣੀ ਬਣਦਾ ਹੁੰਦਾ ਸੀ ਕਿਉਂਕਿ ਫੌਜਾਂ ਬਹੁਤ ਸੀ, 35-34 ਸੌ ਹਜ਼ਾਰ ਤਾਂ ਮੁਗਲ ਫੌਜ ਹੀ ਆਈ ਹੋਈ ਸੀ, 16,200 ਮੁਗਲ ਫੌਜ ਮਾਰੀ ਗਈ ਅਤੇ ਗੁਰਮੁਖ ਪਿਆਰਿਓ 1273 ਗੁਰੂ ਕੇ ਸਿੱਖ ਸ਼ਹੀਦੀਆਂ ਪਾ ਗਏ। ਅਤੇ ਮੇਰੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਧਰਮ ਯੁੱਧ ਕੀਤਾ, ਇਕੱਲੇ ਇਕੱਲੇ ਸਿੱਖ ਦੀ ਲੋਥ ਨੂੰ ਚੁੱਕਿਆ। ਜਿੱਥੇ ਸ਼ਹੀਦ ਗੰਜ ਬਣਿਆ ਹੋਇਆ ਨਾ ਵੱਡਾ ਗੁਰੂ ਸਰ, ਸ਼ਹੀਦ ਗੰਜ ਦੇ ਸਥਾਨ 'ਤੇ ਤਾਂ ਸਿੰਘਾਂ ਦੀਆਂ ਲੋਥਾਂ ਦਾ ਸੰਸਕਾਰ ਕੀਤਾ, ਅਤੇ ਜਿੱਥੇ ਦਮਦਮਾ ਰੱਖਿਆ ਨਾਮ ਇੱਕ ਸਥਾਨ ਉਹ ਵੀ ਹੈ ਜਿਹਨੂੰ ਦਮਦਮਾ ਕਿਹਾ ਜਾਂਦਾ, ਉੱਥੇ ਮੁਗਲਾਂ ਨੂੰ ਕਬਰਾਂ ਪੱਟ ਕੇ ਦੱਬਿਆ ਸੀ। ਆਖੋ ਸਤਨਾਮ। ਪਾਣੀ ਦੀ ਢਾਬ ਹੁੰਦੀ ਸੀ, ਢਾਬ ਦੇ ਕਿਨਾਰੇ ਇਹ ਯੁੱਧ ਹੋਇਆ। ਯੁੱਧ ਹੋਇਆ ਮਹਾਰਾਜ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਹੈ ਇਸ ਸਥਾਨ ਦੀ ਗੁਰਮੁਖ ਵੱਡਾ ਗੁਰੂ ਸਰ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਤਰ੍ਹਾਂ ਦੇ ਕੌਤਕ ਵਰਤਾਏ ਨੇ। ਇੱਕ ਦਿਨ ਕਹਿੰਦੇ ਮੀਂਹ ਪਿਆ ਹੋਇਆ ਬਹੁਤ ਜ਼ਿਆਦੇ ਮੀਂਹ ਪਿਆ, ਅਤੇ ਹੁਣ ਤੁਹਾਨੂੰ ਪਤਾ ਇੰਨੇ ਬੰਦੇ ਮਰੇ, ਸਿੰਘਾਂ ਨੇ ਵੀ ਸ਼ਹੀਦੀਆਂ ਪਾਈਆਂ, ਘੋੜੇ ਵੀ ਮਰੇ ਹੋਣਗੇ, ਹੋਰ ਪਸ਼ੂ ਕਾਂ ਕੁੱਤੇ ਇਲਾਂ ਫਿਰਦੀਆਂ, ਸੜਾਂਦ ਪੈਂਦੀ ਸੀ ਕਹਿੰਦੇ ਇੱਥੇ ਸੜਾਂਦ, ਅਤੇ ਜਿੱਦੇ ਪੈ ਗਿਆ ਮੀਂਹ ਉਹਦੇ ਤਾਂ ਬਹੁਤਾ ਹੀ ਮੁਸ਼ਕ ਮਾਰੇ। ਅਤੇ 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਬੁਖਾਰ ਚੜ੍ਹ ਗਿਆ ਗੁਰਮੁਖ। ਜਦੋਂ ਬੁਖਾਰ ਚੜ੍ਹ ਗਿਆ, ਹੁਣ ਲੰਗਰ ਪਾਣੀ ਆਉਂਦਾ ਸੀ ਬਾਬੇ ਕਾਲੇ ਕੇ ਘਰੋਂ, ਵੈਸੇ ਤਾਂ ਲੰਗਰ ਗਿੱਲ ਕਲਾਂ ਤਿਆਰ ਹੁੰਦਾ ਸੀ, ਆਪਾਂ ਇਸ ਇਲਾਕੇ ਦੇ ਬੈਠੇ ਹਾਂ, ਗਿੱਲ ਕਲਾਂ ਗੁਰਦੁਆਰਾ ਸਾਹਿਬ ਹੈ ਰਾਮਪੁਰਾ ਬਰਨਾਲਾ ਰੋਡ 'ਤੇ, ਉੱਥੇ ਲੰਗਰ ਤਿਆਰ ਹੁੰਦਾ ਹੁੰਦਾ ਸੀ, ਬਾਬਾ ਗੁਰਦਿੱਤਾ ਜੀ ਵਰਗੇ ਲੰਗਰ ਲੈ ਕੇ ਆਉਂਦੇ ਹੁੰਦੇ। ਅਤੇ ਜਿੱਦੇ ਪਿਆ ਮੀਂਹ ਬਹੁਤ ਜ਼ਿਆਦੇ, ਉਦੋਂ ਬਾਬਾ ਕਾਲਾ ਕਹਿੰਦਾ ਘਰ ਵਾਲੀ ਨੂੰ, ਭਗਵਾਨੇ ਆਪਾਂ ਰੋਟੀ ਖਾ ਕੇ ਸੋਈਏ ਅਤੇ ਗੁਰੂ ਸਾਹਿਬ ਸੌਣ ਭੁੱਖੇ, ਇਹ ਤਾਂ ਗੱਲ ਠੀਕ ਨਹੀਂ ਹੈ, ਆਪਾਂ ਉਹਨਾਂ ਦੀ ਕਿਰਪਾ ਨਾਲ ਘਰਾਂ ਵਿੱਚ ਸੁਖੀ ਵੱਸਦੇ ਹਾਂ, ਕੋਈ ਉਪਰਾਲਾ ਕਰੀਏ। ਫਿਰ ਘਰਵਾਲੀ ਨੇ ਖਿਚੜੀ ਬਣਾਈ, ਦਾਲ ਬਣਾਈ, ਪ੍ਰਸ਼ਾਦੇ ਤਿਆਰ ਕੀਤੇ ਵਾਹ ਵਾਹ ਸਾਰੇ। ਅੱਗੇ ਮਾਈਆਂ ਬੈਠੀਆਂ ਪੁਰਾਣੀਆਂ, ਹਾਰੇ ਹੁੰਦੇ ਮਿੱਟੀ ਦੇ, ਅੱਧਾ ਤੌੜਾ ਭੰਨਿਆ ਹੁੰਦਾ ਥੱਲੇ ਲਾ ਲੈਣਾ, ਉੱਪਰ ਮਿੱਟੀ ਲਾਉਣੀ, ਉਹਦੇ ਵਿੱਚ ਪਾਥੀਆਂ ਵਾਲ ਕੇ ਖਿਚੜੀ ਅਤੇ ਦਾਲ ਦਾ ਪਤੀਲਾ ਧਰਤਾ ਗੁਰਮੁਖੋ, ਉੱਪਰ ਬਹੁਤ ਸਾਰੇ ਪ੍ਰਸ਼ਾਦੇ ਰੱਖ ਕੇ ਉੱਪਰ ਮਾਈ ਨੇ ਬੱਠਲ ਮੂਧਾ ਮਾਰਤਾ ਵੀ ਮੀਂਹ ਨਾ ਪਵੇ, ਵੱਡਾ ਸਾਰਾ ਬੱਠਲ ਵੀ ਪਾਣੀ ਸਾਈਡਾਂ 'ਤੇ ਨਿਕਲਦਾ ਜਾਵੇ। ਉਹ ਹਾਰਾ ਦਾਲ ਸਬਜ਼ੀ ਪ੍ਰਸ਼ਾਦੇ ਵਾਲਾ ਚਕਾ ਕੇ ਬਾਬੇ ਕਾਲੇ ਦੇ ਸਿਰ 'ਤੇ ਧਰਾਤਾ ਗੁਰਮੁਖੋ। ਬਾਬਾ ਕਾਲਾ ਉਜਾੜ ਬੀਆਂ ਬਾਨਾਂ ਖਾਲਾਂ ਪਈਆਂ ਡੰਡੀਆਂ ਵਿੱਚੋਂ ਦੀ ਹੁੰਦਾ ਹੋਇਆ ਜਦੋਂ ਲੰਗਰ ਲੈ ਕੇ ਆਇਆ ਨਾ ਵੱਡੇ ਗੁਰੂ ਸਰ, ਅਤੇ ਸੜਾਂਦ ਪੈਂਦੀ ਸੀ ਉਸ ਵੇਲੇ, 6ਵੇਂ ਪਾਤਸ਼ਾਹ ਨੂੰ ਬੁਖਾਰ ਚੜ੍ਹਿਆ ਹੋਇਆ, ਬਾਬੇ ਕਾਲੇ ਨੇ ਆਵਾਜ਼ ਮਾਰੀ ਕਹਿੰਦਾ ਆ ਜਾਓ ਭਾਈ ਸਿੱਖੋ, ਮੈਂ ਭੋਜਨ ਲੈ ਆਇਆ, ਤੁਸੀਂ ਪ੍ਰਸ਼ਾਦਾ ਛਕ ਲਓ। ਸਿੱਖ ਕਹਿੰਦੇ ਬਾਬਾ ਕਾਲਾ ਜੀ, ਅੱਜ ਮੀਂਹ ਪੈ ਗਿਆ, ਝੱਖੜ ਝੁੱਲਦਾ ਸੀ, ਜੇ ਲੰਗਰ ਨਾ ਵੀ ਲਿਆਉਂਦੇ ਤਾਂ ਕੀ ਸੀ, ਸਰ ਜਾਣਾ ਸੀ। ਬਾਬਾ ਕਾਲਾ ਕਹਿੰਦਾ ਅਸੀਂ ਰੋਟੀ ਖਾ ਕੇ ਸੋਈਏ ਅਤੇ ਗੁਰੂ ਔਰ ਗੁਰੂ ਕੇ ਸਿੱਖ ਸੌਣ ਭੁੱਖੇ, ਇਹ ਕਿਵੇਂ ਹੋ ਸਕਦਾ ਭਲਾ, ਅਸੀਂ ਇੱਦਾਂ ਦੇ ਕਿਰਤ ਘਣ ਨਹੀਂ ਹਾਂ। ਲੰਗਰ ਲਾ ਲਿਆ, ਪ੍ਰਸ਼ਾਦਾ ਛਕਾਉਣ ਵੇਲੇ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਲੈ ਕੇ ਗਏ ਨਾ ਭੋਗ ਲਵਾਉਣ, ਮਹਾਰਾਜ ਦੇ ਨੇਤਰਾਂ 'ਚੋਂ ਵੀ ਪ੍ਰੇਮ ਦੇ ਹੰਝੂ ਆ ਗਏ। ਕਹਿੰਦੇ ਦੇਖੋ ਜਾਤ ਗੋਤ ਕੋਈ ਮੇਰੀ ਨਹੀਂ, ਰਿਸ਼ਤੇਦਾਰੀ ਮੇਰੀ ਨਹੀਂ, ਇਹ ਸਿੱਖ ਜਿਨ੍ਹਾਂ ਨੇ ਮੇਰੀ ਇਹੋ ਜਿਹੇ ਔਖੇ ਵੇਲੇ ਮਦਦ ਕੀਤੀ ਹੈ, ਇਹਨਾਂ ਦਾ ਦੇਣਾ ਮੈਂ ਕਿਵੇਂ ਦਿਆਂਗਾ। ਉਦੋਂ ਬਾਅਦ ਫਿਰ 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਮਹਾਰਾਜ, ਉਹਨਾਂ ਨੇ ਆਪਣੇ ਇਲਾਕੇ 'ਤੇ ਕਿਰਪਾ ਕੀਤੀ ਹੈ, ਮੈਂ ਬਾਬਾ ਜੀ ਨੂੰ ਬੇਨਤੀ ਕਰਾਂ, ਉਹਨਾਂ ਨੇ ਵੀ ਕੁਛ ਬਚਨ ਬਿਲਾਸ
ਸੰਗਤ ਨਾਲ ਕਰਨੇ ਨੇ ਉਹ ਸਟੇਜ 'ਤੇ ਆ ਜਾਣ, ਕਿਉਂਕਿ 10:30 ਤੱਕ ਆਪਾਂ ਨੂੰ ਸਮਾਂ ਦਿੱਤਾ ਸੀ, 1 ਮਿੰਟ ਬਾਕੀ ਹੈ। ਮੈਂ 1 ਮਿੰਟ ਵਿੱਚ ਹੀ ਆਪਣੀ ਗੱਲ ਕਹਿ ਕੇ ਸਮਾਪਤੀ ਕਰਾਂ। 6ਵੇਂ ਪਾਤਸ਼ਾਹ ਦੇ ਵੇਲੇ ਜੰਗ ਯੁੱਧ ਹੋਏ, ਇਹ ਇਲਾਕਾ ਵਸਾਇਆ, ਫਿਰ ਮਹਾਰਾਜ ਦੀ ਇਹ ਪੂਰੇ ਆਪਣੇ ਇਲਾਕੇ ਵਿੱਚੋਂ ਮਾਲਵੇ ਵਿੱਚੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ, ਬਾਹੀਆ ਕਿਹਾ ਜਾਂਦਾ, ਆਲੇ ਦੁਆਲੇ ਦੇ 22 ਪਿੰਡ ਇਸੇ ਵਿੱਚੋਂ ਵੱਜੇ ਗੁਰਮੁਖੋਂ। ਉਦੋਂ ਬਾਅਦ ਫਿਰ 7ਵੇਂ ਪਾਤਸ਼ਾਹ ਆਏ, 7ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਉਹ ਹਰ ਰਾਏਪੁਰ ਜੰਡਾਂ ਵਾਲੇ ਦੇ ਲਾਗੇ, ਇੱਥੋਂ ਬਾਬਾ ਕਾਲਾ ਜੀ ਗਏ ਸੀ, ਨਾਲ ਭਤੀਜੇ ਚਲੇ ਗਏ ਫੂਲ ਅਤੇ ਸੰਦਲੀ। ਇੱਕ ਦੇ ਤਾਂ ਨੀਕਰ ਪਾਈ, ਇੱਕ ਨੰਗਾ ਹੀ ਭੱਜ ਗਿਆ, ਉਦੋਂ ਹਾਲਾਤ ਇਹੋ ਜਿਹੇ ਸੀ ਗੁਰਮੁਖੋਂ। ਗੁਰੂ ਹਰ ਰਾਏ ਸਾਹਿਬ ਜੀ ਨੂੰ ਛਕਾਇਆ ਪ੍ਰਸ਼ਾਦਾ, ਗੱਲਾਂ ਬਾਤਾਂ ਚੱਲੀਆਂ, ਬਚਨ ਬਿਲਾਸ ਹੋਏ, ਸੰਗਤ ਵਿੱਚੋਂ ਬੈਠੇ ਸੀ ਭਤੀਜੇ ਬਾਬੇ ਕਾਲੇ ਦੇ, ਉੱਠ ਕੇ ਖੜ੍ਹੇ ਹੋ ਗਏ, ਉਹਨਾਂ ਨੂੰ ਭੁੱਖ ਲੱਗੀ ਸੀ, ਢਿੱਡ 'ਤੇ ਹੱਥ ਮਾਰਨ। ਬਾਬਾ ਕਾਲਾ ਜੀ ਕਹਿੰਦੇ ਬੱਚਿਓ ਬਹਿ ਜਾਓ, ਟਿਕ ਜਾਓ ਕੁਛ ਸਮਾਂ। ਗੁਰੂ ਹਰ ਰਾਏ ਸਾਹਿਬ ਕਹਿੰਦੇ ਬਾਬਾ ਜੀ ਇਹ ਬੱਚੇ ਕਿਹਦੇ ਹੈ? ਉਦੋਂ ਫਿਰ ਬਾਬੇ ਕਾਲੇ ਨੇ ਦੱਸਿਆ, ਕਹਿੰਦਾ ਜੀ ਇਹ ਮੇਰੇ ਭਤੀਜੇ ਨੇ, ਭਰਾ ਮੇਰਾ ਮਾਰਿਆ ਗਿਆ ਬੀਦੋਵਾਲ ਭੀਟੀ ਵਾਲ ਯੁੱਧ ਦੇ ਵਿੱਚ, ਬੰਦੇ ਸਾਡੇ ਘੱਟ ਨੇ, ਇਕੱਲੀਆਂ ਮਾਈਆਂ ਹੀ ਮਾਈਆਂ ਘਰਾਂ 'ਚ, ਮੈਂ ਬਥੇਰਾ ਰੋਕਿਆ, ਇਹ ਬੱਚੇ ਰੁਕੇ ਨਹੀਂ, ਮਗਰ ਆ ਗਏ, ਹੁਣ ਇਹ ਭੁੱਖੇ ਨੇ, ਇਹ ਅਨਾਥ ਨੇ, ਇਹਨਾਂ ਦਾ ਬਾਪ ਹੈ ਨਹੀਂ, ਭੁੱਖੇ ਨੇ, ਬੱਚੇ ਰੋਟੀ ਮੰਗਦੇ ਹੈ। ਉਦੋਂ 7ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਖਿਆਲ ਰੱਖਣਾ, ਮਹਾਰਾਜ ਕਹਿੰਦੇ ਬਾਬਾ ਕਾਲਾ ਜੀ ਕੀ ਆਖਿਆ, ਅਨਾਥ ਗੁਰੂ ਘਰ ਦੇ ਸੇਵਕਾਂ ਦੇ ਬੱਚੇ ਕਦੇ ਅਨਾਥ ਨਹੀਂ ਹੋਇਆ ਕਰਦੇ, ਆਖੋ ਸਤਨਾਮ। ਤੁਸੀਂ ਕਹਿੰਦੇ ਹੋ ਇਹਨਾਂ ਦਾ ਕੋਈ ਹੈ ਨਹੀਂ, ਇਹ ਤਾਂ ਰਾਜ ਕਰਿਆ ਕਰਨਗੇ ਰਾਜ। ਇਹਨਾਂ ਦੇ ਘੋੜੇ ਤਾਂ ਕਹਿੰਦੇ ਜਮਨਾ ਤੱਕ ਪਾਣੀ ਪੀਆ ਕਰਨਗੇ। ਇਹ 7ਵੇਂ ਪਾਤਸ਼ਾਹ ਨੇ ਫਿਰ ਵਰ ਦਿੱਤਾ ਸੀ, ਜਦੋਂ ਕਿਤੇ ਜਾਓ ਨਾ ਪਟਿਆਲੇ ਰਾਜ ਘਰਾਣੇ 'ਚ, ਉੱਥੇ ਇੱਕ ਹੁਕਮਨਾਮਾ ਸਾਹਿਬ ਪਿਆ 7ਵੇਂ ਪਾਤਸ਼ਾਹ ਵੇਲੇ ਦਾ, ਉਹ 'ਤੇ ਲਿਖਿਆ ਸੀ ਤੇਰਾ ਘਰ ਸੋ ਮੇਰਾ ਘਰ। ਕਹਿੰਦੇ ਤੁਹਾਡੇ ਸਾਡੇ 'ਚ ਫਰਕ ਹੈ ਕੋਈ ਗੁਰਮੁਖੋਂ? ਫਿਰ ਤੁਹਾਨੂੰ ਇਹ ਵੀ ਬੇਨਤੀ ਕਰਦਿਆਂ ਸਮਾਂ ਲੰਘਦਾ ਗਿਆ, 4 ਦਿਨ ਕਿਤੇ 4 ਦਿਨ ਕਿਤੇ ਸਮਾਂ ਲੰਘਦਾ ਗਿਆ। ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਮਾ ਸਾਹਿਬ ਆਏ ਨਾ, ਅਸਲੀ ਬਖਸ਼ਿਸ਼ ਉਦੋਂ ਬਾਅਦ 'ਚ ਹੋਈ ਹੈ। ਰਾਮਾ ਅਤੇ ਤਲੋਕਾ ਦੋ ਭਰਾ ਸੀ, ਇਹਨਾਂ ਨੇ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ। ਖਿਆਲ ਰੱਖਿਓ ਆਪਣੇ ਇਲਾਕੇ ਨੂੰ ਇੰਨਾ ਮਾਣ ਮਿਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਸੀ ਨਾ, ਇਹਨਾਂ ਦਾ ਸੰਸਕਾਰ ਰਾਮੇ ਤਲੋਕੇ ਨੇ ਕੀਤਾ ਜਾ ਕੇ। ਇਹ ਖਬਰ ਸਾਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਸੁਣਾਈ। ਇਤਿਹਾਸ ਤਾਂ ਵੱਡਾ, ਮੈਂ ਬੇਨਤੀ ਸ਼ੋਰਟਕੱਟ ਕਰਨੀ ਹੈ ਕਿਉਂਕਿ ਬਾਬਾ ਜੀ ਆ ਗਏ, ਕਦੇ ਫਿਰ ਸਮਾਂ ਮਿਲਿਆ ਵਿਚਾਰਾਂ ਕਰਾਂਗੇ। ਦਮਦਮਾ ਸਾਹਿਬ ਰਾਮੇ ਤਲੋਕੇ ਨੇ ਜਾ ਕੇ ਦੱਸਿਆ, ਕਹਿੰਦੇ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ, ਅਸੀਂ ਉਹਨਾਂ ਦਾ ਸੰਸਕਾਰ ਕਰਕੇ ਆਏ ਹਾਂ ਕਮਲੇ ਰਮਲੇ ਬਣ ਕੇ, ਕਿਸੇ ਨੇ ਵਾਲ ਖੋਲ੍ਹੇ, ਕਿਸੇ ਨੇ ਕੱਪੜੇ ਪਾਟ ਲਏ, ਅਤੇ ਮਹਾਰਾਜ ਕਹਿੰਦੇ ਤੁਹਾਡੀ ਸੇਵਾ ਪ੍ਰਵਾਨ ਹੈ। ਇੱਥੋਂ ਫਿਰ ਲੰਗਰ ਦੀ ਰਸਤ ਦਾ ਗੱਡਾ ਭਰ ਕੇ ਲੈ ਕੇ ਗਏ, ਬਹੁਤ ਸਾਰੀ ਮਾਇਆ ਗੁਰੂ ਸਾਹਿਬ ਵਾਸਤੇ ਬਸਤਰ ਲੈ ਕੇ ਗਏ ਰਾਮਾ ਅਤੇ ਤਲੋਕਾ, ਸਾਰਾ ਹਾਲ ਗੁਰੂ ਜੀ ਨੂੰ ਦੱਸਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਤੁਹਾਡੀ ਸੇਵਾ ਪ੍ਰਵਾਨ ਹੈ, ਇੱਛਾ ਦੱਸੋ ਕੀ ਹੈ? ਕਹਿੰਦੇ ਜੀ ਇੱਛਾ ਇਹ ਹੈ ਕਿ ਭੁੱਲਰ ਅਤੇ ਮਾਨ ਸਾਨੂੰ ਅਜੇ ਵੀ ਵਸਣ ਨਹੀਂ ਦਿੰਦੇ, ਕੱਚੇ ਕੋਠੇ ਪਾਈਦੇ ਆ, ਕਈ ਵਾਰੀ ਉਹ ਵੀ ਢਾ ਜਾਂਦੇ ਨੇ ਇਲਾਕਾ ਉਹਨਾਂ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ 7ਵੇਂ ਪਾਤਸ਼ਾਹ ਨੇ ਤੁਹਾਨੂੰ ਵਚਨ ਕੀਤੇ ਆ, ਭਰੋਸਾ ਨਹੀਂ ਹੈ ਤੁਹਾਨੂੰ? ਕਹਿੰਦੇ ਜੀ ਭਰੋਸਾ ਤਾਂ ਹੈਗਾ, ਪਰ ਕਰੀਏ ਕੀ, ਨਾ ਤਾਂ ਫਸਲ ਵਾੜੀ ਹੁੰਦੀ ਹੈ, ਨਾ ਘਰ ਵਾਰਸ, ਤਾਂ ਮਿੱਟੀ ਲਾਉਣ ਜੋਗੇ ਵੀ ਨਹੀਂ, ਜਦੋਂ ਪਾਈਦੇ ਆ ਉਹ ਢਾ ਜਾਂਦੇ ਨੇ।
ਉਦੋਂ ਫਿਰ ਮਹਾਰਾਜ ਕਹਿੰਦੇ ਮਿੱਟੀ ਦਾ ਕਿਉਂ ਸੱਜ ਮੰਗਿਆ ਤਲੋਕਿਆ, ਹੋਜੂ ਪਾਏ ਜਿੰਨਾ ਜਿਹੜਾ ਤੋਲਾ ਰੋਕਿਆ। ਕਹਿੰਦੇ ਭਰੋਸਾ ਰੱਖਿਓ, ਲਓ ਆਪਾਂ ਆਹ ਕਵਿਤਾ ਲਾਸਟ ਪੜ੍ਹਨੀ ਹੈ, ਫਿਰ ਫਤਿਹ ਬੁਲਾਵਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਯਾਦ ਰੱਖਿਓ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ, ਜਿਹੜਾ ਘਰ ਸੋਈ ਮੇਰਾ ਘਰ ਹੈ, ਚੜੇ ਉਹਨਾਂ ਤੱਕੇ ਕਿਸੇ ਨਾ ਮੁਰਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ। ਰਹਿਓ ਸ਼ਰਧਾਲੂ ਬਣ ਗੁਰੂ ਘਰ ਦੇ, ਰੱਖਿਓ ਭਰੋਸਾ ਉੱਤੇ ਸਾਡੇ ਵਰ ਦੇ, ਰਹਿਓ ਸ਼ਰਧਾਲੂ ਬਣ ਗੁਰੂ ਘਰ ਦੇ, ਰੱਖਿਓ ਭਰੋਸਾ ਉੱਤੇ ਸਾਡੇ ਵਰ ਦੇ, ਚੜ੍ਹਿਓ ਨਾ ਪੱਕੇ ਕਿਸੇ ਨਾ ਮੁਰਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ, ਝੂਲਣਗੇ ਚੰਡੇ ਫੂਲ ਕੀ ਔਲਾਦ ਦੇ। ਅਨੇਕਾਂ ਪੈਣੀਆਂ, ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਨਾ ਕੱਚੀਆਂ ਛੰਨਾ, ਕੱਚੇ ਘਰ, ਯਾਦ ਰੱਖਿਓ ਮਹਿਲ ਬਣ ਜਾਣੇ। ਸੁੰਦਰ ਅਟਾਰੀਆਂ ਅਨੇਕਾਂ ਪੈਣੀਆਂ, ਜਿਨ੍ਹਾਂ ਦੀਆਂ ਚੋਟੀਆਂ ਸਮਾਨੀ ਖਹਿਣੀਆਂ, ਕਾਨਿਆਂ ਦੀ ਥਾਂ ਬੰਨੇ ਹੋਣਗੇ ਕਮਾਦ ਦੇ, ਕਾਨਿਆਂ ਦੀ ਥਾਂ ਬੰਨੇ ਹੋਣਗੇ ਕਮਾਦ ਦੇ, ਝੂਲਣਗੇ ਚੰਡੇ ਸਤਿਗੁਰ ਮਹਾਰਾਜ ਕਹਿੰਦੇ ਹੁਣ ਫੋਕਾ ਬਾਣਾ ਲਾ ਕੇ ਵਹਿਮਾਂ ਭਰਮਾਂ ਚੋਂ ਨਿਕਲੋ, ਅੰਮ੍ਰਿਤ ਛਕੋ ਸਿੰਘ ਸੱਜ ਜੋ, ਹੱਥੀ ਸ਼ਸਤਰ ਫੜ ਲਓ, ਤੁਹਾਨੂੰ ਤੱਤੀ ਵਾਹ ਨਹੀਂ ਲੱਗੂਗੀ, ਆਖੋ ਸਤਨਾਮ। ਫਿਰ ਇਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ। ਜਦੋਂ ਗੁਰੂ ਸਾਹਿਬ ਨੇ ਇੱਥੇ ਬੀੜ ਲਿਖਵਾਈ, ਅਰਥਾਂ ਸਮੇਤ ਫਿਰ ਪਾਠ ਕੀਤਾ, ਸੰਥਿਆ ਕਰਵਾਈ, ਉਦੋਂ ਰਾਮਾ ਤਲੋਕਾ ਵੀ ਵਿੱਚ ਸੀ ਗੁਰਮੁਖੋ। 40 ਸਿੱਖ ਇਹ ਜੇ ਸੀ, 40 ਸਿੰਘ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦਮਦਮਾ ਸਾਹਿਬ ਸਾਰਾ ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਪਾਠ ਸੁਣਿਆ। ਜਦੋਂ ਜਾਂਦੇ ਹੋ ਨਾ ਗੁਰਦੁਆਰਾ ਲਿਖਣਸਰ ਸਾਹਿਬ ਬਣਿਆ, ਉੱਥੇ ਬੋਰਡ ਲੱਗਿਆ, ਕਿਤੇ ਜਾ ਕੇ ਪੜ੍ਹਿਓ, ਉਹਦੇ ਵਿੱਚ ਰਾਮੇ ਤਲੋਕੇ ਦਾ ਨਾਮ ਵੀ ਲਿਖਿਆ ਹੋਇਆ, ਆਖੋ ਸਤਨਾਮ। ਸੋ ਉਦੋਂ ਬਾਅਦ ਆ ਕਿਰਪਾ ਹੋਈ ਹੈ, ਰਾਜ ਭਾਗ ਬਹੁਤ ਵੱਧ ਗਿਆ। ਚਲੋ ਇਤਿਹਾਸ ਲੰਬਾ, ਮੈਂ ਹੁਣ ਆਪ ਜੀ ਤੋਂ ਇੱਥੋਂ ਹੀ ਮਾਫ਼ੀ ਮੰਗਦਾ, ਆਪਣੇ ਇਲਾਕੇ ਦਾ ਹੋਣ ਕਰਕੇ ਵਿਚਾਰਾਂ ਕੀਤੀਆਂ, ਕੋਈ ਭੁੱਲ ਕਰ ਗਿਆ ਹੋਵਾਂ ਤਾਂ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਬਾਬਾ ਮਨਮੋਹਨ ਸਿੰਘ ਜੀ, ਉਹਨਾਂ ਕੋਲੋਂ ਵੀ ਆਪਾਂ ਕੁਛ ਵਿਚਾਰਾਂ ਸਰਵਣ ਕਰਨੀਆਂ। ਸੋ ਸੰਗਤ ਨੇ ਬੜੇ ਪ੍ਰੇਮ ਅਦਬ ਸਤਿਕਾਰ ਦੇ ਨਾਲ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਿਆ, ਗੁਰ ਇਤਿਹਾਸ ਸੁਣਿਆ। ਜਦੋਂ ਵੀ ਕਿਤੇ ਸਮਾਂ ਮਿਲਦਾ, ਆਪ ਜੀ ਬੜਾ ਪਿਆਰ ਕਰਦੇ ਹੋ, ਬਾਬਾ ਜੀ ਵੱਲੋਂ ਬੜਾ ਪਿਆਰ ਮਿਲਦਾ, ਸੋ ਅਸੀਂ ਸਦਾ ਹੀ ਜਥੇ ਸਮੇਤ ਆਪ ਜੀ ਦੇ ਰਿਣੀ ਰਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਜਿੱਥੇ ਸਾਰੀ ਹੀ ਸੰਗਤ ਦਾ ਧੰਨਵਾਦ ਹੈ।
ਉੱਥੇ ਗੁਰਦੁਆਰਾ ਗੁੰਮਟਸਰ ਸਾਹਿਬ ਦੇ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਬੜਾ ਪਿਆਰ ਸਤਿਕਾਰ ਕਰਦੇ ਨੇ। ਇੱਧਰ ਬਾਬਾ ਜੀਵਨ ਸਿੰਘ ਜੀ ਬੈਠੇ ਨੇ, ਬਾਬਾ ਗੁਰਜੰਟ ਸਿੰਘ ਜੀ ਜਿਨ੍ਹਾਂ ਨੂੰ ਪ੍ਰੇਮ ਨਾਲ ਆਮ ਗੋਲਟਾ ਕਿਹਾ ਜਾਂਦਾ, ਅਤੇ ਬਾਬਾ ਮਨਮੋਹਨ ਸਿੰਘ ਜੀ, ਹੋਰ ਸਾਰੇ ਹੀ ਸੇਵਾਦਾਰ। ਸਾਡੇ ਨਗਰ ਦਾ ਇਸ ਸਥਾਨ ਦੇ ਨਾਲ ਬਹੁਤ ਲਗਾਓ ਹੈ। ਗੁਰਮੁਖ ਪਿਆਰਿਓ, ਪਹਿਲਾਂ ਰਾਗੀ ਭਰਪੂਰ ਸਿੰਘ ਜੀ ਹੁੰਦੇ ਇੱਥੇ ਵਿਦਿਆਰਥੀਆਂ ਨੂੰ, ਉਹਨਾਂ ਨੇ ਵਿੱਦਿਆ ਪੜ੍ਹਾਈ, ਸੋ ਉਹਨਾਂ ਨੇ ਵਿੱਦਿਆ ਵੰਡੀ, ਸਾਨੂੰ ਵੀ ਦਾਤ ਮਿਲ ਗਈ। ਅਤੇ ਬਾਬਾ ਜਸਵੰਤ ਸਿੰਘ ਜੀ ਜਿਹਨੂੰ ਮਿੱਠੂ ਭਾਈ ਜੀ ਕਹਿੰਦੇ, ਕਿਲ੍ਹੇ ਦੇ ਵਿੱਚ ਵਾਲਿਆਂ ਵਾਲੀ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਉਂਦੇ ਹੁੰਦੇ, ਉਹਨਾਂ ਨੇ ਸਾਨੂੰ ਗੁਰੂ ਘਰ ਦਾ ਗਿਆਨ, ਗੁਰਬਾਣੀ ਦੀ ਸੰਥਿਆ ਕਰਵਾਉਣੀ, ਪਿਆਰ ਕਰਨਾ। ਰਾਗੀ ਭਰਪੂਰ ਸਿੰਘ ਜੀ ਹੋਣੀ ਉੱਧਰ ਧੂਰਕੋਟ ਜਾਣਾ, ਉੱਥੇ ਬਾਬਾ ਜੀਵਨ ਸਿੰਘ ਜੀ ਹੋਣੀ ਵੀ ਮਿਲਦੇ, ਬੜਾ ਪਿਆਰ ਕਰਦੇ। ਸੋ ਐਸਾ ਗਿਆਨ ਦਾ ਦੀਵਾ ਨਗਰ ਵਿੱਚ ਸਾਡੇ ਬਲਿਆ, ਗੁਰਮੁਖ ਪਿਆਰਿਓ ਦੂਰ ਦੂਰ ਤੱਕ। ਸੋ ਮਹਾਰਾਜ ਕਿਰਪਾ ਕਰੇ, ਸਾਰੇ ਹੀ ਵਿਦਿਆਰਥੀਆਂ ਨੂੰ, ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾ ਸਤਿਗੁਰ ਬਖਸ਼ਣ, ਅਤੇ ਸੰਗਤ ਦੇ ਭਲੇ ਵਾਸਤੇ ਇੱਥੇ ਭਜਨ ਪਾਠ, ਜਪ ਤਪ, ਸੇਵਾ ਸਿਮਰਨ ਹੁੰਦਾ ਹੈ। ਸੰਗਤ ਵਿੱਚ ਸਮੇਤ ਰਲ ਕੇ ਆਪਾਂ ਇਹੀ ਅਰਦਾਸ ਕਰਨੀ ਹੈ ਕਿ ਮਹਾਰਾਜ ਬਾਬਾ ਜੀ ਨੂੰ ਵੀ ਸਰੀਰਕ ਤੌਰ 'ਤੇ ਤੰਦਰੁਸਤੀ ਬਖਸ਼ਿਸ਼ ਕਰਨੀ, ਤਾਂ ਕਿ ਸੰਗਤ ਦੀ ਸੇਵਾ ਕਰਦੇ ਰਹਿਣ। ਸੋ ਕੋਟਾਨ ਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਹੋਈ ਆਪਾਂ ਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। ਜਥੇਦਾਰ ਬਾਬਾ ਦੀਪਾ ਸਿੰਘ ਜੀ ਹੋਣੀ ਆਏ, ਉਹਨਾਂ ਦਾ ਵੀ ਜੀ ਆਇਆਂ ਨੂੰ ਧੰਨਵਾਦ ਆਖਿਆ ਜਾਂਦਾ। ਸੋ ਆਓ ਹੁਣ ਹੋਈ ਭੁੱਲ ਚੁੱਕ ਦੀ ਖਿਮਾ